ਚਾਹੀਦਾ ਵਿਚਾਰ ਪ੍ਰਾਈਮੇਸ਼ੀਆ ਟੀਵੀ ਤੇ ਇੱਕ ਵਾਰ ਫੇਰ ਲੈ ਕੇ ਆਜ਼ਾਰਾਂ ਦੀ ਪ੍ਰੋਗਰਾਮ ਚਾਹੀਦਾ ਵਿਚਾਰ ਤੇ ਕੁਝ ਦਿਨਾਂ ਤੋਂ ਜਦੋਂ ਤਾਂ ਅਸੀਂ ਇਹ ਲਾਈਵ ਦਾ سلسلہ ਸ਼ੁਰੂ ਕੀਤਾ ਹੈ ਇੰਨਾ ਜ਼ਿਆਦਾ ਪਿਆਰ ਤੁਸੀਂ ਸਾਨੂੰ ਦੇ ਰਹੇ ਹੋ ਕਿ ਅਸੀਂ ਤੈਦਲੋਂ ਸ਼ੁਕਰਗੁਜ਼ਾਰਾਂ ਤੁਹਾਡੇ ਸਾਰਿਆਂ ਦੇ ਪ੍ਰੋਗਰਾਮ ਚਾਹੀਦਾ ਵਿਚਾਰ ਐਸ ਵਕਤ ਤੁਸੀਂ ਕੈਨੇਡਾ ਅਮਰੀਕਾ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਸਾਡੇ ਪ੍ਰਾਈਮੇਸ਼ੀਆ ਟੀਵੀ ਤੇ ਵੀ ਦੇਖ ਰਹੇ ਹੋ ਇਹਦੇ ਨਾਲ ਨਾਲ ਫੇਸਬੁੱਕ ਦੇ ਉੱਪਰ ਅਸੀਂ ਲਾਈਵ ਹਾਂ YouTube ਦੇ ਉੱਪਰ ਅਸੀਂ ਲਾਈਵ ਹਾਂ ਤੁਸੀਂ ਆਪਣੇ ਜਿਹੜੇ ਸਵਾਲ ਨੇ ਆਪਣੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਸਾਡੇ ਨਾਲ ਕਰ ਸਕਦੇ ਹੋ ਸਾਡਾ WhatsApp ਨੰਬਰ ਜਿਹੜਾ ਆਲਰੇਡੀ ਤੁਹਾਡੇ ਕੋਲ ਹੈ ਸਾਡੀ ਟੀਵੀ ਸਕਰੀਨ ਤੇ ਵੀ ਆ ਰਿਹਾ ਹੈ ਇਹਦੇ ذریعے ਵੀ ਤੁਸੀਂ ਸਾਡੇ ਨਾਲ ਜਿਹੜੇ ਆਪਣੇ ਸਵਾਲ ਹੋਣ ਕੁਐਸਚਨਸ ਹੋਣ ਅੱਜ ਤੁਹਾਨੂੰ ਕਰਨ ਦਾ ਮੌਕਾ ਮਿਲੇਗਾ ਐਂਡ ਇੱਕ ਵੱਡਾ ਸਰਪ੍ਰਾਈਜ਼ ਅੱਜ ਅਸੀਂ ਇਸ ਸ਼ੋਅ ਦੇ ਵਿੱਚ ਲੈ ਕੇ ਆਏ ਆ ਕਾਫੀ ਵੱਡਾ ਸਰਪ੍ਰਾਈਜ਼ ਤੇ ਹਰਮਨ ਜੀ ਦਾ ਹਾਸਾ ਜਿਹੜਾ ਹੈ ਮੇਰਾ ਖਿਆਲ ਕੁਝ ਇਸ਼ਾਰਾ ਕਰ ਰਿਹਾ ਹੈ ਫਾਈਨਲੀ ਮਤਲਬ ਇੰਨੇ ਦਿਨ ਹੋ ਗਏ ਸੀ ਮੈਨੂੰ ਵੇਖਦੀ ਨੂੰ ਕਿ ਮਤਲਬ ਟੌਂਟਡ ਆਂ ਟੌਂਟ ਤੇ ਟੌਂਟ ਕਦੀ ਕੋਈ ਗੱਲ ਕਦੀ ਕੋਈ ਗੱਲ ਸੋ ਮੈਂ ਸੋਚਿਆ ਕਿਉਂ ਨਾ ਆਪਣੇ ਮੰਮੀ ਨੂੰ ਨਾਲ ਲੈ ਕੇ ਆਇਆ ਜਾਏ ਕਿਉਂਕਿ ਆਫਟਰ ਆਲ ਮਤਲਬ ਸਮਝਾਉਣਾ ਤਾਂ ਚਾਹੀਦਾ ਨਾ ਬੰਦੇ ਨੂੰ ਕਿ ਨਹੀਂ ਸੋ ਅੱਜ ਮੈਂ ਲੈ ਕੇ ਆਈਆਂ ਆਪਣੀ ਮੰਮੀ ਨੂੰ ਚੱਜ ਦਾ ਵਿਚਾਰ ਦੇ ਵਿੱਚ ਆਪਣੇ ਨਾਲ ਸੋ ਆਓ ਵੈਲਕਮ ਕਰਦੇ ਆ ਮੈਡਮ ਅਨੀਤਾ ਦੇਵਗਨ ਹੋਰਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਮੈਂ ਇੱਕ ਬੰਦਾ ਸੁਧਾਰਨ ਆਈ ਆ ਪੂਰਾ ਮੈਥਮੈਟਿਕਸ ਲੈ ਕੇ ਜਾਉਂਗੀ ਅੱਜ ਹਿਸਾਬ ਕਿਤਾਬ ਹਾਂ ਵੀ ਕਾਕਾ ਵੇਖੋ ਮੈਂ ਤੇ ਕੁਝ ਵੀ ਨਹੀਂ ਕਿਹਾ ਮਤਲਬ ਸਮਝੋ ਇੱਕ ਹੁੰਦਾ ਨਾ ਵੀ ਬੰਦਾ ਇਹਨੂੰ ਕਿਹਾ ਜਾਂਦਾ ਕਿ ਵੀ ਹਾਂ ਜੀ ਤੂੰ ਆਪਣਾ ਗੁਨਾਹ ਕਬੂਲ ਕਰਦਾ ਮੈਂ ਕਹਿੰਦਾ ਕਬੂਲ ਹੈ ਕਬੂਲ ਹੈ ਕਬੂਲ ਹੈ ਨਹੀਂ ਦੇਖ ਭਾਈ ਇਹ ਤਾਂ ਹੈਗੀ ਬਚਣ ਵਾਲੀ ਗੱਲ ਹਾਂ ਤੇ ਜਦੋਂ ਜਦੋਂ ਅਨੀਤਾ ਦੇਵਗਨ ਲੜਨ ਲਈ ਆਈ ਹੋਵੇ ਤੇ ਲੜਾਈ ਤੋਂ ਪਹਿਲਾਂ ਹੀ ਅਗਲਾ ਬੰਦਾ ਕਹਦੇ ਕਿ ਮੈਂ ਹਥਿਆਰ ਸੁੱਟ ਤੇ ਇਹ ਤਾਂ ਹੋਣਾ ਨਹੀਂ ਬਿਲਕੁਲ ਪਤਾ ਹੀ ਗੱਲ ਆ ਮੈਂ ਦੇ ਇਹਦੇ ਅੱਗੇ ਵੀ ਕਦੀ ਨਹੀਂ ਬੋਲਿਆ ਮੈਂ ਤੈਨੂੰ ਸਹੀ ਦੱਸਦਾ ਨਾ ਮੈਂ ਤੇਰੇ ਸਾਰੇ ਪ੍ਰੋਗਰਾਮ ਵੇਖੇ ਤੂੰ ਕਿਵੇਂ ਕਹਿਣਾ ਵੀ ਨਹੀਂ ਵੇਖਿਆ ਤੂੰ ਤਾਂ ਕੁੜੀ ਨੂੰ ਬੋਲਣ ਨਹੀਂ ਦਿੰਦਾ ਅੱਜ ਮਜ਼ਾ ਆਊਗਾ ਅੱਜ ਹੋਈ ਪਈ ਤੇਰੀ ਵਾਲੀ ਹੈ ਆ ਚੰਗਾ ਕੰਮ ਹੈ ਤੈਨੂੰ ਕੀ ਲੱਗਾ ਸੀ ਵੀ ਇਹਦੇ ਪਿੱਛੇ ਹੈ ਨਹੀਂ ਕੋਈ ਵੀ ਜੇ ਮੈਂ ਲੋਕਾਂ ਨੂੰ ਨਹੀਂ ਦੱਸਿਆ ਵੀ ਮੈਂ ਇਹਦੀ ਮਾਂ ਹਾਂ ਤੇ ਦਾ ਮਤਲਬ ਇਹ ਥੋੜਾ ਜਿਹਾ ਕਿ ਤੂੰ ਮੇਰੀ ਕੁੜੀ ਦੇ ਉੱਤੇ ਇਤਰਾ ਚੜਾਈ ਕਰੇਗਾ ਜਦੋਂ ਉਹ ਕੋਈ ਤੈਨੂੰ ਸਵਾਲ ਪੁੱਛਦੀ ਤੂੰ ਝੱਟ ਅਸਿੱਧੇ ਪਾਸੇ ਆਪਣੀ ਗੱਲ ਸ਼ੁਰੂ ਕਰ ਦੇਣਾ ਉਹ ਵਿਚਾਰੀ ਉੱਥੇ ਦੀ ਉੱਥੇ ਰਹਿ ਜਾਂਦੀ ਤੁਸੀਂ ਔਰਤ ਨੂੰ ਕੀ ਸਮਝਿਆ ਹੋਇਆ ਬੇ ਹਾਂ ਕਦੇ ਮੈਨੂੰ ਕਹਿ ਦਿੰਦੇ ਸਿਆਣੀਆਂ ਨਹੀਂ ਹੁੰਦੀਆਂ ਕਦੇ ਮੈਨੂੰ ਕਹਿ ਦਿੰਦੇ ਔਰਤਾਂ ਅਕਲ ਵਾਲੀਆਂ ਨਹੀਂ ਹੁੰਦੀਆਂ ਕਦੀ ਕਹਿ ਦਿੰਦੇ ਔਰਤਾਂ ਜਿਹੜੀਆਂ ਚੰਗੀਆਂ ਪੱਤਰਕਾਰ ਨਹੀਂ ਬਣ ਸਕਦੀਆਂ ਚਵਾਤੀਆਂ ਲਾਉਣ ਦੀ ਗੱਲ ਹੈਗੀ ਸਾਰੀ ਦੁਨੀਆ ਜਾਣਦੀ ਆ ਸਾਰੀ ਦੁਨੀਆ ਦੇ ਵਿੱਚ ਇਹ ਚੈਨਲ ਚੱਲਦਾ ਹੈ ਬਿਲਕੁਲ ਮੂਕ ਗਵਾਹ ਨੇ ਮੇਰੇ ਨਾਲ ਗੱਲ ਕਰਦੇ ਤੂੰ ਦੱਸ ਵੀ ਕੀ ਗੱਲ ਤੂੰ ਇਹ ਚਾਹਨਾ ਕਿ ਤੂੰ ਕੱਲਾ ਇੱਥੇ ਬੈਠ ਕੇ ਕੁਰਸੀ ਦੇ ਉੱਤੇ ਲੋਕਾਂ ਦੇ ਇੰਟਰਵਿਊ ਕਰੇ ਉਹ ਮੇਰੀ ਮਾਂ ਮੇਰੀ ਮਾਂ ਮੇਰੀ ਤੌਬਾ ਹੁਣ ਤਾਂ ਜਾ ਦੇ ਗੁੱਸਾ ਮਾਂ ਇਹਦੀ ਆ ਮੈਂ ਮੇਰੀ ਨਹੀਂ ਹੈਗੀ ਸਿਰਫ ਤੇ ਸਿਰਫ ਮੇਰੀ ਮਾਂ ਤੌਬਾ ਹਾਂ ਹੁਣ ਠੀਕ ਹੁਣ ਆਇਆ ਉਹਨਾਂ ਦਾ ਆਰਥਿਕ ਸਮਝੌਤਾ ਹੋ ਸਕਦਾ ਕਿਹੜੀ ਨਾਰੀ ਸ਼ਕਤੀ ਨੂੰ ਪਛਾਨਣਾ ਨਹੀਂ ਨਾਰੀ ਸ਼ਕਤੀ ਪਛਾਨਣਾ ਨਾਰੀ ਸ਼ਕਤੀ ਦੇਣ ਦੇ ਤੇ ਅੱਜ ਇੱਕ ਮਿੰਟ ਤੁਸੀਂ ਤੂੰ ਤਾਂ ਮੈਨੂੰ ਨਹੀਂ ਬੋਲਣ ਦੇਂਦੇ ਆ ਦੇਖਿਆ ਮਤਲਬ ਆਹੀ ਵੀ ਇੰਨਾ ਹੁੰਦਾ ਰੋਜ਼ ਆਹਨੂੰ ਨਹੀਂ ਬੋਲਣ ਦੇਂਦੇ ਆ ਤਾਂ ਤੂੰ ਕੁੜੀ ਦਾ ਕੀ ਹਾਲ ਕਰਦਾ ਹੋਣਗਾ ਉਹ ਵਿਚਾਰੇ ਤੇ ਤਾਂ ਜ਼ੁਬਾਨ ਹੀ ਨਹੀਂ ਹੱਸ ਹੱਸ ਕੇ ਹਾਰਦੀ ਆ ਤੇ ਚਲੋ ਹੱਸਾ ਤਾਂ ਲੱਗੂ ਐ ਦਾਨੀ ਜੀ ਆਪਣੇ ਦੇਖਣ ਵਾਲਿਆਂ ਨੂੰ ਇਹ ਵੀ ਸਾਰਾ ਐਕਟਿਵ ਸੀਗਾ ਬੀਸੀਕਲੀ ਅਨੀਤਾ ਦੇਵਗਨ ਯੂਨੀ ਇੰਟਰੋਡਿਊਸ ਕਰਨ ਦਾ ਤੁਸੀਂ ਕਿਤੇ ਸੱਚ ਨਾ ਬਣ ਕੇ ਬਹਿ ਜਾਣਾ ਨਹੀਂ ਪਰ ਤੁਸੀਂ ਪਹਿਲਾਂ ਹੀ ਭੇਤ ਖੋਲ ਤਾਂ ਮੈਂ ਤਾਂ ਹਲੇ ਨਾਰਾ ਲਵਾਉਣਾ ਸੀ ਤੁਹਾਡਾ ਨਾਰੀ ਸ਼ਕਤੀ ਅਮਰ ਰਹੇ ਮੈਂ ਲਾਉਣ ਨੂੰ ਤਿਆਰ ਸੀਗਾ ਜਿਸ ਹਿਸਾਬ ਨਾਲ ਮੈਂ ਇਹਨਾਂ ਨੂੰ ਬਹੁਤ ਪੁਰਾਣਾ ਜਾਣਦਾ ਇਹਨਾਂ ਕਈ ਵਾਰੇ ਲਵਾ ਲੈਣੇ ਨੇ ਮੇਰੇ ਕੋਲ ਤੁਸੀਂ ਕਰਕੇ ਮੈਂ ਇਹ ਸਮਝਿਆ ਆਪਣੀ ਕੌਮਨੀ ਬਚਾਈ ਆ। ਮੈਂ ਬਹੁਤ ਬਹੁਤ ਸਵਾਗਤ ਤੁਹਾਡਾ ਤੁਸੀਂ ਇੰਨੇ ਬਿਜ਼ੀ ਸ਼ਡਿਊਲ ਚੋਂ ਸਾਡੇ ਇਸ ਪ੍ਰੋਗਰਾਮ ਦੇ ਲਈ ਟਾਈਮ ਕੱਢਿਆ। ਤੇ ਵੱਡੀ ਗੱਲ ਮੈਂ ਇਹ ਵੀ ਦੱਸ ਦਿਆਂ ਜੀ ਕਿ ਕਿਉਂਕਿ ਅਸੀਂ ਇਹ ਲਾਈਵ ਹੋਣ ਲੱਗੇ ਸੀਗੇ ਤੇ ਲਾਈਵ ਦੇ ਲਈ ਸਪੈਸ਼ਲੀ ਇਹਨਾਂ ਦਾ ਟਾਈਮ ਲੈਣਾ ਸਾਡੇ ਲਈ ਕਾਫੀ ਔਖਾ ਸੀਗਾ ਪਰ ਅਸੀਂ ਕਾਫੀ ਦਿਨਾਂ ਤੋਂ ਲੱਗੇ ਸੀ। ਬਹੁਤ ਥੈਂਕਸ ਤੁਹਾਡਾ ਸਾਡੇ ਚੈਨਲ ਦੇ ਓਨਰ ਹਮਨ ਖੜਕਰ ਜੀ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇਹ ਸਾਰਾ ਆਰਗੇਨਾਈਜ਼ ਕੀਤਾ। ਤੁਸੀਂ ਅੱਜ ਖੁੱਲੀਆਂ ਗੱਲਾਂ ਬਾਤਾਂ ਕਰ ਸਕਦੇ ਹੋ ਜੀ ਫੇਸਬੁੱਕ ਦੇ ਜ਼ਰੀਏ ਵੀ ਪਲੱਸ ਤੁਸੀਂ ਸਾਡੇ ਜਿਹੜਾ WhatsApp ਨੰਬਰ ਹੈ इवन ਸਾਡਾ ਜਿਹੜਾ ਚੈਨਲ ਦਾ ਨੰਬਰ ਹੈ ਉਹਦੇ ਉੱਪਰ ਵੀ ਤੁਸੀਂ ਇਹ WhatsApp ਦੇ ਉੱਪਰ ਇੱਕ ਨਵੀਂ ਚੀਜ਼ ਅਸੀਂ ਇੰਟਰੋਡਿਊਸ ਕਰ ਰਹੇ ਹਾਂ ਕਿ ਤੁਸੀਂ 15 20 ਸੈਕਿੰਡ ਦਾ ਜੇ ਕੋਈ ਪਾਰਟਿਕੂਲਰ ਕੁਐਸਚਨ ਹੋਵੇ ਤੁਸੀਂ ਨੀਤਾ ਦੇਵ ਗਿੰਦ ਜੀ ਕੋਲੋਂ ਪੁੱਛਣਾ ਚਾਹੁੰਦੇ ਹੋਵੋ ਤਾਂ ਉਹ ਵੀ ਤੁਸੀਂ ਸਾਨੂੰ ਰਿਕਾਰਡ ਕਰਕੇ ਭੇਜ ਸਕਦੇ ਆਂ ਪਰ ਸਟ੍ਰਿਕਟਲੀ 15 20 ਸੈਕਿੰਡ ਉਸ ਤੋਂ ਬਾਅਦ ਅਸੀਂ ਪਲੇ ਨਹੀਂ ਕਰ ਪਾਵਾਂਗੇ ਇਹ ਜ਼ਰੂਰ ਕਰਿਓ ਤੁਸੀਂ ਸਾਨੂੰ WhatsApp ਕਰ ਸਕਦੇ ਆਂ ਆਪਣੀ ਉਹ ਆਡੀਓ ਕਲਿੱਪ ਜਿਹੜੀ ਹੈ ਤੁਹਾਡਾ ਸਵਾਲ ਅਸੀਂ ਪਲੇ ਕਰਾਂ ਹਿਤਾ ਜੀ ਬਸ ਹੁਣ ਤੂੰ ਨਹੀਂ ਬੋਲਣਾ ਹੁਣ ਮੈਂ ਬੋਲਾਂਗਾ ਆ ਆਣ ਦਿਓ ਪਿਆਰੇ ਦਰਸ਼ਕੋ ਅਮਨ ਖੜਕੜ ਹੁਣਾਂ ਨੇ ਇਹ ਚੈਨਲ ਸ਼ੁਰੂ ਕੀਤਾ ਜਦ ਚੈਨਲ ਸ਼ੁਰੂ ਕਰਨਾ ਸੀ ਤਦ ਵੀ ਮੇਰੇ ਨਾਲ ਉਹਨਾਂ ਨੇ ਗੱਲ ਕੀਤੀ ਸੀ ਮੈਨੂੰ ਇਹਦੇ ਬਾਰੇ ਦੱਸਿਆ ਸੀ ਮੈਨੂੰ ਬੜਾ ਮਾਣ ਤੇ ਬੜੀ ਖੁਸ਼ੀ ਆ ਇਹ ਮੇਰਾ ਪੁੱਤ ਆ ਔਰ ਬਹੁਤ ਸਾਰੀਆਂ ਦੁਆਵਾਂ ਨੇ ਮੇਰੀਆਂ ਇਹਦੇ ਲਈ ਔਰ ਜਿਸ ਤਰ੍ਹਾਂ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਤੁਸੀਂ ਇਸ ਚੈਨਲ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਇੰਨਾ ਮਾਣ ਸਤਿਕਾਰ ਦਿੱਤਾ ਆਪਣੇ ਸਿਰਾਂ ਤੇ ਬਿਠਾਇਆ ਇਸ ਮੁੰਡੇ ਦੀ ਮਿਹਨਤ ਆ ਔਰ ਮਿਹਨਤ ਦੀ ਵਜਾਇ ਹੈ ਕਿ ਇਹਦੇ ਨਾਲ ਬਹੁਤ ਸਾਰੇ ਇੰਟੈਲੈਕਚੁਅਲ ਜਿਹੜੇ ਨੇ ਕਲਾਕਾਰ ਨੇ ਜਿਹੜੇ ਪੱਤਰਕਾਰ ਨੇ ਜਿਹੜੇ ਵੱਖ-ਵੱਖ ਕਲਾਮਾਂ ਦੇ ਵਿੱਚ ਪਰਫੈਕਟ ਲੋਕ ਨੇ ਉਹ ਇਸ ਚੈਨਲ ਦੇ ਨਾਲ ਜੁੜੇਗੇ ਤੇ ਅੱਜ ਮੈਨੂੰ ਵੀ ਇਹਨਾਂ ਨੇ ਬੁਲਾਇਆ ਕਹਿੰਦੇ ਤੁਹਾਡੀ ਇੰਟਰਵਿਊ ਕਰਨੀ ਹੈ ਵੈਸਤੇ ਤੁਸੀਂ ਸਾਰਾ ਕੁਝ ਜਾਣਦੇ ਹੋ ਮੇਰੇ ਬਾਰੇ ਪਰ ਚਲੋ ਅੱਜ ਦੇਖਦੇ ਹਾਂ ਕੌਣ ਕਿਹਦੇ ਅੰਦਰੋਂ ਕੀ ਕਢਾਉਂਦਾ ਇਹ ਅੱਛਾ ਸੀ ਅੱਛਾ ਇਹ ਸਨੀ ਸਿੰਘ ਜੀ ਨੇ ਇੱਕ ਕਮੈਂਟ ਲਿਖਿਆ ਬੜਾ ਉਹਦੇ ਕਹਿੰਦੇ ਆਂਟੀ ਜੀ ਸੁਧਾਰਨਾ ਸੀ ਜਿਹਨੂੰ ਉਹ ਤਾਂ ਆਪਣੇ ਘਰ ਹੀ ਸੀ ਕਿਉਂ ਗਰੀਬ ਮਾਰ ਕਰਨ ਆ ਗਏ ਇਹ ਤਾਂ ਮਲੋ ਸਪੋਰਟਰ ਹੈਗੇ ਮੇਰੇ ਨਹੀਂ ਦੇਖੋ ਭਾਈ ਹੁਣ ਸਰਕਾਰ ਨੇ ਚੋਣਾਂ ਦੇ ਵਿੱਚ ਇੰਨੇ ਪੈਸੇ ਵੰਡੇ ਤੇ ਤੈਨੂੰ ਵੀ ਪਤਾ ਸੀ ਕਿ ਅੱਜ ਮੈਂ ਆ ਰਹੀ ਹਾਂ ਤੇ ਜੇ ਤੂੰ ਵੀ ਚੋਣ ਜਾਣਿਆਂ ਨੂੰ ਪੈਸੇ ਦੇ ਆਇਆ ਹੋਏਗਾ ਕਿਹੜੀ ਵੱਡੀ ਗੱਲ ਪੰਜਾਬ ਦੇ ਵਿੱਚ ਤੇ ਚੱਲਦਾ ਹੀ ਆ ਇਹ ਤਾਂ ਸਾਡਾ ਲਾਈਫ ਸਟਾਈਲ ਹੈਗਾ ਬਿਲਕੁਲ ਬਿਲਕੁਲ ਚਲੋ 콜 ਮੜਾ ਕੇ ਇਹ ਦੱਸੋ ਮੈਨੂੰ ਕਦੀ ਤੁਸੀਂ ਸੋਚਿਆ ਕਿ ਫਿਲਮਾਂ ਫਿਲਮਾਂ ਵੀ ਕਰੂਗੇ ਨਹੀਂ ਗੁਰਪ੍ਰੀਤ ਮੈਂ ਅਸਲ ਦੇ ਵਿੱਚ ਆਪਣੀ ਸ਼ੁਰੂਆਤ ਜਿਹੜੀ ਉਹਨਾਂ ਗੋਹਾ ਕੋੜਾ ਸੁੱਟਣ ਤੋਂ ਕੀਤੀ ਸੀਗੀ ਇਸ ਕਲਾ ਦੇ ਨਾਲ ਮੇਰਾ ਵਾਹ ਵਾਸਤਾ ਹੀ ਨੇ ਪਿਆ ਪਰ ਬਿਊਟੀ ਦੇਖ ਕੇ ਸਾਰੇ ਲੋਕ ਸੋਚਦੇ ਨੇ ਕਿ ਮੈਂ ਬਹੁਤ ਮੇਰਾ ਫੇਸ ਜਿਹੜਾ ਉਹ ਹੱਸ ਘਟ ਬਹੁਤ ਬਹੁਤ ਤੇਰੀ ਆਵਾਜ਼ ਨਹੀਂ ਸੁਣੀ ਨਾ ਮਤਲਬ ਮੇਰਾ ਬਹੁਤ ਫੋਟੋ ਜਾਨੀ ਕਿਆ ਮੈਂ ਤੇ ਓ ਮਾਈ ਗੱਡ ਇਸ ਕਰਕੇ ਮੈਨੂੰ ਆਫਰਸ ਨੇ ਬਹੁਤ ਸਾਰੀਆਂ ਫਿਲਮ ਇੰਡਸਟਰੀ ਤੋਂ ਬੇਸਿਕਲੀ ਐਕਚੁਅਲੀ ਨਾ ਜਿਆਦਾ ਵੱਡੇ ਬਜਟ ਵਾਲੀਆਂ ਫਿਲਮਾਂ ਨਹੀਂ ਸੀਗੀਆਂ ਉਹ ਬਹੁਤ ਘੱਟ ਬਜਟ ਵਾਲੀਆਂ ਸੀ ਮੈਂ ਕਿਹਾ ਵੀ ਇੰਨਾ ਕ ਤੇ ਫਿਰ ਮੈਂ ਕੋਈ ਕੁੜੇ ਚ ਕਮਾਲ ਨਹੀਂ ਆ ਤੇ ਮੈਂ ਇਹੋ ਜਿਹੀ ਫਿਲਮਾਂ ਕਿਉਂ ਕਰੂੰਗੀ ਹੈਨਾ ਤੇ ਫਿਰ ਹੁਣ ਇੱਕ ਅੱਛਾ ਬਜਟ ਹੈ ਦੱਸਿਆ ਗਿਆ ਮੈਨੂੰ ਸੋਚ ਰਹੀ ਹਾਂ ਕਿ ਫਿਲਮ ਸਾਈਨ ਕਰ ਲਵਾਂ ਫਿਲਮ ਵਾਲੀ ਬਾਤ ਪਾਸੇ ਵੀ ਆਵਾ ਇਸ ਪਾਸੇ ਟਰਾਈ ਕਰਨੀ ਚਾਹੀਦੀ ਹੈ ਦੇਖੋ ਅੱਜ ਇੱਟ ਵੀ ਪੁੱਟਣ ਦੀ ਜ਼ਰੂਰਤ ਨਹੀਂ ਆ ਇੱਟ ਦੇ ਉੱਤੇ ਹੀ 8 8 10 ਤਸ ਕਲਾਕਾਰ ਬੈਠੇ ਹੋਏ ਨੇ ਤੇ ਜੇ ਮੈਂ ਬੈਠ ਗਈ ਤੇ ਇੱਟ ਟੁੱਟ ਜਾਏਗੀ ਤੇ ਮੈਂ ਵੈਸੇ ਕੋਸ਼ਿਸ਼ ਕੀਤੀ ਵਿੱਚ ਉਹਨੂੰ ਹਾਂ ਤੁਸੀਂ ਸਾਈਨ ਕਰਨਾ ਸੀ ਨਹੀਂ ਸਾਈਨ ਕਰਨਾ ਸੀ ਆ ਦੇਖੋ ਜੀ ਇਹਨਾਂ ਨੂੰ ਸਵਾਲ ਹੀ ਭੁੱਲ ਗਏ ਨਸਤ ਖੱਦ ਹੋ ਗਈਆਂ ਮਤਲਬ ਪਤਾ ਨਹੀਂ ਇਹ ਮਾਂ ਦੇ ਰਹੇ ਨੇ ਮੈਂ ਪਤਾ ਹੀ ਗੱਲ ਦੇਖੋ ਮੈਂ ਇਹ ਸੋਚਣ ਡਿਆ ਵੀ ਮੈਂ ਕਿੱਥੋਂ ਛੇੜ ਲਈ ਨਾ ਮੈਂ ਕਿਉਂ ਛੇੜ ਲਈ ਨਹੀਂ ਨਹੀਂ ਅੱਜ ਤਾਂ ਹੀ ਮੈਂ ਤਾਂ ਕੁਝ ਕਹਿਣਾ ਹੀ ਨਹੀਂ ਕਿਉਂ ਵੈਸੇ ਅੱਜ ਆਪਾਂ ਇਹਨਾਂ ਦੀ ਖਬਰ ਲੈਣੀ ਹੈ ਇਹਨਾਂ ਦੇ ਅੰਦਰੋਂ ਸਾਰੀਆਂ ਗੱਲਾਂ ਕਢਾਉਣੀਆਂ ਅੱਛਾ ਨਹੀਂ ਵੈਸੇ ਨਹੀਂ ਤਾਂ ਜੀ ਮੇਰਾ ਖਿਆਲ ਆ ਕਿ ਜਿਹੜੀ ਹੋਣ ਵਾਲੀ ਪੀੜ੍ਹੀ ਅੱਜਕੱਲ ਫੇਸਬੁੱਕ ਨਾਲ ਜੁੜੀ ਹੋਈ ਹੈ ਵਟਸਐਪ ਨਾਲ ਜੁੜੀ ਹੋਈ ਸ਼ਾਇਦ ਉਹਨਾਂ ਨੇ ਉਹ ਜਿਹੜਾ ਪੁਰਾਣਾ ਸਮਾਂ ਹੈ ਪੰਚਨੇ ਵਾਲਾ ਉਹ ਨਾ ਦੇਖਿਆ ਹੋਵੇਗਾ ਕਿ ਉਹ ਦੂਰਦਰਸ਼ਨ ਵਿੱਚ ਹੁਣ ਹੌਲੀ ਜਿਹੀ ਪਿੱਛੇ چلا ਗਿਆ ਬਿਲਕੁਲ ਉਹ ਸਮੇਂ ਦੀ ਝਲਕ ਤੁਹਾਨੂੰ ਲੱਗਦਾ ਹੈ ਕਿ ਵੀ ਉਹ ਜਿਹੜਾ ਸਮਾਂ ਸੀ ਉਹ ਅੱਛਾ ਸੀ ਜਾਂ ਹੁਣ ਵਾਲਾ ਸਮਾਂ ਅੱਛਾ ਹੈ ਅਦਾਕਾਰੀ ਦੇ ਪੁਆਇੰਟ ਆਫ 视图 ਮੈਂ ਗੱਲ ਕਰ ਰਿਹਾ ਸਮੇ ਸਾਰੇ ਵਧੀਆ ਹੁੰਦੇ ਆ ਗੁਰਪ੍ਰੀਤ ਇਹੋ ਜੀ ਗੱਲ ਨਹੀਂ ਹੁੰਦੀ ਗੱਲ ਇਹ ਹੁੰਦੀ ਕਿ ਤੁਹਾਨੂੰ ਮੌਕੇ ਅੱਛੇ ਮਿਲਣ ਔਰ ਉਦੋਂ ਮੈਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਮੈਂ ਦੂਰਦਰਸ਼ਨ ਦਾ ਉਹ ਸੀਰੀਅਲ ਪੰਚਣੀ ਉਹ ਵੀ ਸਰਕਾਰ ਦੀਆਂ ਸਕੀਮਾਂ ਜਿਹੜੀਆਂ ਲੋਕਾਂ ਦੀ ਭਲਾਈ ਲਈ ਬਣੀਆਂ ਸੀਗੀਆਂ ਉਸ ਪ੍ਰੋਗਰਾਮ ਦੇ ਵਿੱਚ ਇੱਕ ਨਾਟਕ ਦੇ ਰੂਪ ਵਿੱਚ ਸਰਦਾਰ ਜੀ ਦਾ 바ਵਾ ਹੋਣੀ ਪੇਸ਼ ਕਰਦੇ ਸੀਗੇ ਤੇ ਮੈਨੂੰ ਉਹਦੇ ਚ ਲੀਡਿੰਗ ਕੈਰੈਕਟਰ ਕਰਨ ਦਾ ਮੌਕਾ ਮਿਲਿਆ ਤੇ ਤੁਸੀਂ ਅੱਜ ਮਤਲਬ ਉਸ ਵੇਲੇ ਮੈਂ ਹੀ ਰੋਇਨਸੀ ਦੂਦਰਸ਼ਨ ਕੇਂਦਰ ਦੀ ਤੁਹਾਡੇ ਪਾਪਾ ਤੁਹਾਡੇ ਚਾਚੇ ਤੁਹਾਡੇ ਤਾਏ ਤੁਹਾਡੇ ਮਾਸੜ ਤੁਹਾਡੇ ਫੁੱਫੜ ਸਾਰੇ ਮੈਨੂੰ ਬਹੁਤ ਪਸੰਦ ਕਰਦੇ ਸੀ ਬਸ ਫਿਰ ਜੋਬ ਬੀਤ ਗਿਆ ਪਰ ਹੁਣ ਵੀ ਖੈਰ ਮੈਂ ਅੱਛੀ ਪੋਜੀਸ਼ਨ 'ਚ ਬਹੁਤ ਵਧੀਆ ਨਹੀਂ ਪਰ ਮੈਨੂੰ ਇਹ ਦੱਸੋ ਵੀ ਜਦੋਂ ਕਿਤੇ ਛੋਟੇ ਸੀ ਮਤਲਬ ਬਚਪਨ ਦੇ ਵਿੱਚ ਕਦੀ ਸੋਚਿਆ ਸੀ ਵੀ ਇਸ ਫੀਲਡ ਦੇ ਵਿੱਚ ਆਉਂਗੇ ਤੁਸੀਂ ਤੈਨੂੰ ਮੇਰੇ ਵੱਲ ਵੇਖ ਕੇ ਲੱਗਦਾ ਵੀ ਮੈਂ ਕਦੀ ਛੋਟੀ ਹੋਊਂਗੀ ਨਹੀਂ ਪਰ ਫਿਰ ਵੀ ਤੁਸੀਂ ਨਾ ਇਹਦੇ ਵੱਲ ਵੇਖ ਕੇ ਮੈਨੂੰ ਕਈ ਵਾਰੀ ਮਤਲਬ ਅੱਜ ਜਦੋਂ ਮੈਂ ਤੁਹਾਡੇ ਸਟੂਡੀਓ ਚ ਆਈ ਨਾ ਮੈਂ ਇਹਦੇ ਵੱਲ ਵੇਖਿਆ ਤੇ ਮੈਂ ਇੰਜ ਕੀਤਾ ਮੈਂ ਮਤਲਬ ਮੈਂ 2017 ਚ ਆ ਅ ਮੈਨੂੰ ਲੱਗਾ ਮੈਂ 92 ਚ ਚਲੇਗੀ ਉਹ ਵੀ ਮੈਨੂੰ ਲੱਗਾ ਮੈਂ ਤਾਂ ਇੱਥੇ ਖਲੋਤੀ ਤੇ ਮੈਂ ਫਿਰ ਸਾਹਮਣੇ ਖਲੋਤੀ ਆ ਹਾਂ ਹਾਂ ਉਹ ਇਹਦੇ ਵੱਲ ਵੇਖ ਕੇ ਮੈਂ 92 ਚ ਅਨੀਤਾ ਦੇਵਗਨ ਇਹ ਗਾਇਨੇ ਗੋਮਨ ਦੇ ਸਾਸਿਕਾਲ ਮੈਂ ਮੈਂ ਤਾਂ ਅੱਛਾ ਫਿਰ ਤਾਂ ਲੱਗਾ ਵੀ ਨਹੀਂ ਇਹ ਹੋਰ ਆ ਹੋਰ ਆ ਨਹੀਂ ਪਰ ਇੱਕ ਗੱਲ ਆ ਨਾ ਅਤਾ ਜੀ ਤੁਸੀਂ ਦੇਖੋ ਕਿ ਤੁਸੀਂ ਜਦੋਂ ਇਹਨੂੰ ਦੇਖਿਆ ਤੁਹਾਨੂੰ ਤੇ ਉਹ ਪੁਰਾਣਾ ਸਮਾਂ ਯਾਦ ਆਇਆ ਹਨਾ ਹੂੰ ਇਹਨੂੰ ਤਾਂ ਫਿਊਚਰ ਯਾਦ ਆਣਾ ਨਹੀਂ ਨਹੀਂ ਇਹਨੂੰ ਫਿਊਚਰ ਯਾਦ ਰੱਖਣਾ ਚਾਹੀਦਾ ਹਾਂ ਦੇਵੇਂ ਉਹ ਮੈਂ ਇੱਕ ਦਿਨ ਜਾ ਰਹੀ ਸੀ ਰਸਤੇ ਦੇ ਵਿੱਚ ਸਫਰ ਕਰਦੇ ਆਂ ਤੇ ਉਹ ਮੈਂ ਵੇਖਿਆ ਕਿ ਉਹ ਜਿਹੜੇ ਛੋਟੇ ਹਾਥੀ ਹੁੰਦੇ ਨਾ ਹਾਂਜੀ ਉਹਨਾਂ ਦੇ ਉੱਤੇ ਨਾ ਪਿੱਛੇ ਲਿਖਿਆ ਹੋਇਆ ਸੀ ਕਿ ਮੈਂ ਵੱਡਾ ਹੋ ਕੇ ਟਰੱਕ ਬਣਾਵਾਂਗਾ ਤੇ ਇਹ ਵੀ ਵੱਡੇ ਹੋ ਕੇ ਨਹੀਂ ਤਾਂ ਦੇਵਗਨ ਬਣਾਂਗੇ ਇਹਦੇ ਦੀ ਕੀ ਗੱਲ ਹੈ ਬਿਲਕੁਲ ਬਣਾਂਗੀ ਜੇ ਬਾਤ ਤੁਹਾਡੀਆਂ ਗੁੱਡ ਵਿਸ਼ੇਸਟਾਂ ਆਈਆਂ ਨੇ ਮੈਂ ਡੈਫੀਨੇਟਲੀ ਬਣੂੰਗੀ ਬਿਲਕੁਲ ਜੀ ਬਿਲਕੁਲ ਅਜਾ ਲਈ ਤਾਂ ਹੀ ਬਸ ਇੱਕ ਗੱਲ ਆ ਜੇ ਆਪਾਂ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰੀਏ ਤੁਸੀਂ ਮੇਰਾ ਖਿਆਲ ਹੁਣ ਤੱਕ ਕੋਈ ਕੈਰੈਕਟਰ ਕਿਰਦਾਰ ਇਹੋ ਜਿਹਾ ਨਹੀਂ ਕੀਤਾ ਜਿੰਨੇ ਛਾਪ ਨਾ ਛੱਡੀ ਹੋਵੇ ਮੈਂ ਸਚਾਈ ਹੈ ਇਹ ਸਚਾਈ ਹੈ ਹਲੋ ਇਹ ਇਹ ਜਿਹੜੀ ਚੀਜ਼ ਹੈ ਇਹ ਕਿਤੇ ਨਾ ਕਿਤੇ ਸਕ੍ਰਿਪਟਡ ਹੁੰਦੀ ਹੈ ਵੈਸੇ ਜਿੰਨਾ ਕਿ ਮੈਂ ਤੁਹਾਨੂੰ ਜਾਣਦਾ ਤੁਸੀਂ ਕਾਫੀ ਹੱਦ ਤੱਕ ਸਕ੍ਰਿਪਟ ਨੂੰ ਆਪਣੇ ਹਿਸਾਬ ਨਾਲ ਮੋਲਡ ਕਰ ਲੈਣਾ ਜਿੱਥੇ ਯਾਨੀ ਕਿ ਮੈਂ ਮੈਂ ਦੱਸ ਵੀ ਦੇਵਾਂ ਜੀ ਆਪਣੇ ਦਰਸ਼ਕਾਂ ਨੂੰ ਕਿ ਜਿੱਥੇ ਸਕ੍ਰਿਪਟ ਲਿਖੀ ਹੋ ਗਈ ਉੱਥੇ ਜੇ ਰੀਤਾ ਦੇਵਗਾਂਦੀ ਖੜਗੇ ਤਾਂ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਉਹ ਕਰੈਕਟਰ ਜਿੱਥੇ ਸੀ ਤਾਂ ਉਹ ਇੱਥੇ ਚਲਾ ਜਾਵੇ ਬਿਲਕੁਲ ਇਹ ਇਹਦਾ ਕਾਰਨ ਕੀ ਪਤਾ ਨਹੀਂ ਕਿਉਂ ਮੈਨੂੰ ਲੱਗਦਾ ਕਿ ਪੰਜਾਬੀ ਦੇ ਵਿੱਚ ਜਿੰਨੀਆਂ ਵੀ ਫਿਲਮਾਂ ਮੇਰੇ ਜੀਂਦੇ ਜੀ ਬਣਨੀ ਆ ਨਾ ਉਹ ਰੱਬ ਨੇ ਸਾਰਾ ਕੁਝ ਡਿਸਾਈਡ ਕੀਤਾ ਹੋਇਆ ਔਰ ਉਹਨਾਂ 'ਚ ਜਿਹੜੇ ਮੈਂ ਕੈਰੈਕਟਰ ਕਰਨੇ ਉਹ ਵੀ ਡਿਸਾਈਡ ਕੀਤਾ ਹੋਇਆ ਤੇ ਜਦੋਂ ਵੀ ਮੈਂ ਕਿਸੇ ਨਵੀਂ ਫਿਲਮ ਦੇ ਸੈੱਟ ਤੇ ਪਹੁੰਚਦੀ ਆ ਕਿਉਂਕਿ ਮੇਰੀ ਬੈਕਗ੍ਰਾਉਂਡ ਰੰਗਮੰਚ ਤੋਂ ਥੀਏਟਰ ਤੋਂ ਤੇ ਅਸੀਂ ਜਦੋਂ ਵੀ ਰੰਗਮੰਚ ਦੇ ਵਿੱਚ ਜਾਂ ਮਤਲਬ ਨਾਟਕ ਕਰਦੇ ਸਭ ਤੋਂ ਪਹਿਲਾਂ ਹਮੇਸ਼ਾ ਇਹ ਸੋਚਦੇ ਹੁੰਦੇ ਸੀ ਕਿ ਇਹ ਜਿਹੜਾ ਕੈਰੈਕਟਰ ਹੈ ਇਹਦੇ ਕਾਸਟਿਊਮ ਕਿਵੇਂ ਦੇ ਹੋਣਗੇ ਇਸ ਕੈਰੈਕਟਰ ਦਾ ਗੈਟਅੱਪ ਕਿਵੇਂ ਮਤਲਬ ਮੇਕਅੱਪ ਕਿਵੇਂ ਹੋਊਗਾ ਇਹਦੀ ਚਾਲ ਟਾਲ ਕਿਵੇਂ ਹੋਗੀ ਗੱਲਬਾਤ ਦਾ ਸਲਿਕਾ ਕਿਵੇਂ ਮਤਲਬ ਪਾਸ਼ਾ ਕਿਵੇਂ ਦੀ ਹੋ ਯਾਨੀ ਉਸ ਕੈਰੈਕਟਰ ਨੂੰ ਡਿਜ਼ਾਈਨ ਕਰਦੇ ਸੀ ਤੇ ਰੰਗਮੰਚ ਦੇ ਵਿੱਚ ਮੇਰੇ ਹਿੱਸੇ ਖੂਬਸੂਰਤੀ ਆਈ ਕਿ ਮੈਨੂੰ ਵਿਲੱਖਣ ਕਰ ਕਰਨ ਵਾਲੀ ਅਦਾਕਾਰਾ ਦੇ ਤੌਰ ਤੇ ਜਾਣਿਆ ਜਾਂਦਾ ਤੇ ਉਹੀ ਚੀਜ਼ ਜਦੋਂ ਮੈਂ ਫਿਲਮਾਂ ਦੇ ਵਿੱਚ ਆਈ ਤਾਂ ਕੌਨਫੀਡੈਂਸ ਮੇਰੇ ਨਾਲ ਸੀਗਾ ਮੈਂ ਜਦੋਂ ਵੀ ਕਿਸੇ ਨਵੇਂ ਫਿਲਮ ਦੇ ਸੈੱਟ ਤੇ ਜਾਨੀ ਤੇ ਮੈਨੂੰ ਇਹੀ ਹੁੰਦਾ ਕਿ ਮੈਂ ਉਸੇ ਤਰ੍ਹਾਂ ਆਪਣਾ ਕਰੈਕਟਰ ਡਿਜ਼ਾਈਨ ਕਰਾਂ ਬਟ ਇੰਜ ਮੈਂ ਕਦੀ ਨਹੀਂ ਕੀਤਾ ਕਿ ਮੈਂ ਰਾਈਟਰ ਜਾਂ ਡਾਇਰੈਕਟਰ ਨੂੰ ਜੋ ਉਹ ਚੱਲ ਰਿਹਾ ਉਹ ਤੋਂ ਪਿੱਛੇ ਕਰਕੇ ਨਹੀਂ ਉਹਨਾਂ ਨੂੰ ਨਾਲ ਦੱਸ ਕੇ ਕਿ ਆਪਾਂ ਨੇ ਇਦਾਂ ਕਰਦੇ ਹਾਂ ਕਿ ਇਸ ਤਰ੍ਹਾਂ ਕਰ ਸਕਦੇ ਆ ਤੇ ਜੇ ਉਹਨਾਂ ਨੂੰ ਠੀਕ ਲੱਗਦਾ ਤੇ ਉਹਨਾਂ ਨੂੰ ਵਧੀਆ ਲੱਗਦਾ ਤੇ ਉਹ ਫਿਰ ਕਹਿ ਦਿੰਦੇ ਕਿ ਠੀਕ ਹੈ ਤੁਸੀਂ ਇਸ ਤਰ੍ਹਾਂ ਕਰੋ ਤੇ ਬਸ ਉਹ ਬਹੁਤ ਸਾਰੇ ਕੈਰੈਕਟਰ ਨੇ ਮੇਰੇ ਅੰਦਰ ਜਾਦੂ ਦੀ ਪਟਾਰੀ ਜਿਹੜੀ ਵਾਰੀ 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 ਨਿਕਲ ਰਹੀ ਹੈ ਪਟਾਰੀ ਤਾਂ ਛੋਟੀ ਹੋ ਜਾਣਾ ਪਟਾਰਾ ਹਾਂ ਪਟਾਰਾ ਕੁਸ਼ਤੀ ਅੱਛਾ ਆਪਾਂ ਨੂੰ ਇੱਕ ਮੈਸੇਜ ਆਇਆ ਜੀ ਮਨਜਿੰਦਰ ਸਿੰਘ ਸਾਹੀ ਤੋਂ ਪੁੱਛ ਰਹੇ ਉਹ ਤੁਹਾਡੇ ਪਰਿਵਾਰ ਬਾਰੇ ਸਟੱਡੀ ਬਾਰੇ ਜਾਣਨਾ ਚਾਹੁੰਦੇ ਜੇ ਕੋਈ 10ਵੀਂ ਫੇਲ ਹੋਵੇ ਤਾਂ ਕਿਵੇਂ ਦੱਸੋ ਤਾਂ ਕਹਿ ਦਵੇ ਫਿਰ ਕੀ ਹੁੰਦਾ ਮੈਂ ਖੁਦ ਕਈ ਵਾਰਾਂ ਹੈਲੋ ਸਕੂਲ ਦਾ ਮੂਹ ਵੇਖਿਆ ਕਦੀ ਜ਼ਿੰਦਗੀ ਚ ਲਾਗੋਂਦੀ ਤੇ ਕਈ ਵਾਰ ਲੰਗੀਦਾ ਮੇਰੀ ਪਹਿਲੀ ਉਹਦੇ ਲੱਗ ਜਾਂਦੀ ਤੁਸੀਂ ਆਪਣੀਆਂ ਗੱਲਾਂ ਬਾਤ ਚ ਕਰ ਲਿਓ ਅੱਜ ਤੁਸੀਂ ਅੰਨਾਂ ਗੱਲਾਂ ਕਰੋ ਹਾਂਜੀ ਹਜ਼ੂਰ ਮੈਂ ਪ੍ਰਾਇਮਰੀ ਸਕੂਲ ਚੀਚੇ ਤੋਂ 8ਵੀਂ ਕੀਤੀ ਉਸ ਤੋਂ ਬਾਅਦ ਪਲੱਸ 2 ਮੇਰੀ ਸੀਨੀਅਰ ਸੈਕੰਡਰੀ ਸਕੂਲ ਕੈਰੋਂ ਤੋਂ ਹੋਈ ਤੇ ਫਿਰ ਮੈਂ ਬੀਏ ਫਾਰ ਔਮਨ ਕਾਲਜ ਹੈਗਾ ਖਾਲਸਾ ਕਾਲਜ ਫਾਰ ਔਮਨ ਅਮਰਸਰ ਉੱਥੋਂ ਕੀਤੀ ਤੇ ਯੂਨੀਵਰਸਿਟੀ ਤੋਂ ਮੈਂ ਐਮ ਐਮ ਵੀ ਕੀਤੀ ਫਿਰ ਮੈਂ ਲਾ ਵੀ ਕੀਤਾ ਅੱਧਾ ਪਚਾ ਅੱਧਾ ਛੱਡ ਵੀ ਦਿੱਤਾ ਦੋ ਤਿੰਨ ਪੇਪਰ ਨਹੀਂ ਦਿੱਤੇ ਦਿਮਾਗ ਖਰਾਬ ਹੁੰਦਾ ਨਾ ਜਵਾਨੀ 'ਚ ਬੰਦਿਆਂ ਨੂੰ ਲੱਗਦਾ ਵੀ ਆਪਾਂ ਬਹੁਤ ਘੈਂਟ ਆ ਤੇ ਐਵੇਂ ਬੱਸ ਪੰਚੜੀ ਸ਼ੁਰੂ ਹੋ ਗਿਆ ਤੇ ਉੱਪਰ ਸਿੱਧੀ ਜੀ ਜ਼ਿਆਦਾ ਮਿਲ ਗਈ ਤਾਂ ਆਪਾਂ ਨੇ ਫਿਰ ਪੈਰ ਚੱਕੇ ਗਏ ਅੱਛਾ ਮੈਂ ਲਾ ਕਰਦਾਂ ਕਰਦਾਂ ਲਾਲ ਲਾਲਾ ਹੋ ਗਈ ਤੇ ਫੇਰ ਮੁੜ ਕੇ ਖੜੇ ਜਾਣਾ ਉਹ ਮੈਂ ਕਹਿੰਦਾ ਵੇਖੋ ਵੀ ਪੜ੍ਹਾਈ ਲਿਖੀ ਦਾ ਕਾਦ ਲਈ ਕੇ ਬੰਦੇ ਨੇ ਪੈਸਾ ਕਮਾਉਣਾ ਤੇ ਪ੍ਰਸਿੱਧ ਹੋਣਾ ਬਿਲਕੁਲ ਦੋਵੇਂ ਚੀਜ਼ਾਂ ਸ਼ੁਰੂ ਹੋ ਗਈਆਂ ਸੋ ਆਪਣਾ ਮਤਲਬ ਟਾਰਗੇਟ ਹਾਸਲ ਹੋ ਗਿਆ ਫਿਰ ਮੈਂ ਕਿਹਾ ਤੁਸੀਂ ਡੇਢ-ਢੀ ਮੋਟੀਆਂ ਕਾਨੂੰਨ ਦੀਆਂ ਕਿਤਾਬਾਂ ਹੋਰ ਪੜ੍ਹਨੀ ਆ ਤਿੰਨ ਕਿ ਪੇਪਰ ਰਹਿ ਗਏ ਨਹੀਂ ਦਿੱਤੇ ਫਿਰ। ਕੀ ਬਾਤ ਹੈ ਤੇ ਪਰਿਵਾਰ? ਪਰਿਵਾਰ ਵਧੀਆ? ਪਰਿਵਾਰ ਚ ਜਿਲਸਾ ਬਾਰੇ ਵੀ ਦੱਸ ਦਿਓ ਕਿ ਸਾਡੇ ਬਾਬੇ ਦਾ ਵੀ ਨਾਮ ਲੈ ਦਿਓ। ਮਤਲਬ ਹੁਣ ਘੁੰਮ ਘੁੰਮ ਕੇ ਇਦਾਂ ਦਾ ਨਾ ਮੈਂ ਜਦੋਂ ਮੈਂ ਪੁੱਛਿਆ ਸੀ ਤੁਸੀਂ ਉਹਦਾ ਵੀ ਜਵਾਬ ਦਤਾ ਮੈਂ ਕਿਹਾ ਹੁਣ ਮੈਂ ਲਾਈਵ 'ਚ ਹੀ ਪੁੱਛਣਾ ਪਈ ਤਾਂ ਦੱਸੋਗੇ। ਪਰਿਵਾਰ ਮੇਰਾ ਬਹੁਤ ਵਧੀਆ ਜੀ। ਸਰਜਣ ਜਾਣਦੇ ਹੋ ਅਸਲ ਦੇ ਵਿੱਚ ਹੁੰਦਾ ਨਾ ਕਿ ਵੱਡੇ ਬੋਰਡ ਦੇ ਥੱਲੇ ਛੋਟਾ ਬੋਰਡ ਪੈਦਾ ਨਹੀਂ ਹੁੰਦਾ ਤੇ ਮੈਨੂੰ ਮੇਰੀ ਇਹ ਕੋਸ਼ਿਸ਼ ਹੁੰਦੀ ਵੱਡੇ ਬੋਰਡ ਬਾਰੇ ਮਾਇਨਤ ਸਿਆ ਜਾਵੇ ਤਾਂ ਕਿ ਛੋਟਾ ਬੋਰਡ ਜ਼ਿਆਦਾ ਫੈਲਿਆ ਹੋਇਆ ਮਹਿਸੂਸ ਹੋਵੇ ਪੰਜਾਬੀ ਫਿਲਮਾਂ ਦੇ ਵਿੱਚ ਵਧੀਆ ਨਾਮ ਆ ਜੀ ਉਹਨਾਂ ਦਾ ਹਰਦੀਪ ਗਿੱਲ ਜਿਨ੍ਹਾਂ ਨੇ ਨਾਬਰ ਵਰਗੀ ਨੈਸ਼ਨਲ ਅਵਾਰਡ ਜੇਤੂ ਫਿਲਮਾਂ ਦੇ ਵਿੱਚ ਮੇਨ ਕਿਰਦਾਰ ਕੀਤਾ ਫਾਦਰ ਦਾ ਮਿੱਟੀ ਦੇ ਵਿੱਚ ਤੁਸੀਂ ਉਹਨਾਂ ਨੂੰ ਦੇਖਿਆ ਪਤਾਨੀ ਰੱਬ ਕਿਹੜਿਆ ਰੰਗਾਂ ਚ ਰਾਜੀ ਲਵ ਪੰਜਾਬ ਮਿਸਟਰ ਐਂਡ ਮਿਸ 420 ਚ 420 अनेਕਾਂ ਫਿਲਮਾਂ ਨੇ ਜਿਹੜੀਆਂ ਉਹਨਾਂ ਦੇ ਹਿੱਸੇ ਆਈਆਂ ਬਹੁਤ ਸਾਰੀਆਂ ਫਿਲਮਾਂ ਹੁਣ ਵੀ ਕਰ ਰਹੇ ਨੇ ਰੀਸੈਂਟਲੀ ਉਹਨਾਂ ਨੇ ਚਮਕ ਕੀਤੀ ਹੈ ਜਿੱਦਾਂ ਪ੍ਰੀਮੀਅਰ ਸ਼ੋ ਹੋਣ ਜਾ ਰਿਹਾ 12 ਤਰੀਕ ਨੂੰ ਅਮਰਸਰ ਵਿਰਸਾ ਵਿਹਾਰ ਦੇ ਵਿੱਚ ਸ਼ਾਮੀ 6 ਵਜੇ ਤੇ ਪਰਮਾਤਮਾ ਨੇ ਬਹੁਤ ਵਧੀਆ ਪੁੱਤਰ ਦੀ ਦਾਤ ਬਖਸ਼ੀ ਆ ਆਮੀਨ ਸਿੰਘ ਗਿੱਲ ਬਹੁਤ ਨੋਟੀ ਬੋਏ ਆ ਬਹੁਤ ਸ਼ੈਤਾਨ ਦੋ ਜਾਤਾਂ ਦਾ ਸੁਮੇਲ ਮੈਂ ਬਹਾਮਣਾਂ ਦੀ ਕੁੜੀ ਹਰਦੀਪ ਗਿੱਲ ਜੱਟਾਂ ਦਾ ਮੁੰਡਾ ਤੇ ਉਹ ਦੋ ਜਾਤਾਂ ਦਾ ਸਮੇਲ ਤੇ ਉਹ ਤਾਂ ਬਸ ਪਟਕਾ ਇਹ ਆ ਜਿਹੜੀ ਤੁਸੀਂ ਗੱਲ ਛੇੜਤੀ ਹਾਂ ਹਾਂ ਇਹ ਵੀ ਇੱਕ ਸਟੋਰੀ ਇੰਟਰਸਟਿੰਗ ਹੋ ਸਕਦੀ ਹੈ ਜੇ ਤੁਸੀਂ ਦੱਸਣਾ ਚਾਹੋ ਤਾਂ ਮੈਂ ਨਹੀਂ ਕਹਿੰਦਾ ਵੀ ਬਾਅਦ ਮੇਰੇ ਦਵਾਲੇ ਨਾ ਹੋਵੇ ਮੈਂ ਜਾਣ ਨਹੀਂ ਬੁਝਾਉਣੀ ਨਹੀਂ ਬਸ ਉਹ ਜਦੋਂ ਕੋ ਪੰਚ ਨਹੀਂ ਕਰਦੇ ਸੀ ਉਦੋਂ ਕੋ ਚੰਗਾ ਲੱਗਦਾ ਹੁੰਦਾ ਸੀ ਉਹ ਮੁੰਡਾ ਉਹਦੀਆਂ ਅੱਖਾਂ ਦੇ ਵਿੱਚ ਡੁੱਬ ਗਈ ਫਿਰ ਮੈਂ ਓਏ ਹੋਏ ਬਸ ਫਿਰ 8 ਕ ਸਾਲ ਇਸ਼ਕ ਕੀਤਾ ਤਿੰਨ ਚਾਰ ਵਿਆਹ ਹੋਏ ਸਾਡੇ ਅੱਛਾ ਜੀ ਨਹੀਂ ਉਹ ਤਾਂ ਫਿਰ ਨੇ ਇਹੋ ਜਿਹੇ ਕੰਮ ਤਾਂ ਜਿਆਦਾ ਪੱਕਾ ਕਰਨਾ ਪੈਂਦਾ ਨਾ ਕਿ ਕਿਸੇ ਪਾਸੋਂ ਵੀ ਮਤਲਬ ਰਾਹ ਨਾ ਬਚੇ ਖੈਰ ਇਹਨਾ ਮੈਨੂੰ ਵਧੀਆ ਲੱਗਦਾ ਪਿਆ ਤੁਹਾਡੇ ਨਾਲ ਗੱਲਾਂ ਕਰਕੇ ਮੈਨੂੰ ਐ ਲੱਗਦਾ ਕਿ ਮੈਂ ਘਰੇ ਬੈਠਾ ਕੇ ਆਪਣੇ ਟੱਬਰ 'ਚ ਗੱਲਾਂ ਕਰੀ ਜਾਂਦਾ ਤੇ ਤੁਸੀਂ ਰਿਕਾਰਡ ਕਰਦੇ ਮੈਂ ਤੁਹਾਨੂੰ ਪਤਾ ਹੀ ਨਹੀਂ ਤਾਂ

ਬਹੁਤ ਵਧੀਆ ਬਟਾ ਬਹੁਤ ਅੱਛਾ ਲੱਗ ਰਿਹਾ ਮੈਂ ਫੈਨ ਆ ਤੁਹਾਡੀ ਦੋਵਾਂ ਦੀ ਤੁਹਾਡੇ ਬਹੁਤ ਸਾਰੇ ਪ੍ਰੋਗਰਾਮ ਹੈ ਛੱਡੋ ਕੇ ਆ ਨਾ ਗੱਲਾਂ ਕਰੋ ਯਾਰ ਮਜ਼ਾ ਆ ਗਿਆ ਔਰ ਕਿਹੜੇ ਪਾਸੇ ਤੁਰ ਪਏ ਸਨੀ ਸਿੰਘ ਜੀ ਦਾ ਮੈਸੇਜ ਸੀਗਾ ਹੁਣੇ ਉਹ ਉਹ ਕਹਿ ਰਹੇ ਸੀਗੇ ਕਿ ਵੀ ਮੈਂ ਪੁੱਛਣਾ ਚਾਹਣਾ ਆ ਵੀ ਜ਼ਿੰਦਗੀ 'ਚ ਬਹੁਤ ਸਾਰੀਆਂ ਚੀਜ਼ਾਂ ਤੁਰਦੀਆਂ ਨੇ ਦੀਆਂ ਤੁਰਦੀਆਂ ਨੇ ਦੀਆਂ ਮੰਨਣਾ ਆਪਣੇ ਹਿਸਾਬ ਨਾਲ ਮੋਲਡ ਕਰਨ ਦੀ ਕੋਸ਼ਿਸ਼ ਕਰਦਾ ਪਰ ਕਿਤੇ ਨਾ ਕਿਤੇ ਉਹ ਵਾਪਰ ਜਾਂਦੀਆਂ ਇਹਦੇ ਨਾਲ ਤੁਸੀਂ ਕਿੰਨੇ ਕ ਸਹਿਮਤ ਹੋ ਮੈਨੂੰ ਲੱਗਦਾ ਹੁੰਦਾ ਕਿ ਹੁਣ ਮੈਨੂੰ ਲੱਗਦਾ ਕਿ ਕੁਦਰਤ ਨੇ ਬੜਾ ਕੁਝ ਨਾ ਮਤਲਬ ਸਾਡੇ ਵਈਆਂ ਖਾਤੇ ਬਣੇ ਹੋਏ ਨੇ ਜੀ ਜੀ ਤੇ ਜਦੋਂ ਸਾਨੂੰ ਲੱਗਦਾ ਕਿ ਕੁਝ ਘਾਤਕ ਵਾਪਰਨ ਵਾਲਾ ਸੀ ਛਤਰੀ ਤੇ ਲੈ ਸਕਦੇ ਆ ਤਾਂ ਕਿ ਉਹਦਾ ਅਸਰ ਘੱਟ ਹੋਵੇ ਬਟ ਇੰਜ ਨਹੀਂ ਹੋ ਸਕਦਾ ਹੁੰਦਾ ਕਿ ਬਰਸਾਤ ਹੋ ਰਹੀ ਹੈ ਤਾਂ ਅਸੀਂ ਤੁਰ ਵੀ ਰਹੇ ਆ ਤੇ ਭਿੱਜੀਏ ਵੀ ਨਾ ਹਾਏ ਕਿੰਨੀ ਡੂੰਗੀ ਗੱਲ ਕਰ ਦਿੱਤੀ ਐ ਸਣੀ ਸਹੀਂ ਜੀ ਕੱਲਾ ਤੁਹਾਡਾ ਸਵਾਲ ਹੀ ਡੂੰਗਾ ਨਹੀਂ ਕਿ ਇੱਧਰ ਸਮਝੋ ਖੋਈ ਆ ਅੱਛਾ ਵੈਸੇ ਰੀਤੇ ਜੀ ਇੱਕ ਗੱਲ ਦੱਸੋ ਹੁਣ ਤੱਕ ਤੁਸੀਂ ਜਿੰਨੇ ਕਿਰਦਾਰ ਕੀਤੇ ਨੇ ਕੁਈ ਐਸਾ ਕਿਰਦਾਰ ਉਹ ਰੰਗਮੰਚ ਤੋਂ ਲੈ ਕੇ ਫਿਲਮਾਂ ਤੱਕ ਦੀ ਮੈਂ ਗੱਲ ਕਰ ਰਿਹਾ ਜਿਹੜਾ ਅੱਜ ਤੱਕ ਤੁਹਾਡੇ ਅੰਦਰ ਹੋਵੇ ਕਿ ਵੀ ਉਹ ਮੇਰਾ ਬੈਸਟ ਸੀ ਗੁਰਪ੍ਰੀਤ ਅਸੀਂ ਨਾਟਕ ਪਾਲੀ ਭਵਿੰਦਰ ਹੁਣਾ ਦਾ ਹੈਗਾ ਸਿਰਜਣਾ ਜਿਹੜਾ ਭਰੂਣ ਹੱਤਿਆ ਤੇ ਬੇਸਡ ਆ ਉਸ ਨਾਟਕ ਦੇ ਵਿੱਚ ਮੈਂ ਇੱਕ ਐਸੀ ਮਾਸੀ ਜਿਹੜੀ ਸਰਵੈਂਟ ਦਾ ਰੋਲ ਕੀਤਾ ਸੀਗਾ ਹਸਪਤਾਲ ਦੇ ਵਿੱਚ ਉਹ ਜੌਬ ਕਰਦੀ ਹੁੰਦੀ ਆ ਹੂੰ ਜਿਹੜੇ ਮਤਲਬ ਨਾਟਕ ਦੇ ਵਿੱਚ ਉਹ ਲੰਨਤਾ ਪਉਂਦੀ ਆ ਅਖੀਰ ਦੇ ਉੱਤੇ ਕਿ ਭੁਰੂਣ ਹਤਿਆ ਕਿਉਂ ਕਰ ਰਹੇ ਹੋ ਤੁਸੀਂ ਤੇ ਉਸ ਨਾਟਕ ਦੇ ਵਿੱਚ ਮਤਲਬ ਜਿਸ ਤਰ੍ਹਾਂ ਨਾਲ ਮੈਂ ਉਸ ਕੈਰੈਕਟਰ ਨੂੰ ਡਿਜ਼ਾਈਨ ਕੀਤਾ ਮੈਨੂੰ ਮਾਣ ਤੇ ਖੁਸ਼ੀ ਆ ਕਿ ਮੈਂ 22 ਸਾਲ ਪਹਿਲਾਂ ਉਹ ਪਹਿਲੀ ਵਾਰੀ ਕਿਰਦਾਰ ਜਿਹੜਾ ਉਹ ਰੰਗਮੰਚ ਦੇ ਉੱਤੇ ਕੀਤਾ ਸੀ ਤੇ ਅੱਜ ਵੀ ਜਦੋਂ ਕੋਈ ਵੀ ਨਾਟਕ ਕੀਤਾ ਜਾਂਦਾ ਤੇ ਮੇਰੇ ਡਿਜ਼ਾਈਨ ਕੀਤੇ ਹੋਏ ਉਸ ਕੈਰੈਕਟਰ ਨੂੰ ਕਾਪੀ ਕੀਤਾ ਜਾਂਦਾ ਮੈਨੂੰ ਉਹ ਬਹੁਤ ਅੱਛਾ ਲੱਗਦਾ ਇਸੇ ਤਰ੍ਹਾਂ ਹਰਦੀਪ ਹੁਣਾ ਨੇ ਇੱਕ ਨਾਟਕ ਲਿਖਿਆ ਸੁੱਚੀ ਸਾਂਝ ਹੂੰ ਵੀਨਾ ਵਰਮਾ ਹੋਣਾ ਦੀ ਕਹਾਣੀ ਰਜਾਈ ਤੇ ਬੇਸਡ ਆ ਉਹਦੇ ਸਿਸ ਅਸੀਂ ਦੋਵੇਂ ਜਣੇ ਮੇਨ ਰੋਲ ਕਰਦੇ ਆ ਜੀ ਜੀ ਤੇ ਉਹ کردار ਕਰਦਿਆਂ ਵੀ ਬੰਸੋ ਦਾ ਕਿਰਦਾਰ ਹੈਗਾ ਉਹ ਵੀ ਮੈਨੂੰ ਬਹੁਤ ਅੱਛਾ ਲੱਗਦਾ ਤਾਂ ਇਸੇ ਤਰ੍ਹਾਂ ਅਸੀਂ ਹਰਦੀਪ ਹੋਣਾ ਨੇ ਨਾਟਕ ਲਿਖਿਆ ਸਿਖਰ ਦੁਪਹਿਰਾਂ ਰਾਤ ਜਿਹੜਾ ਨਸ਼ਿਆਂ ਦੇ ਉੱਤੇ ਆਧਾਰਿਤ ਸੀਗਾ 2009 ਦੇ ਵਿੱਚ ਤੇ ਹੁਣ ਤੱਕ 5000 ਤੋਂ ਉੱਤੇ ਸ਼ੋਅਸ ਅਸੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਚੋਂ ਉਸ ਨਾਟਕ ਦੇ ਕਰ ਚੁੱਕੇ ਆ ਉਹਨੂੰ ਨੁੱਕੜ ਨਾਟਕ ਦੇ ਰੂਪ ਚ ਵੀ ਕੀਤਾ ਉਹਨੂੰ ਮੈਚੋਰ ਥੀਏਟਰ ਦੇ ਤੌਰ ਦੇ ਉੱਤੇ ਵੀ ਅਸੀਂ ਖੇਡਿਆ ਔਰ ਪੰਜਾਬ ਦੇ ਲਗਭਗ ਹਰ ਇੱਕ ਸ਼ਹਿਰ ਤੇ ਬੇਸ਼ੁਮਾਰ ਪਿੰਡਾਂ ਚ ਔਰ ਉਸ ਨਾਟਕ ਦੇ ਵਿੱਚ ਮੈਂ ਮੇਨ ਰੋਲ ਕਰਦੀ ਆ ਮਾਂ ਦਾ ਜਿਹਦਾ ਪੁੱਤ ਨਸ਼ਿਆਂ ਦਾ ਸ਼ਿਕਾਰ ਹੋ ਜਾਂਦਾ ਤੇ ਅਖੀਰ ਮੌਤ ਹੋ ਜਾਂਦੀ ਆ ਉਹਦੀ ਤਾਂ ਬੜਾ ਤਰਾਸਤਿਕ ਕਿਰਦਾਰ ਬੜਾ ਸੀਰੀਅਸ ਕਿਰਦਾਰ ਔਰ ਬਹੁਤ ਕਰੀਬ ਆ ਮੇਰੇ ਮਨ ਦੇ ਤੇ ਫਿਲਮਾਂ ਦੀ ਜਿਹੜੀ ਗੱਲ ਆ ਫਿਲਮਾਂ ਦੇ ਵਿੱਚ ਮੇਰੇ ਬਹੁਤ ਸਾਰੇ ਕਿਰਦਾਰ ਜਿਹੜੇ ਸਾਰੇ ਤੁਹਾਨੂੰ ਚੰਗੇ ਲੱਗਦੇ ਬਿਲਕੁਲ ਕਿਉਂਕਿ ਮੈਨੂੰ ਲੱਗਦਾ ਹੁੰਦਾ ਕਿ ਮੈਂ ਤੇ ਕਰੈਕਟਰ ਕਰਨ ਲੱਗੇ ਯਾਨੀ ਪੇਪਰ ਦੇਣ ਵਾਲੇ ਹਿਸਾਬ ਹੁੰਦਾ ਜੇ ਤੁਸੀਂ ਫਰਸਟ ਪੋਜੀਸ਼ਨ ਚ ਪਾਸ ਕਰ ਦਿੰਦੇ ਹੋ ਤਾਂ ਮੈਨੂੰ ਮੇਰਾ ਕਰੈਕਟਰ ਹਿੱਟ ਹੋ ਜਾਂਦਾ ਤਾਂ ਮੈਨੂੰ ਲੱਗਦਾ ਵੀ ਠੀਕ ਆ ਬਹੁਤ ਵਧੀਆ ਤਾਂ ਕੁਝ ਫਿਲਮਾਂ ਜਿਹੜੀਆਂ ਕਰੈਕਟਰ ਅੱਛੇ ਵੀ ਸੀਗੇ ਬਟ ਉਹ ਫਿਲਮਾਂ ਨਹੀਂ ਕਹਾਣੀ ਨਹੀਂ ਸੀ ਇੰਨੀ ਅੱਛੀ ਇਸ ਕਰਕੇ ਉਹ ਬਹੁਤੀਆਂ ਨਹੀਂ ਚੱਲੀਆਂ ਤੇ ਮੈਨੂੰ ਅੱਛੀਆਂ ਲੱਗਦੀਆਂ ਕੰਟਰੋਲ ਭਾਜੀ ਕੰਟਰੋਲ ਅਸੀਂ ਇੱਕ ਫਿਲਮ ਕੀਤੀ ਸੀ ਉਹਦੇ ਚ ਮੇਰਾ ਐਨ ਆਰ ਆਈ ਪਾਪਣ ਦਾ ਰੋਲ ਸੀਗਾ ਉਹ ਬਹੁਤ ਵਧੀਆ ਲੱਗਦਾ ਸੀ ਮੈਨੂੰ ਔਰ ਅੰਗਰੇਜ਼ ਤਾਂ ਤੁਹਾਨੂੰ ਪਤਾ ਹੀ ਆ ਮੇਰੇ ਸਭ ਤੋਂ ਵੱਧ ਮੇਰੀ ਫੇਵਰਟ ਫਿਲਮ ਜਿਹਦੇ ਵਿੱਚ ਅਮਨ ਖਟਕੜ ਨੇ ਦੁੱਲੇ ਦਾ ਰੋਲ ਕੀਤਾ ਸਾਡੀ ਸਾਂਝ ਵੀ ਉੱਥੋਂ ਹੀ ਬਣੀ ਤੇ ਬਹੁਤ ਹੀ ਵਧੀਆ ਰੋਲ ਉਹਨਾਂ ਨੇ ਕੀਤਾ ਬੜਾ ਸੰਜੀਦਾ ਜਿਹਾ ਉਹ ਕੈਰੈਕਟਰ ਸਭ ਤੋਂ ਵੱਧ ਮੈਨੂੰ ਡਾਇਲੋਗ ਯਾਦ ਹੈਗਾ ਅਮਨ ਦਾ ਉਹ ਉਹ ਬਾਰ-ਬਾਰ ਕਹਿੰਦਾ ਵੀ ਭਾਈ ਉਹ ਦੇਖਣਾ ਵੀ ਕੁੜੀ ਕਿਵੇਂ ਦੀ ਹੈ ਨਾ ਤੇ ਫਿਰ ਜਦੋਂ ਉਹ ਨਾ ਪੋਲੇ ਜਿਹਾ ਉਹਨਾਂ ਨੂੰ ਕਹਿੰਦਾ ਭਾਈ ਆਪਣੀ ਤਾਂ ਤਸੱਲੀ ਆਪਾਂ ਦਾ ਹੱਥ ਦੇ ਦੇ ਸੋ ਸੁਬੀਰਤ ਨਾ ਬਹੁਤ ਵਜ਼ੀਤੇ ਮੈਸੇਜ ਵੀ ਨਾਲ-ਨਾਲ ਆ ਰਹੇ ਨੇ ਕਿ ਅੰਗਰੇਜ਼ ਦੇ ਤੁਹਾਡੇ ਕੈਰੈਕਟਰ ਨੂੰ ਬਹੁਤ ਸਲਾਹਿਆ ਜਾ ਰਿਹਾ ਹੈ। ਇਹ ਜੱਟ ਐਂਡ ਜੂਲੀਟ ਦਾ ਮਲਿਕਾ ਵਾਲਾ ਡਾਇਲੋਗ। ਇਹ ਕਮਲ ਸਿੰਘ ਜੱਜ ਜੀ ਕਹਿ ਰਹੇ ਨੇ। ਯਾਦ ਆ ਤੁਹਾਨੂੰ? ਆ ਉਹਦੇ ਚ ਸਿਕਾ ਉਹ ਫੋਟੋ ਸੂਟਕੇਸ ਫਤੇ ਦਾ ਪੈਕ ਕਰ ਰਹੀ ਆ ਤੇ ਇੱਕ ਫੋਟੋ ਉਹਦੇ ਛੁੰਦੀ ਪੋਸਟਰ ਮਲਿਕਾ ਸ਼ਰਾਵਤ ਦਾ ਯਸ ਮਲਿਕਾ ਸ਼ਰਾਵਤ ਮਲਿਕਾ ਸ਼ਰਾਵਤ ਦੀ ਤੋ ਵੀ ਮੈਂ ਵਿੱਚ ਰੱਖਦੀ ਵੀ ਫੇ ਅੱਛਾ ਮੈਂ ਕਹਿੰਨੀ ਆ ਦੱਸ ਹੈ ਕਮਲਾ ਮੇਰੀ ਫੋਟੋ ਨਾਲ ਐਵੇਂ ਰੱਖ ਗਿਆ ਕਹਿੰਦਾ ਹੋਣਾ ਨਾ ਬਾਹਰ ਜਾ ਕੇ ਸਰਜੀ ਨਹੀਂ ਲੱਗਣਾ ਚਲ ਮਾਂ ਦੀ ਫੋਟੋ ਵੇਖ ਲਿਆ ਕਰੂੰ ਤੋ ਉਹ ਜਿਹੜਾ ਮੇਰਾ ਘਰ ਵਾਲੇ ਦਾ ਰੋਲ ਕਰ ਰਿਆ ਸੀ ਉਹ ਕਹਿੰਦੇ ਵੀ ਨਹੀਂ ਤੇਰੀ ਫੋਟੋ ਨਹੀਂ ਹੈਗੀ ਇਹ ਤੇ ਮਲਿਕਾ ਸ਼ਰਾਵਤ ਹੈ ਆਪਣੀ ਆਪਣੀ ਮਲਿਕਾ ਸ਼ਰਾਵਤ ਹੈ ਸਮਝਾਗਾ ਸਰਪੰਚਾਂ ਦੀ ਕੁੜੀ ਨਾ ਮੇਰਾ ਨਾਸ਼ਾ ਕੱਲ ਬੜੀ ਰਲਦੀ ਐ اچھا ਨਹੀਂ ਉਹ ਫਿਲਮ ਬਾਈ ਕੋਰ ਤੁਹਾਡਾ ਡਾਇਲੋਗ ਆ ਜਿਹੜਾ ਤੁਸੀਂ ਬਾਰ ਬਾਰ ਬਲਜੀਤ ਸਹਰਾ ਨੂੰ ਬੁਲਾਉਂਦੇ ਹੋ ਮੇਰਾ ਕੁਚੀ ਮੇਰਾ ਮੁਚ ਮੈਂ ਉਹ ਇੱਕ ਵਾਰ ਤੁਹਾਡੇ ਮੂੰਹ ਸੁਣਨਾ ਚਾਹੁੰਦੀ ਆ ਮਤਲਬ ਤੈਨੂੰ ਕਵਾਂਗੇ ਇਹਨੂੰ ਕਵਾਂ ਮੈਨੂੰ ਹੀ ਕਹਿ ਲੋ ਤਾਂ ਠੀਕ ਆ ਦੇਖ ਲਓ ਬਾ ਚੱਲਾਂ ਤਾਂ ਮੁੱਚੀ ਮੁੱਚੀ ਦਾ ਇਹੀ ਲੱਗਦੀ ਹੈ ਜੀ ਕਹਿੰਦਾ ਇਧਰ ਵੀ ਮੈਸੇਜ ਪਤਾ ਹੀ ਆ ਰਹੇ ਆ ਕੋਈ ਕਹਿੰਦਾ ਤੁਸੀਂ ਭੈਣਾ ਲੱਗਦੀ ਹੋ ਕੋਈ ਕਹਿੰਦਾ ਤੁਸੀਂ ਤੁਸੀਂ ਮਾਵਾਂ ਧੀਆ ਲੱਗਦੇ ਹੋ ਇਧਰ ਵੀ ਚੱਲੀ ਜਾ ਲੋ ਇਹ ਕੰਮ ਨਹੀਂ ਗੁਰਪ੍ਰੀਤ ਨੂੰ ਤਾਂ ਸੱਜਿਆ ਕਹਿਣਾ ਉਹਦੇ ਫਿਰ ਤੇ ਕਹੂੰਗੀ ਨਾ ਮੈਂ ਮੇਰਾ ਕੂਚਾ ਕੂਚਾ ਦਾ ਮੁੱਛਾ ਦਾ ਮੁੱਛਾ ਮੇਰੇ ਨਾਲ ਹੈ ਉਹ ਗਰਾਵੇਣਾ ਨਹੀਂ ਉਹ ਬੈਲੈਂਸ ਕਰਨ ਲਈ ਕੁਝ ਇਹਨੂੰ ਬੈਲੈਂਸ ਕਰਨ ਲਈ ਮੇਰਾ ਮੂਚਾ ਉਹ ਡਾਇਲੋਗ ਹੁਣ ਤੁਹਾਨੂੰ ਸਾਰਿਆਂ ਨੂੰ ਆਉਂਦਾ ਛੱਡੋ ਪਰ ਆਪਾਂ ਹੋਰ ਕੋਈ ਸੋਚਾਂਗੇ ਜੇ ਬੋਲਾਂਗੇ ਬਿਲਕੁਲ ਅੱਛਾ ਉਹ ਕੀ ਬਾਤ ਹੈ ਗੁਰਸੇਵਕ ਢਾਲੀਵਾਲ ਜੀ ਕਹਿ ਰਹੇ ਕਿ ਅਜੇ ਤੱਕ ਵੀ ਉਹ ਤੁਹਾਡੇ ਪੰਚਨੀ ਵਾਲੇ ਕਰੈਕਟਰ ਨੂੰ ਯਾਦ ਰੱਖਦੇ ਨੇ ਕੀ ਬਾਤ ਹੈ ਹਾਂ ਉਹਦੇ ਚ ਜੱਸੀ ਨੇ ਗਾਣਾ ਗਾਇਆ ਸੀ ਉਹਦਾ ਟਾਈਟਲ Song ਸੀ ਪੜ ਕੇ ਜਮਾਤਾ ਚਾਰ ਪੰਚਣੀ ਪਿੰਡ ਦੀ ਬਣੀ ਪੜ ਕੇ ਜਮਾਤਾ ਚਾਰ ਪੰਚਣੀ ਪਿੰਡ ਦੀ ਬਣੀ ਐਸੀ ਗੱਲ ਆ ਜਦੋਂ ਤੁਸੀਂ ਉਹਦੀ ਸਟੋਰੀ ਦੱਸੀ ਹੈ ਵੀ ਤੁਸੀਂ ਤਾਂ ਜਮਾਤਾ ਵਿੱਚੇ ਛੱਡ ਗਏ ਜੇ ਇਹ ਤਾਂ ਮਤਲਬ ਗਾਣੇ ਦਾ ਟਾਈਟਲ ਕਿਤੇ ਨਾ ਕਿਤੇ ਗਲਤ ਲਿਖਿਆ ਗਿਆ ਨਹੀਂ ਚਾਰ ਪੜੀਆਂ ਨਾਲ ਟੋਟਲ ਰਾਉਂਡ ਆਊਟ ਬਿਲਕੁਲ ਕਰ ਲੋ ਨਾ ਤੁਸੀਂ ਅੱਛਾ ਇਹ ਦੀਪਕ ਸ਼ਰਮਾ ਜੀ ਕਹਿੰਦੇ ਮੈਂ ਬਹੁਤ ਵੱਡਾ ਫੈਨ ਆ ਜੀ ਤੁਹਾਡਾ ਤੇ ਪਲੀਜ਼ ਇੱਕ ਵਾਰੀ ਇਹਨਾਂ ਨੂੰ ਦੱਸ ਦਿਓ ਮੇਰਾ ਨਾਮ ਲੈ ਕੇ ਹਾਂ ਕਿ ਲਾਈ ਮੌਂਟਰੀਅਲ ਕੈਨੇਡਾ ਦੇ ਵਿੱਚ ਬੈਠੇ ਉਹ ਦੇਖ ਰਹੇ ਨੇ ਦੀਪਕ ਸ਼ਰਮਾ ਜੀ ਥੈਂਕ ਯੂ ਵੈਰੀ ਮਚ ਸੋ ਨਾਈਸ ਆਫ ਯੂ ਮੈਂ ਬਹੁਤ ਜਲਦੀ ਕੈਨੇਡਾ ਆਉਣਾ ਹੈ ਤੇ ਫਿਰ ਵੱਡਾ ਸਾਰਾ ਗਿਫਟ ਲੈ ਕੇ ਜਾਣਾ ਤੇਰੇ ਕੋਲ ਕੀ ਬਾਤ ਹੈ ਆ ਬੜੀ ਜਿਹੜੀ ਫੈਨ ਹੈ ਇੰਨਾ ਕਿ ਤੇ ਕਰਨਾ ਚਾਹੀਦਾ ਨਾ ਕਲਾਕਾਰ ਨੂੰ ਤਾਂ ਬਹੁਤ ਗਿਫਟ ਦੇਣੇ ਚਾਹੀਦੇ ਬਹੁਤ ਚੰਗਾ ਲੱਗਦਾ ਮੈਨੂੰ ਨਾ ਨਾ ਕਰਦਿਆਂ ਵੀ ਲੋਕੀ ਇਹਦੇ ਗਿਫਟ ਦੇ ਦਿੰਦੇ ਨਾ ਮੈਂ ਪਿਛਲੇ ਦਿਨ ਆਸਟ੍ਰੇਲੀਆ ਗਈ ਦੋ ਮੈਂ ਇੱਕ ਕਟਾਚੀ ਖੜਿਆ ਇੱਕ ਮੈਨੂੰ ਹੋਰ ਉੱਥੋਂ ਲਿਆਉਣਾ ਪੈ ਗਿਆ ਮੁੜ ਕੇ ਕੀ ਬਾਤ ਬਹੁਤ ਚੰਗਾ ਤਾਂ ਨਹੀਂ ਲੱਗਦਾ ਕੋਈ ਕੁਝ ਦੇਵੇ ਪਰ ਮਤਲ ਮਤਲਬ ਨਾ ਜ਼ੁਬਾਨ ਤ ਤਰੀਕੇ ਤੇ ਨਾ ਹੀ ਨੀ ਨਿਕਲਦੀ ਸਿਖਾਇਆ ਹੀ ਨਹੀਂ ਕਰਦਿਆ ਨੇ ਸ਼ੁਰੂ ਤੋਂ ਨਾ ਕਹਿਣਾ ਹੈਰੀ ਹੇਅਰ ਜੀ ਕਹਿੰਦੇ ਆ ਕਿ ਤੁਸੀਂ ਮਲਟੀ ਟੈਲੈਂਟਡ ਐਕਟਰ ਹੋ ਹਲੇ ਕੋਈ ਅਸਲ ਪਤਾ ਨਾਲੋਂ ਨਾਲ ਨਾਲ ਮੈਨੂੰ ਇਹ ਆ ਕਿ ਨਹੀਂ ਦੇਖੋ ਅੱਜ ਜੇ ਕਿਸੇ ਨੇ ਕਮੈਂਟ ਕਰਨਾ ਕਿਸੇ ਨੇ ਕੋਈ ਗੱਲ ਕਰਨੀ ਤਾਂ ਉਹ ਜੇ ਤੇ ਬਾਕੀਆਂ ਨਾਲੋਂ ਵੱਖਰਾ ਲਿਖੋ ਜੇ ਮੈਂ ਬਾਕੀਆਂ ਨਾਲੋਂ ਵੱਖਰਾ ਕੰਮ ਕਰਕੇ ਤੁਹਾਨੂੰ ਇੰਡਸਟਰੀ 'ਚ ਦਿਖਾਇਆ ਤੁਹਾਨੂੰ ਮੈਂ ਉਹਨਾਂ ਨਾਲੋਂ ਵੱਧ ਪਿਆਰੀ ਲੱਗਦੀ ਸਭ ਤੋਂ ਵੱਧ ਪਿਆਰੀ ਲੱਗਦੀ ਕੋਈ ਕਹਿੰਦਾ ਪਾਲੀਵੁੱਡ ਦੀ ਮਾਂ ਕੋਈ ਕਹਿੰਦਾ ਪੰਜਾਬੀ ਸਿਨੇਮੇ ਦੀ ਮਾਂ ਤੁਹਾਡੀ ਸਾਰਿਆਂ ਦੀ ਮਾਂ ਤੁਹਾਡੀ ਬੇਬੇ ਤੁਹਾਡੀ ਅਮਾ ਅੱਜ ਤੋਂ ਤਾਂ ਚਾਰ ਤੇ ਲਾਈਨਾਂ ਮਾਂ ਲਈ ਕੋਈ ਵੱਖਰੀਆਂ ਲਿਖ ਕੇ ਘੱਲੋ ਆ ਆ ਕੀ ਆ ਕਿਤਾਬ ਜੀ ਜਿਹੜੀ ਤੋਂ ਇਹਦੇ ਚੋਂ ਕਹਿੰਦੇ ਆ ਜੀ ਪੀ ਅੰਗਰੇਜ਼ ਵਾਲਾ ਡਾਇਲੌਗ ਸੁਣਨਾ ਚਾਹੁੰਦੇ ਆ ਉਹ ਪਾਸੇ ਜਾ ਕਰਕੇ ਨਾ ਜਿਹੜਾ ਸੰਗ ਮੈਨੂੰ ਸੰਗ ਲੱਗਦੀ ਆ ਔਰ ਛੜੋ 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 ਮੈਂ ਤੁਹਾਨੂੰ ਦੱਸੀ ਆ ਨਾ ਦੁਨੀਆ ਬਹੁਤ ਹੂਸ ਤੱਕ ਬੇਟੀ ਪਾਸੇ ਹੋ ਜਾਵੇ ਮੈਨੂੰ ਸੰਗ ਲੱਗਦੀ ਆ ਇੱਥੋਂ ਤੇ ਉਹ ਗੱਲ ਅਜਾ ਮੈਂ ਸੀ ਗੱਲ ਹੈ ਉਹ 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 ਲਿਖਿਆ ਈ ਇਦਾਂ ਸੀ ਜਾਂ ਉਸ ਤੋਂ ਬਾਅਦ ਜਿਵੇਂ ਤੁਸੀਂ ਕੀਤਾ ਨਾ ਉਹ ਕਮਾਲ ਸੀ ਮਤਲਬ ਨਹੀਂ ਉਹਦੇ ਚ ਅੰਬਰ ਦੀ ਬਹੁਤ ਜ਼ਿਆਦਾ ਕੰਟਰੀਬਿਊਸ਼ਨ ਆ ਅੰਬਰ ਨੇ ਮਤਲਬ ਅੱਛਾ ਲਿਖਿਆ ਹੋਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਮੈਨੂੰ ਇਹ ਲੱਗਦਾ ਸੀਗਾ ਕਿਉਂਕਿ ਉਹ ਮਾਝੇ ਦੀਆਂ ਉਹ ਥੋੜਾ ਜਿਹਾ ਮਲਵਈ ਇੱਕ ਏਰੀਆ ਸੀਗਾ ਟਿਪਿਕਲੀ ਜਿੱਥੋਂ ਦੀ ਉਹ ਕਹਾਣੀ ਜਿਹੜਾ ਉਹ ਪਿੰਡ ਸੀਗਾ ਮੈਨੂੰ ਇਹ ਸੀਗਾ ਕਿ ਮੈਂ ਇਨਸਾਫ ਕਰ ਸਕਾਂ ਉਸ ਕੈਰੈਕਟਰ ਨਾਲ ਮੈਂ ਇਹ ਨਾ ਹੋਵੇ ਕਿ ਮਾਝੇ ਵਾਲੀ ਬੋਲੀ ਹੀ ਬੋਲੀ ਜਾਵਾਂ ਤੇ ਜਿਸ ਤਰ੍ਹਾਂ ਦਾ ਕੈਰੈਕਟਰ ਰਾਈਟਰ ਦੇ ਅੰਦਰ ਚੱਲ ਰਿਹਾ ਜਿਸ ਤਰ੍ਹਾਂ ਦਾ ਕੈਰੈਕਟਰ ਡਾਇਰੈਕਟਰ ਦੇ ਅੰਦਰ ਚੱਲ ਰਿਹਾ ਉਸ ਤਰ੍ਹਾਂ ਦਾ ਕੈਰੈਕਟਰ ਜਿਹੜਾ ਹੈਗਾ ਉਹ ਮੈਂ ਲੋਕਾਂ ਨੂੰ ਉਸ ਤਰ੍ਹਾਂ ਦਾ ਦਿਸਾਂ ਫਿਲਮ ਦੇ ਵਿੱਚ ਬਿਲਕੁਲ ਔਰ ਉਸ ਫਿਲਮ ਨੂੰ ਜਦੋਂ ਮੈਂ ਵੇਖਿਆ ਫਿਰ ਐਂਜੀ ਵੇਖਿਆ ਜਿਵੇਂ ਕਿਸੇ ਦੀ ਫਿਲਮ ਏਖੀ ਦੀ ਅੱਛਾ ਵਾਹ ਤੁਸੀਂ ਸੱਚੀ ਵਿੱਚ ਬਹੁਤ ਹੀ ਵਧੀਆ ਕੰਮ ਕੀਤਾ ਹਾਂ ਸੀਮਾਨ ਨਹੀਂ ਕਰਨਾ ਚਾਹੀਦਾ ਆਪਣੇ ਤੇ ਬੜਾ ਮੂੰਹ ਹੀ ਮਾਨ ਕਰਨਾ ਚਾਹੀਦਾ ਨਹੀਂ ਵੀ ਜਦੋਂ ਤੁਸੀਂ ਅੱਛਾ ਕੰਮ ਕੀਤਾ ਤਾਂ ਤੁਸੀਂ ਬਹੁਤ ਲੱਗਿਆ ਅੱਛਾ ਕੀਤਾ ਬਿਲਕੁਲ ਹੁਣ ਤੁਹਾਨੂੰ ਦੋਵਾਂ ਜਣੇ ਨੂੰ ਕਹਿਣਾ ਚਾਹੀਦਾ ਵੀ ਤੁਸੀਂ ਬਹੁਤ ਅੱਛਾ ਮੈਡਮ ਕੰਮ ਕੀਤਾ ਤੇ ਤੁਸੀਂ ਨਹੀਂ ਕਹਿ ਰਹੇ ਮੇਰੇ ਪੁੱਤ ਦਾ ਚੈਨਲ ਮੈਂ ਤੇ ਆਪੇ ਕਹੂੰ ਫਿਰ ਇਹਨੇ ਅਹੀਂ ਤੇ ਅਹੀਂ ਕਹਿ ਰਹੇ ਆ ਅਸੀਂ ਤੇ ਅਸੀਂ ਤਾਂ ਸ਼ੁਰੂ ਚ ਕਹਿ ਹਟਿਆ ਕਿ ਸਾਡੀ ਫਾਈਸ ਇੰਟਰੋਡਕਸ਼ਨ ਹੁੰਦੀ ਆ ਉਹ ਤਾਂ ਬੇਵਾਰ ਗਲਾਰਾ ਕੋਈ ਦੋ ਸ਼ਬਦ ਕਹੋ ਮੈਡਮ ਦੇ ਨਹੀਂ ਮੈਂ ਦੋ ਨਹੀਂ ਮੈਂ ਚਾਰ ਸ਼ਬਦ ਕਹਿ ਦਿੰਦਾ ਵੀ ਮੈਂ ਮੈਂ ਜਿਉਂ ਜੰਮਿਆ ਨਾ ਉਦੋਂ ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਵੱਡੇ ਵਾਲਾ ਪੱਖ ਆ ਵੱਟ ਡੂ ਯੂ ਮੀਨ ਤੁਹਾਡੇ ਕਹਿਣ ਦਾ ਕੀ ਮਤਲਬ ਵੀ ਉਹਨਾਂ ਦੀ ਉਮਰ ਕਿੰਨੀ ਕੁ ਹੋ ਗਈ ਹੈ ਤੇ ਤੁਹਾਡੀ ਉਮਰ ਕਿੰਨੀ ਕ ਹੈ ਮੈਂ ਤਾਂ ਚਿੱਟਿਆਂ ਕੋਂ ਵੇਲੇ ਤਾਂ ਹਾਂ ਤਾਂ ਫਿਰ ਉਹਨੇ ਚਿੱਟੇ ਮੈਂ ਇਹਨੂੰ ਗੁਲਾਬੀ ਕਹਿਣਾ ਹੁੰਦਾ ਮੈਂ ਕਿ ਪਹਿਲਾਂ ਉਹ ਗੁਲਾਬੀ ਹੁੰਦੇ ਸੀ ਫਿਰ ਉਹਨਾਂ ਦਾ ਰੰਗ ਉੱਡ ਗਿਆ ਧੁੱਪੇ ਰਹਿ ਰਹਿ ਕੇ ਰੰਗ ਉੱਡ ਗਿਆ ਨਹੀਂ ਉਹਨਾਂ ਨੇ ਫਿਰ ਜਦੋਂ ਵੇਖਿਆ ਵੀ ਆ ਕੀ ਪੈਦਾ ਹੋ ਗਿਆ ਉਹ ਵਿਚਾਰੇ ਨਾ ਬਸ ਫਿਰ ਡਰ ਕੇ ਕਾਲੇ ਹੋ ਗਏ ਇਹ ਅੱਛੀ ਅੰਦਰੋਂ ਪੰਗਾ ਮੈਂ ਤਾਂ ਬਹੁਤ ਖੁਸ਼ ਹਾਂ ਸੀਰੀਅਸਲੀ ਅੱਛਾ ਆ ਕੀਆ ਨਾ ਦੇਖੋ ਜੀ ਪੜਨਾ ਬਹੁਤ ਜਿਆਦਾ ਨਾ ਲੱਗਿਆ ਨਹੀਂ ਲੈਂਦਾ ਹੋਰ ਕੀ ਹੈ ਸਾਰਾ ਦਿਨ ਬਸ ਸਾਰਾ ਟਾਈਮ ਹੈ ਪਤਾ ਕੀ ਗੱਲ ਹੈ ਉਹ ਮੈਂ ਜੇ ਪੜਨ ਲੱਗਦਾ ਤੇ ਉਹ ਉਸੇ ਵੇਲੇ ਥੱਲੇ ਚੱਲ ਜਾਂਦਾ ਇੰਨੀ ਸਪੀਡ ਚੋ ਕਮੈਂਟਸ ਆਉਂਦੇ ਨੇ ਹੁਣ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਸਬਸੇ ਅੱਜ ਬੁਲਾਇਆ ਕਿੰਨੂ ਆ ਹਨਾ ਸਾਰੀ ਦੁਨੀਆ ਦੇ ਮੈਨੂੰ ਇੰਨਾ ਪਿਆਰ ਕਰਦੇ ਆ ਮੈਂ ਨਾ ਜਦੋਂ ਆਸਟ੍ਰੇਲੀਆ ਗਈ ਫਿਜੀ ਗਈ ਲਾਹੌਰ ਗਈ ਮੈਨੂੰ ਸੱਚੀ ਉਦੋਂ ਹੀ ਪਤਾ ਲੱਗਾ ਵੀ ਮੈਂ ਇੰਨੀ ਜਿਆਦਾ ਮਸ਼ਹੂਰ ਆ ਹਾਏ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ ਉੱਥੇ ਜਦੋਂ ਲੋਕਾਂ ਨੇ ਮੈਨੂੰ ਦੱਸਿਆ <laughs> 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 अच्छा दीपक शर्मा जी ਦਾ ਮੈਸੇਜ ਆ ਗਿਆ ਉਹਨਾਂ ਨੇ WhatsApp ਕਰਤਾ ਉਹ ਕਹਿੰਦੇ ਤੁਹਾਡੇ ਨਾਲੋਂ ਵੀ ਵੱਡਾ ਗਿਫਟ ਮੈਂ ਤਿਆਰ ਕਰਕੇ ਰੱਖ ਲਿਆ ਵਾ ਤੁਸੀਂ ਆਇਓ ਜ਼ਰੂਰ ਕਿਆ ਬਾਤ ਹੈ ਇਹ ਤਾਂ ਵੱਡਾ ਰਿਸਪਾਂਸ ਨਹੀਂ ਹੋ ਸਕਦਾ ਕੈਨੇਡਾ 'ਚ ਬੈਠਾ ਤੁਹਾਡਾ ਫੈਨ ਤਾਂ ਰੋਣੇ ਕਾ ਹੈ ਮਹਾਰਾਜ ਭਾਗ ਲਾਵੇ ਤੇ ਤੇਰੇ ਵਰਗੇ ਦੂਜਿਆਂ ਨੂੰ ਵੀ ਆਦਤ ਪਾਵੇ ਐਡੀ ਕਾ ਬਿਲਕੁਲ ਅੱਛਾ ਅੰਗਰੇਜ਼ ਮੂਵੀ ਦੀਆਂ ਬੋਲੀਆਂ ਦੀ ਕਾਫੀ ਡਿਮਾਂਡ ਆ ਰਹੀ ਹੈ ਜੀ ਨਹੀਂ ਗੁਰਦੇ ਮੈਂ ਇੱਕ ਵਾਰ ਅਸੀਂ ਢੋਲ ਦਾ ਸਾਥ ਦਿਆਂਗੇ ਨਾਲ ਇੱਕ ਅਦੀ ਢੋਲ ਕੀ ਤੇ ਸਾਥ ਦਿਆਂਗੇ ਨਾਲ ਤੁਸੀਂ ਆਉਣ ਦਿਓ ਨਹੀਂ ਉਹ ੱਖਾ ਜਾ ਕੰਮ ਹੈ ਚਲ ਇਹ ਅਸੀਂ ਬਣਾਉਂਦਾ ਕੋਈ ਉਦਾਂ ਕੋਈ ਬੋਲ ਨਹੀਂ ਸੌਰੀ ਫਿਲਹਾਲ ਨਹੀਂ ਕਰ ਸਕਦੇ acha ਮੈਂ ਇਹ ਵੀ ਸੁਣਿਆ ਤੁਹਾਨੂੰ ਗਾਇਕੀ ਦਾ ਵੀ ਸ਼ੌਕ ਹੈਗਾ ਬਸ ਸ਼ੌਕ ਤੇ ਬਹੁਤ ਸਾਰੇ ਹੁੰਦੇ ਨੇ ਬੰਦੇ ਨੂੰ ਪਰ ਸਾਰਿਆਂ ਨੂੰ ਸਾਰੇ ਸ਼ੌਕ ਸਫਲ ਹੋਣ ਨਹੀਂ ਬਸ ਮੈਂ ਸੋਚ ਰਹੀ ਮੈਂ ਇੱਕ ਐਲਬਮ ਕਰਾਂ ਕਿਉਂਕਿ ਹੁਣ ਤੇ ਹਰ ਇੱਕ ਬੰਦਾ ਕਰ ਰਿਹਾ ਬਿਲਕੁਲ ਤੇ ਫਿਰ ਮੈਂ ਮੈਂ ਤਾਂ ਮਸ਼ਹੂਰ ਵੀ ਆ ਹਾਂ ਸਾਰੇ ਫੇਸਬੁਕ ਤੇ ਸ਼ੇਅਰ ਵੀ ਕਰ ਦੇਣਾ ਮੇਰਾ ਬਿਲਕੁਲ ਬਿਲਕੁਲ ਅਸੀਂ ਦੁਬਾਰਾ ਫਿਰ ਇੱਥੇ ਬੁਲਾ ਕੇ ਤੁਹਾਡੇ ਤੋਂ ਫਿਰ ਉਹ ਗਾਣੇ ਬਾਰੇ ਜਿਹੜਾ ਐਸ ਸਿੰਗਰ ਇੱਕ ਇੰਟਰਵਿਊ ਹੋਊਗੀ ਤੁਸੀਂ ਤੁਹਾਡੇ ਵਿੱਚੋਂ ਜੇ ਕੋਈ ਇੰਟਰਸਟਿਡ ਹੋਵੇ ਉਹ ਆਪਣੇ ਪੈਸੇ ਫੂਕਣਾ ਚਾਹੁੰਦਾ ਹੋਵੇ ਨਾ ਪਲੀਜ਼ ਲਾ ਦੇ ਮੈਂ ਮੈਂ ਗਾਣਾ ਕਰਨਾ ਚਾਹੁੰਦੀ ਅਸੀਂ ਹੁਣ ਇੱਕ ਚੀਜ਼ ਹੈ ਗੁਰਪ੍ਰੀਤ ਮੈਨੂੰ ਮੈਂ ਇਹ ਸੋਚ ਰਹੀ ਸੀ ਵੀ ਜਿਵੇਂ ਹਰ ਫਿਲਮ ਦੇ ਵਿੱਚ ਸਪੈਸ਼ਲੀ ਹੁਣ ਮੈਂ ਜਿਹੜੀ ਫਿਲਮ ਦੇ ਵਿੱਚ ਵੀ ਹੁੰਨੀ ਉਹਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਧੱਕੇ ਨਾਲ ਨਾ ਨਚਾ ਦਿੰਦੇ ਨੇ ਚਾਰਕ ਬੋਲੀਆਂ ਪਵਾ ਮੈਨੂੰ ਲੱਗਦਾ ਕਿ ਆਪਾਂ ਇਧਰਲੇ ਪਾਸੇ ਤੋਂ ਵੀ ਨਿਕਲ ਸਕਦੇ ਆ ਨਹੀਂ ਬਹੁਤ ਵਧੀਆ ਹੈ ਨਾ ਤੁਸੀਂ ਥੋੜਾ ਜਿਹਾ ਥੋੜਾ ਜਿਹਾ ਮਤਲਬ ਉਹ ਇੰਜ ਨਹੀਂ ਲੱਗੇਗਾ ਕਿ ਤੁਹਾਡੇ ਪੈਸੇ ਡੁੱਬ ਗਏ ਤੁਹਾਨੂੰ ਪੂਰੀ ਵਾਪਸੀ ਹੋਏਗੀ ਤੁਸੀਂ ਬੋਲੀਆਂ ਦੇ ਜਿਹੜੇ ਸਾਡੇ ਵਿਆਹਾਂ ਦੇ ਵਿੱਚ ਬੋਲੇ ਜਾਂਦੇ ਗੀਤ ਨੇ ਮੇਰੇ ਨਾਲ ਰਿਲੇਟਡ ਉਹ ਸਾਰੀ ਟੀਮ ਮੇਰੀ ਆਪਣੀ ਸੀ ਜਿਨ੍ਹਾਂ ਨੇ ਅਸੀਂ ਸਾਰਿਆਂ ਨੇ ਅੰਗਰੇਜ਼ ਦੇ ਵਿੱਚ ਗਾਇਆ ਤੇ ਆਪਾਂ ਤੇ ਕਰ ਸਕਦੇ ਹਾਂ ਪ੍ਰੋਫੈਸ਼ਨਲੀ ਤੋ ਉਹ ਕਰਦੇ ਹੀ ਨਹੀਂ ਮਤਲਬ ਮੈਂ ਜਦੋਂ ਨਾਲ ਹੋਊਂਗੀ ਨਾ ਚੋਲੇ ਨਾਮ ਤੇ ਮੇਰਾ ਹੀ ਵਿਕਣਾ ਨਾ ਤੇ ਮੇਰੇ ਨਾਮ ਦੇ ਉੱਤੇ ਤਾਂ ਤੁਹਾਨੂੰ ਪੈਸੇ ਵਾਪਸ ਆਉਣੇ ਲੋਕਾਂ ਨੇ ਤੁਹਾਡਾ ਸੀ ਡੀਜ਼ ਸਾਰਾ ਕੁਝ ਖਰੀਦਣਾ ਤਾਂ ਤੁਸੀਂ ਲਾ ਸਕਦੇ ਹੋ ਪੈਸੇ ਇਹਨੂੰ ਕਹਿੰਦੇ ਪ੍ਰੋਪਰ ਸਪੀਡ ਹੈ ਨਾ ਸਰ ਇੱਕ ਇੱਕ ਉਹਦਾ ਉਹ ਵੀ ਦਿਓ ਨਾ ਤਾਂ ਹੀ ਤਾਂ ਹੌਸਲਾ ਕਰਨਗੇ ਉਹ ਪੈਸੇ ਲਾਉਣ ਦਾ ਪਰਿਆ ਨੀ ਵੇੜਾ ਚਗਨਾ ਨਾਲ ਪਰਿਆ ਨੀ ਵੇੜਾ ਚਗਨਾ ਨਾਲ ਵਾਸੇ ਬੈਰੀ ਗੋਦ ਦੁਬਈ ਤੋਂ ਮੈਸੇਜ ਆਇਆ ਉਹ ਕਹਿੰਦੇ ਜੀ ਮੈਂ ਗੱਡੀ ਚਲਾਉਣਾ ਤੇ ਮੈਂ ਹੁਣ ਡਾਕ ਲਈ ਗੱਡੀ ਹੁੰਦੀ ਆ ਗੱਲ ਆ ਕਦੇ ਵੀ ਗੱਡੀ ਚਲਾਉਂਦੇ ਆ ਨਾ ਫੋਨ ਸੁਣਨਾ ਚਾਹੀਦਾ ਨਾ ਕੋਈ ਟੀਵੀ ਦੇ ਉੱਪਰ ਪ੍ਰੋਗਰਾਮ ਦੇਖਣਾ ਚਾਹੀਦਾ ਔਰ ਇਹ ਤੇ ਬਹੁਤ ਅੱਛੀ ਗੱਲ ਆ ਬਹੁਤ ਸਾਰਾ ਪਿਆਰ ਤੇਰੇ ਲਈ ਭਾਈ ਔਰ ਤੂੰ ਸਾਡੇ ਲਈ ਸਪੈਸ਼ਲੀ ਪ੍ਰੋਗਰਾਮ ਦੇਖਣ ਲਈ ਰੁਕਿਆ ਕਾਕਾ ਜਿੰਦਾਬਦ ਵਸਦਾ ਰਹਿ ਬਸ ਹਰ ਵਾਰੀ ਵੇਖਿਆ ਕਰ ਤੇ ਬਾਕੀਆਂ ਨੂੰ ਵੀ ਦੱਸੋ ਸ਼ੇਅਰ ਕਰੋ ਆਪਣੇ ਫੇਸਬੁੱਕ ਪੇਜਾਂ ਦੇ ਉੱਤੋਂ ਸ਼ੇਅਰ ਕਰੋ ਲਿੰਕ ਸ਼ੇਅਰ ਕਰੋ ਤਾਂ ਕਿ ਇਹ ਇੰਨਾ ਅੱਛਾ ਚੈਨਲ ਆ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਸਕੇ ਜਿਹੜੀਆਂ ਚੀਜ਼ਾਂ ਅੱਛੀਆਂ ਹੁੰਦੀਆਂ ਉਹਨਾਂ ਨਾਲ ਇਸ ਰੂਪ 'ਚ ਤੁਸੀਂ ਜੋੜ ਸਕਦੇ ਹੋ ਕਿ ਹੁਣ ਇਹ ਮਸ਼ਹੂਰੀਆਂ ਕਰ ਕਰਕੇ ਉਹਨਾਂ ਦੇ ਉੱਤੇ ਇੰਨੇ ਪੈਸਾ ਲਾਉਣ ਤੇ ਫੇਰ ਇੰਨੇ ਲੋਕਾਂ ਤੱਕ ਪਹੁੰਚਣ ਦੇ ਦਿਨੋਂ ਤੁਹਾਨੂੰ ਕੀ ਫਰਕ ਪੈਣਾ ਇੱਕ ਕਲਿੱਕ ਹੀ ਕਰਨਾ ਜਾਂ ਸਾਰੇ ਜਣੇ ਪਿਆਰ ਕਰਦੇ ਹੋ ਨਾ ਕਰੋ ਸ਼ੇਅਰ ਅਜਾਪਾ ਆਪਣੇ ਫੇਸਬੁੱਕ ਪੇਜ ਤੇ ਹਦੀਪ ਸਿੰਘ ਜੀ ਸ਼ਾਟਲ ਤੋਂ ਲਿਖ ਰਿਹਾ ਜੀ ਉਹ ਕਹਿੰਦੇ ਬਹੁਤ ਵਧੀਆ ਲੱਗ ਰਿਹਾ ਹੈ ਇਹ ਪ੍ਰੋਗਰਾਮ ਐ ਉਹਨਾਂ ਉਹਨਾਂ ਦੀ ਤਮੰਨਾ ਸੀ ਕਿ ਕੁਛ ਇਹੋ ਜਿਹਾ ਹੁੰਦਾ ਤੇ ਅੱਜ ਹੋ ਗਿਆ ਵਾਹ ਪਤਾ ਕੀ ਇਹਨਾਂ ਨੇ ਅੱਗੇ ਸਾਹਮਣੇ ਟੀਵੀ ਨਹੀਂ ਕੋਈ ਲਾਇਆ ਹੋਇਆ ਟਹਿ ਜਾਣਾ ਕੈਮਰਾ ਰੱਖਿਆ ਤੇ ਹੁਣ ਮੈਨੂੰ ਤਾਂ ਪਤਾ ਹੀ ਨਹੀਂ ਲੱਗਣ ਡਿਆ ਤੇ ਮੈਂ ਕੀ ਕਰ ਕੈਮਰੇ ਦਾ ਕਰਕੇ ਹੀ ਆਪਾਂ ਨਜ਼ਰ ਆ ਰਹੇ ਇੱਥੇ ਟੀਵੀ ਲਾ ਕੇ ਬਹਿ ਕੇ ਫੇਰ ਕਿਵੇਂ ਚੱਲੋਗੇ ਤੇ ਇਹ ਨ ਨੀ ਲਾਲਾਂ ਵੀ ਆ ਨਹੀਂ ਇੰਨਾ ਵੀ ਨਸਤਰ ਲੈਣੀ ਵਾਲਾ ਸੀਨੀਅਰ ਫਿਲਮ 'ਚ ਵੀ ਸੀਗਾ ਉਹਦੇ 'ਚ ਵੀ ਲਈ ਸੀ ਚੁੰਨੀ ਉਹਦੇ 'ਚ ਸੀ ਜਿੱਦੇ 'ਚ ਕਹਿੰਦੇ ਆ ਮੈਨੂੰ ਸੰਗ ਲੱਗਦੀ ਆ ਤੂੰ ਐ ਕਰਕੇ ਵੀ ਲਈ ਸੀ ਇੱਕ ਤੇ ਕਿ ਫਿਲਮਾਂ ਇੰਨੀਆਂ ਕਰ ਲਈਆਂ ਯਾਰ ਉਹ ਮਾਈ ਗਾਡ ਪਤਾ ਨਹੀਂ ਲੱਗੁੰਦਾ ਕੁਝ ਸਮਝ ਨਹੀਂ ਲਿਆ ਅੱਗੇ ਵੀ ਇਹ ਗੱਲ ਇੱਕ ਇੰਟਰਵਿਊ ਦੇ ਵਿੱਚ ਸ਼ੇਅਰ ਕੀਤੀ ਸੀ ਵੀ ਗੁਰਪ੍ਰੀਤ ਜਦ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਇੱਕ ਵਾਰੇ ਚ ਮੇਰੀਆਂ ਚਾਰ ਫਿਲਮਾਂ ਰਿਲੀਜ਼ ਹੋਈਆਂ ਨਾ ਤੇ ਮੈਂ ਸਾਰਿਆਂ ਨੂੰ ਦੱਸਦੀ ਸੀ ਵੀ ਇਸ ਸਾਲ ਚ ਨਾ ਰਹੀਆਂ ਚਾਰ ਫਿਲਮਾਂ ਰਿਲੀਜ਼ ਹੋ ਰਹੀਆਂ ਤੇ ਹੁਣ ਪਰਮਾਤਮਾ ਦੀ ਇੰਨੀ ਮਿਹਰ ਆ ਕਿ ਮੈਂ ਦਸੰਬਰ ਮਹੀਨੇ ਦੇ ਵਿੱਚ ਚਾਰ ਫਿਲਮਾਂ ਦੀ ਸ਼ੂਟਿੰਗ ਕੀਤੀ ਕਿੰਨੇ ਵਾਹ ਵਾਹ ਹੈ ਤੇ ਉਸ ਤੋਂ ਪਹਿਲਾਂ ਦੋ ਦੀ ਹੁਣ ਫੇਰ ਦੋ ਫਿਲਮਾਂ ਦੀ ਚੱਲਦੀ ਪਈ ਆ ਅਜਾ ਵੈਸੇ ਇਹ ਤੁਸੀਂ ਹੁਣ ਤੱਕ ਮਤਲਬ ਇੰਨੀਆਂ ਪੰਜਾਬੀ ਫਿਲਮਾਂ ਆ ਚੁੱਕੀਆਂ ਇੰਨੀਆਂ ਫਿਰ ਮੈਂ ਤੁਸੀਂ ਵੀ ਕੰਮ ਕਰ ਲਿਆ ਲਗਭਗ ਹਰੇਕ ਜਿਹੜਾ ਪ੍ਰੋਡਕਸ਼ਨ ਹਾਊਸ ਆ ਤੁਸੀਂ ਉਹਦੇ ਨਾਲ ਕੰਮ ਕਰ ਚੁੱਕੇ ਹੋ ਦੇਖੋ ਇਹਨਾਂ ਨੇ ਫਿਲਮਾਂ ਚਲਾਉਣੀਆਂ ਨੇ ਜਿਨ੍ਹਾਂ ਨੇ ਚਲਾਉਣੀਆਂ ਨੇ ਉਹ ਫਿਰ ਆਰਟਿਸਟ ਅੱਛੇ ਹੀ ਲੈਣਗੇ ਨਾ ਤੇ ਉਹਨੂੰ ਠੀਕ ਹੈ ਗੱਲ ਬੈਠ ਕੇ ਰਹਿ ਵੀ ਤੁਸੀਂ ਫਿਲਮਾਂ ਨੂੰ ਮਤਲਬ ਪੰਜਾਬੀ ਫਿਲਮ ਇੰਡਸਟਰੀ ਨੂੰ ਕਿੱਥੇ ਦੇਖਦੇ ਵੀ ਕਿੱਥੇ ਪਹੁੰਚ ਗਈ ਦੇਖੋ ਜਿਹੜੇ ਮੈਨੂੰ ਫਿਲਮਾਂ 'ਚ ਲੈਂਦੇ ਨੇ ਮੈਨੂੰ ਤੋਂ ਬਹੁਤ ਚੰਗੇ ਲੱਗਦੇ ਨੇ ਤਾਂ ਮੈਂ ਉਹਨਾਂ ਦੀ ਬਹੁਤ ਤਾਰੀਫ਼ ਕਰਦੀ ਹਾਂ ਹੁਣ ਪੰਕਜ ਬੱਤਰਾ ਹੁਣ ਹੀ ਹੋ ਗਏ ਜਾਂ ਸਿਮਰਜੀਤ ਹੈ ਨਾ ਜਿਨ੍ਹਾਂ ਨੇ ਅੰਗਰੇਜ਼ ਬਣਾਈ ਔਰ ਇਸੇ ਤਰ੍ਹਾਂ ਬੱਬੂ ਮਾਨ ਨੇ ਵੀ ਆਪਣੀ ਹਸ਼ਰ ਦੇ ਵਿੱਚ ਮੈਨੂੰ ਲਿਆ ਉਸੇ ਤਰ੍ਹਾਂ ਆਪਣਾ ਅਨੁਰਾਗ ਸਿੰਘ ਉਹਨਾਂ ਨੇ ਜਟਣ ਜੁਲੀਅਟ ਦੇ ਵਿੱਚ ਲਿਆ ਜਿਹੜੀਆਂ ਵੱਡੀਆਂ ਹਿੱਟ ਆ ਫਿਰ ਰੋਸ਼ਨ ਪ੍ਰਿੰਸ ਆ ਮੈਂ ਤੇਰੀ ਤੂੰ ਮੇਰਾ ਦੇ ਵਿੱਚ ਉਹਨਾਂ ਨੇ ਇੰਨਾ ਅੱਛਾ ਰੋਲ ਮੈਨੂੰ ਦਿੱਤਾ ਹੈ ਨਾ ਤੇ ਇਹ ਸਾਰੇ ਜਿਹੜੇ ਮੈਨੂੰ ਤੋਂ ਬਹੁਤ ਅੱਛੇ ਲੱਗਦੇ ਮੈਂ ਕਿਉਂ ਕਹੂੰਗੀ ਮਾੜੇ ਇੰਨੀ ਅੱਛੀ ਪੋਜੀਸ਼ਨ ਦੇ ਟੈਕਨੀਕਲੀ ਅਸੀਂ ਇੰਨੇ ਸਾਊਂਡ ਹੋ ਗਏ ਪਹਿਲੋਂ ਮਤਲਬ ਵੱਤੋ ਵਾਦੂ ਨਹੀਂ ਚਲੋ ਆਤਵਾਰ ਜਾ ਕੇ ਸਵੇਰੇ ਟੱਬਰ ਨੂੰ ਪਰੌਂਠੇ ਜਾਂ ਪੂੜੀਆਂ ਖਵਾ ਲਿਓ ਹਨ ਹੁਣ ਫਿਰ ਇਹ ਵੀ ਹੁੰਦਾ ਕਿ ਚਲੋ ਥੋੜੀ ਜੀ ਮਾਲ ਚ ਸ਼ਾਪਿੰਗ ਵੀ ਕਰਾ ਲਓ ਫੈਮਿਲੀ ਨੂੰ ਫਿਰ ਕੋਈ ਪੰਜਾਬੀ ਫਿਲਮ ਦਿਖਾ ਲਓ ਹਨਾ ਮਤਲਬ ਅਸੀਂ ਪੀਜ਼ਾ ਵੀ ਖਾ ਰਹੇ ਅਸੀਂ ਮਾਲ ਚ ਵੀ ਜਾ ਰਹੇ ਫਿਲਮ ਅਸੀਂ ਪੰਜਾਬੀ ਵੇਖ ਰਹੇ ਹਾਂ ਵਾਕਈ ਵਾਕਈ ਇਹ ਬਹੁਤ ਅੱਛੀ ਗੱਲ ਹੋਈ ਉਹਦੀ ਵਜ੍ਹਾ ਸਿਰਫ ਇਹੀ ਆ ਕਿ ਸਾਡੀਆਂ ਫਿਲਮਾਂ ਟੈਕਨੀਕਲੀ ਇੰਨੀਆਂ ਸਾਊਂਡ ਨੇ ਪਤਾ ਹੀ ਨਹੀਂ ਲੱਗਦਾ ਹਿੰਦੀ ਦੀ ਫਿਲਮ ਬਣੀ ਆ ਕਿ ਪੰਜਾਬੀ ਦੀ ਸਾਡੇ ਕੋਲ ਬਹੁਤ ਵਧੀਆ ਰਾਈਟਰ ਨੇ ਬਹੁਤ ਅੱਛੇ ਡਾਇਰੈਕਟਰ ਨੇ ਬਹੁਤ ਅਲੱਗ-ਅਲੱਗ ਕਮਾਲ ਦੇ ਐਕਟਰ ਨੇ ਇਸ ਵੇਲੇ ਇੰਡਸਟਰੀ ਦੇ ਵਿੱਚ ਇੰਡਸਟਰੀ ਇਸ ਵੇਲੇ ਪ੍ਰੋਫੈਸ਼ਨਲ ਲੋਕਾਂ ਦੀ ਇੰਡਸਟਰੀ ਹੈਗੀ ਆ ਇਹ ਮਤਲਬ ਸ਼ੌਂਕੀਆ ਤੁਹਾਡੇ ਵਰਗੇ ਲੋਕਾਂ ਦੀ ਇੰਡਸਟਰੀ ਨਹੀਂ ਕਿ ਜਿਹੜਾ ਕੋਈ ਮਰਜ਼ੀ ਆਵੇ ਤੇ ਰੋਲ ਕਰ ਲਵੇ ਇਹਨੂੰ ਆਪਾਂ ਕੀ ਕਹਾਂਗੇ ਬੂਆ ਬੰਦ ਕਰਤਾ ਨਾ ਬੂਆ ਹੋਰ ਕੁਝ ਨਹੀਂ ਛਡੇ ਕੰਮ ਇਹ ਉੱਤੇ ਜਿੰਦਰਾ ਵੀ ਲਾਤਾ ਵਾ ਡਿਆ ਤੇ ਕੰਮ ਵੀ ਆਤੀ ਆ ਨਹੀਂ ਆਈ ਆਈ ਪਤਾ ਕਿ ਇਹ ਮੇਰੀ ਆਪਣੀ ਚਲਾਕੀ ਆ ਹੁਣ ਮੇਰੇ ਪੁੱਤ ਦੇ ਚੈਨਲ ਨੂੰ ਇੰਨੇ ਦੋ ਅੱਛੇ ਐਂਕਰ ਮਿਲੇ ਤਾਂ ਮੈਂ ਕਿਹੋ ਚਾਹੂੰਗੀ ਅਵੇ ਦੋਵੇਂ ਣਾੜੇ ਪੰਜ ਣਾੜੇ ਤੋਂ ਇਹ ਤਾਂ ਪ੍ਰੋਫੈਸ਼ਨਲੀ ਵੇਖਣਾ ਨਾ ਵੀ ਸਾਨੂੰ ਫਾਇਦਾ ਕਰੇ ਕੀ ਕਹਿ ਰਹੇ ਸੀ ਤੁਸੀਂ ਕੁਝ ਨਹੀਂ ਹੁਣ ਤਾਂ ਖਤਮੀਆਂ ਕਾਣੀ ਕੇ ਹਾਂ ਚਾਬੀ ਗਵਾਚ ਗਈ ਹੈ ਨਹੀਂ ਤੁਸੀਂ ਬਹੁਤ ਚਾਬੀ ਮਾਰੀ ਚਲਾ ਕੇ ਲੱਭ ਲੋ ਕਹਿੰਦੇ ਦੇਖੋ ਗੁਰਪ੍ਰੀਤ ਜੇ ਤੇਰੀ ਕਿਸਮਤ ਚ ਹੋਇਆ ਕਿ ਤੂੰ ਐਕਟਰ ਬਨਣਾ ਹੈ ਤਾਂ ਬਾਹਰ ਜਾਣਾ ਹੈ ਮਤਲਬ ਫਿਰ ਤੂੰ ਬਾਹਰ ਹੀ ਜਾਣਾ ਹਾਂ ਜੇ ਨਹੀਂ ਹੈਗਾ ਤਾਂ ਫਿਰ ਚਾਹੇ ਜੋ ਮਰਜ਼ੀ ਕਰ ਲੋ ਫਿਰ ਨਹੀਂ ਬਣ ਮੈਂ ਜਦੋਂ ਘਰੋਂ ਤੁਰੀ ਸੀ ਮੈਂ ਐਕਟਰ ਬਨਣ ਲਈ ਥੋੜਾ ਤੁਰੀ ਸੀ ਹਾਂ ਜੀ ਤੁਸੀਂ ਤਾਂ ਵਕੀਲ ਬਣ ਚੱਲੇ ਸੀ ਨਾ ਉਧਰ ਪੰਚੜੀ ਬਣਾ ਲਿਆ ਉਹਨਾਂ ਨੇ ਉਹਨਾਂ ਨੇ ਪੰਚੜੀ ਬਣਾ ਲਿਆ ਉਧਰ ਮੁੜ ਕੇ ਪੰਜਾਬੀ ਫਿਲਮ ਇੰਡਸਟਰੀ ਵਾਲਿਆਂ ਨੇ ਮਾਂ ਬਣਾ ਲਿਆ بس پھر ایسی ماں ਬਣਾਇਆ ਵੀ ਮੇਰੇ ਮੁੰਡੇ ਜੋਗੀ ਵੀ ਮਾਂ ਨਹੀਂ ਰਹਿਣ ਦਿੱਤੀ ਉਹਦੇ ਤੋਂ ਮੈਂ ਅਟਾਚੇ ਜਾ ਪੈ ਕਰਨ ਲੱਗ ਪਈ ਉਹਨਾਂ ਵਿਚਾਰੇ ਡੋਬੂ ਪੈ ਲਾ ਪੈਂਦੇ ਤੁਸੀਂ ਮੈਨੂੰ ਦੱਸਿਆ ਨਹੀਂ ਨਾ ਫਿਰ ਜਾ ਰਹਾ ਹੈ ਉਹ ਨਾ ਸ਼ੂਟਿੰਗ ਤੇ ਹਾਏ ਬੱਸ ਕਰੋ ਨਾ ਕਿਉਂ ਕਰਦੇ ਹੋ ਸ਼ੂਟਿੰਗ ਜੇ ਮੈਂ ਕਹੂੰਗੀ ਨਾ ਪੁੱਤ ਪੈਸੇ ਵੀ ਤੇ ਚਾਹੀਦੇ ਨਾ ਪੈਸੇ ਹੈਗੇ ਤਾਂ ਹੈ ਹੋਰ ਕਿੰਨੇ ਕ ਚਾਹੀਦੇ ਤੁਹਾਨੂੰ ਦੋ ਟਾਈਮ ਰੋਟੀ ਨਹੀਂ ਖਾਂਦੇ ਇੱਕ ਟਾਈਮ ਖਾ ਲਾਂਗੇ ਘਰ ਤੇ ਰੋ ਨਾ ਮੇਰੇ ਕੋਲ ਤੁਸੀਂ ਤੇ ਮੇਰਾ ਬਚਪਨ ਖਰਾਬ ਕਰਕੇ ਰੱਖ ਦਿੱਤਾ ਆ ਕੀ ਕਰਾਂ ਅੱਛਾ ਇਧਰ ਤੁਹਾਡਾ ਉਹ ਮਨਦੀਪ ਕਾਲਕੜ ਜੀ ਦਾ ਮੈਸੇਜ ਆ ਵੀ ਗਿਆ ਉਹ ਕਰ ਲਈ ਤੁਸੀਂ ਮਤਲਬ ਐਲਬਮ ਕਰਨੀ ਆ ਤੇ ਡੂਅਟ ਕਰੋ ਗਿਲਸਾਭ ਨਾਲ ਲੈ ਕੇ ਕੀ ਬਾਤ ਆ ਦੁਕਾਨਾ ਜੋੜੀ ਗਿਲਸਾਭ ਜਿਆਦਾ ਵਧੀਆ ਗਾਉਂਦੇ ਨੇ ਮਤਲਬ ਉਹ ਮੁਹੰਮਦ ਰਫੀ ਦੇ ਪਿੰਡ ਤੋਂ ਆ ਬੰਦਾ ਤੇ ਬਹੁਤ ਸੋਰਚ ਆ ਤੇ ਵੀਰੇ ਮੈਂ ਤੇ ਗਲਤੀ ਨਹੀਂ ਨਾ ਕਰ ਸਕਦੀ ਮੈਂ ਤੇ ਸੋਚਦੀ ਵੀ ਜਿੱਥੇ ਮੈਂ ਹੋਵਾਂ ਉੱਥੇ ਸਿਰਫ ਮੈਂ ਹੋਵਾਂ ਤੇ ਮੈਂ ਪਾਗਲ ਆ ਉਹ ਵੀ ਆਪਣੇ ਪਤੀ ਨਾਲ ਕਰੂੰਗੀ ਉਹ ਤਾਂ ਗਿੰਜੀ ਨਹੀਂ ਦਿੰਦੇ ਮੈਨੂੰ ਨਹੀਂ ਉਦਾਂ ਮੈਂ ਮੁੰਜੇ ਇੱਕ ਮੈਂ ਤੁਹਾਡੇ ਤੋਂ ਸੀਕ੍ਰੇਟ ਜਿਹੀ ਵਾਲੀ ਗੱਲ ਪੁੱਛਾਂ ਘਰੇ ਕਿਹਦੀ ਚੱਲਦੀ ਆ ਵੀ ਮੈਂ ਘਰ ਕੱਟੀ ਹੁੰਨੀ ਆ ਜਦੋਂ ਹੁੰਨੀ ਫਿਰ ਮਾਣ ਦੇ ਦਿੰਦੇ ਯਾਰ ਮੈਂ ਨਾ ਕਿਹਾ ਨਾ ਮਮਾ ਤੁਸੀਂ ਉਹਨੇ ਆਪਣੇ ਫੋਨ 'ਚ ਲਿਖਿਆ ਹੋਇਆ ਮੇਰਾ ਨੰਬਰ ਲਿਖ ਕੇ ਸੁਪਰੀਮ ਕੋਰਟ ਪਿਓ ਦਾ ਨੰਬਰ ਹਾਈ ਹਾਈ ਮਤਲਬ ਹੋਮ ਮਿਨਿਸਟਰੀ ਹਮੇਸ਼ਾ ਹੋਮ ਮਿਨਿਸਟਰੀ ਹੁੰਦੀ ਹੈ ਦੇਖੋ ਹੋਮ ਮਿਨਿਸਟਰੀ ਤੋਂ ਤਾਂ ਕੰਮ ਉੱਤੇ ਹੋ ਗਿਆ ਨਾ ਸੁਪਰੀਮ ਕੋਰਟ ਹੈ ਕੋਰਟ ਗੱਲ ਨਾ ਵੇਖੋ ਵੀ ਪਹਿਲਾਂ ਉਹ ਵੱਡੇ ਵਾਲਾ ਬੋਰਡ ਤੇ ਛੋਟਾ ਬੋਰਡ ਤੇ ਹੁਣ ਜਦੋਂ ਗੱਲ ਕਰਦੀ ਆ ਗਈ ਤਾਂ ਫੇਰ ਤਾਂ ਮਤਲਬ ਨਹੀਂ ਮਿਲ ਜਾਂਦੇ ਵਾਟੇ ਤੇ ਕਹਿੰਦੀ ਸੀ ਦੇਖੋ ਜਦੋਂ ਵੱਡਾ ਸਾਰਾ ਬੋਰਡ ਸੀ ਨਾ ਮੈਨੂੰ ਪਤਾ ਸੀ ਵੀ ਇਹਦੇ ਥੱਲੇ ਛੋਟਾ ਬੋਰਡ ਨਹੀਂ ਹੋ ਸਕਦਾ ਮੈਂ ਨਾ ਫਿਰ ਤਰਤੀ ਤੇ ਜੜਾ ਫਲਾਉਣੀ ਜਰੂਰ ਸਾਰੀ ਧਰਤੀ ਥੱਲੇ ਆ ਜੜਾਂ ਨਾਲ ਭਰ ਦਿੱਤੀ ਹੁਣ ਮੈਂ ਚਲੋ ਠੀਕ ਹੈ ਉੱਤੇ ਪੱਤੇ ਵੀ ਬਹੁਤ ਨੇ ਥੱਲੇ ਜੜਾਂ ਵੀ ਬਹੁਤ ਨੇ ਪੱਤੇ ਵੀ ਆਪਣੇ 뮤직 ਦੇ ਵਿੱਚ ਕਲਾਤਮਕਤਾ ਨਾਲ ਹਿੱਲ ਰਹੇ ਨੇ ਡਾਂਸ ਕਰ ਰਹੇ ਨੇ ਫਿਰ ਸ਼ੇਅਰ ਦੇ ਰਹੇ ਨੇ ਜੜਾਂ ਨੇ ਮਜ਼ਬੂਤੀ ਨਾਲ ਇਸ ਧਰਤੀ ਨੂੰ ਪਕੜ ਕੇ ਰੱਖਿਆ ਹੋਇਆ ਤੇ ਗ੍ਰਸਥੀ ਦੀ ਗੱਡੀ ਬਹੁਤ ਵਧੀਆ ਚੱਲ ਰਹੀ ਆ ਮੈਂ ਬਹੁਤ ਪਿਆਰ ਕਰਦੀ ਆ ਆਪਣੇ ਪਰਿਵਾਰ ਦੇ ਨਾਲ ਸਭ ਤੋਂ ਵੱਧ ਕੇ ਇਸ ਦੁਨੀਆ ਦੇ ਵਿੱਚ ਮੇਰੇ ਲਈ ਇੱਕੋ ਹੀ ਥਾਂ ਹੈ ਤੇ ਉਹ ਮੇਰਾ ਘਰ ਆ ਤੇ ਮੇਰਾ ਪਰਿਵਾਰ ਆ आई लव यू डूड्स हाय हाय आई दिस सारे सामने कह दे अच्छा बार-बार आओ आ, मैं भी गिल साहब ए लाइनें ਸਾਡੇ ਕੋ ਰਿਕਾਰਡਡ ਨੇ ਮੈਂ ਤੁਹਾਨੂੰ ਜ਼ਰੂਰ WhatsApp ਕਰਾਂਗਾ ਤਾਂ ਜੋ ਜਦੋਂ ਜਦੋਂ ਨੀਤਾ ਜੀ ਕਿਤੇ ਬਾਹਰ ਸ਼ੂਟ ਤੇ ਹੁਣ ਤੁਸੀਂ ਸੁਣ ਸਕਿਆ ਕਰੋ ਹਾਂ ਨਾਲੇ ਵੈਸੇ ਮਤਲਬ ਜਦੋਂ ਵੀ ਤੁਹਾਡੀ ਮੇਰੇ ਨਾਲ ਬਹੁਤ ਜ਼ਿਆਦਾ ਲੜਾਈ ਹੋਵੇ ਮੈਂ ਉਹਨਾਂ ਨੂੰ ਕਿਹਾ ਹੋਇਆ ਕਿ ਮੈਂ ਜੋ ਮਰਜ਼ੀ ਕਹਿ ਦਵਾਂ ਮੈਂ ਇਸ ਦੁਨੀਆ ਦਾ ਘਟਿਆ ਤੋਂ ਘਟਿਆ ਸ਼ਬਦ ਵੀ ਤੁਹਾਨੂੰ ਕਹਿਣ ਦਾ ਹੱਕ ਅੱਜ ਲੈਣਾ ਚਾਹੁੰਦੀ ਆ ਇਸ ਕਰਕੇ ਕਿਉਂਕਿ ਮੈਨੂੰ ਪਤਾ ਇਹ ਸ਼ਬਦ ਹੋਰ ਮੈਂ ਕਿਸੇ ਨੂੰ ਨਹੀਂ ਕਹਿ ਸਕਦੀ ਜੇ ਕਹਿ ਦਿੱਤਾ ਤਾਂ ਅਗਲੇ ਨੇ ਮੈਨੂੰ ਮਾਫ਼ ਨਹੀਂ ਕਰਨਾ ਮੇਰੀ ਜ਼ਿੰਦਗੀ ਦੇ ਵਿੱਚ ਸਿਰਫ ਇੱਕੋ ਰਿਸ਼ਤਾ ਜਿਹਨੂੰ ਮੈਂ ਕੁਝ ਵੀ ਕਹਿ ਸਕਦੀ ਆ ਤੇ ਉਹ ਹਰਦੀਪ ਗਿੱਲਿਆ ਕੀਵਾ ਤੇ ਉਹਨਾਂ ਨੇ ਫਿਰ ਮੈਨੂੰ ਕਿਹਾ ਵੀ ਬਸ ਸੇਮ ਟੂ ਯੂ ਜਦੋਂ ਮੈਂ ਵੀ ਤੈਨੂੰ ਹੱਦ ਤੋਂ ਵੱਧ ਕੋਈ ਵੀ ਸ਼ਬਦ ਬੋਲਦਾ ਸੀ ਸੇਮ ਟੂ ਯੂ ਸੋ ਸੀ ਇਹ ਵੇਖੋ ਜੀ ਕੋਈ ਵੀ ਕਹਿੰਦੇ ਕਹਿੰਦੇ ਤੁਹਾਡਾ ਪ੍ਰੋਗਰਾਮ ਯੂ ایس এ 'ਚ ਬੈਠੇ ਦੇਖੀਆ ਨੇ ਇੱਕ ਮੈਸੇਜ ਅੱਗੇ ਨਿਕਲਗਾ ਉਹ ਕਹਿੰਦੇ ਰਾਤ ਦਾ 1.5 ਵਜਾ ਇੱਥੇ ਉਹ ਬਾਹਰ ਕੈਨੇਡਾ ਦੀ ਗੱਲ ਕਰ ਰਹੇ ਸੀ ਕਹਿੰਦੇ ਅਜੇ ਵੀ ਮੈਨਾਂ ਮੈਂ ਕੁਦਰਤੀਆਂ ਦੇ ਲਾਲਿਆ ਉਹਦੋਂ ਬਾਅਦ ਬਸ ਹੁਣ ਮੈਂ ਸੌ ਨਹੀਂ ਪਾ ਰਿਹਾ ਸੋ ਇਹ ਹਾਲਾਤ ਨੇ ਨਹੀਂ ਵੈਸੇ ਕੁਦਰਤੀ ਕਿਉਂ ਲਾਲਿਆ ਤੁਹਾਨੂੰ ਨਹੀਂ ਸੀ ਪਤਾ ਕਿ ਅੱਜ ਦੇ ਵਿਚਾਰ ਦਾ ਟਾਈਮ ਹੋ ਗਿਆ ਤਾਨੂੰ ਤਾਂ ਆਪਣਾ ਸ਼ੈਡਿਊਲ ਇਸ ਤਰ੍ਹਾਂ ਨਾਲ ਬਣਾਉਣਾ ਚਾਹੀਦਾ ਕਿ ਉਸ ਤੋਂ ਪਹਿਲਾਂ ਕੁਝ ਦਿਨ ਹੋਏ ਨਾ 2-3 ਦਿਨ ਹੀ ਹੋਏ ਨੇ ਸਾਨੂੰ ਲਾਈਵ ਹਾਂ ਪਰ ਜਿੰਨੇ ਜ਼ਿਆਦਾ ਆਪਾਂ ਨੂੰ ਈਵਰਸ ਮਿਲ ਗਏ ਜਿੰਨੇ ਲੋਕ ਇਸ ਪ੍ਰੋਗਰਾਮ ਬਾਰੇ ਗੱਲ ਕਰ ਰਹੇ ਮੈਨੂੰ ਤਾਂ ਲੱਗਾ ਸੀ ਵੀ ਤੁਸੀਂ ਘੱਟੋ-ਘੱਟ ਡੇਢ ਮਹੀਨੇ ਦੇ ਪ੍ਰੋਗਰਾਮ ਚਲਾ ਰਹੇ ਨਹੀਂ ਹਾਲੇ ਤਾਂ ਹਾਰਲੀ ਆਈ ਥਿੰਕ ਅੱਜ ਚੌਥਾ ਦਿਨ ਹੈ ਚੌਥਾਕ ਦਿਨ ਹੈ ਸਾਨੂੰ ਅਜੇ ਅੱਜ ਚੌਥਾ ਦਿਨ ਹੈ ਅੱਛਾ ਸੋ ਕੋਲ ਪਰ ਆ ਕੇ ਜੀ ਇਹ ਜੋ ਕੁਝ ਵੀ ਚੱਲ ਰਿਹਾ ਅੱਛਾ ਆ ਲਓ ਇਧਰ ਕੈਪਟਨ ਸਿੰਘ ਜੀ ਬਟਾਲਾ ਤੋਂ ਕਹਿ ਰਹੇ ਨੇ ਬਟਾਲੇ ਤੋਂ ਵੀ ਆਪਾਂ ਨੂੰ ਪੰਜਾਬ ਚ ਬੈਠੇ ਦੇਖ ਰਹੇ ਨੇ ਲੋਕ ਉਹ ਕਹਿੰ हां बिक है मुझे लगदी मामा मोहब्बता मंडन ली हुंदिया ने मामा मुझसे ਕਰਨ ਲਈ ਨਹੀਂ ਹੁੰਦੀਆਂ ਤੇ ਮੈਂ ਤਾਂ ਤੁਹਾਡੀ ਸਾਰਿਆਂ ਦੀ ਬੇਬੇ ਆ ਫਿਰ ਮੈਂ ਆਪਣੇ ਪੁੱਤਾਂ ਦਾ ਰਾਜ ਥੋੜਾ ਹੋ ਸਕਦੀ ਆਈ ਲਵ ਯੂ ਹਾਏ 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 ਅੱਛਾ ਮੈਂ ਵੈਸੇ ਇੱਕ ਗੱਲ ਹੈ ਅੱਜ ਜਿੰਨੀ ਚਰਚਾ ਹਰਦੀਪ ਗਿੱਲ ਭਾਈ ਦੀ ਹੋਗੀ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਥੋੜੇ ਦਿਨਾਂ ਤੱਕ ਉਹਨਾਂ ਨੂੰ ਹੀ ਬਣਾਇਆ ਜਾਵੇ ਕਿ ਜਿੰਨੀਆਂ ਤਰੀਫਾਂ ਮੈਂ ਉਹਨਾਂ ਦੀਆਂ ਕੀਤੀਆਂ ਉਹ ਵੀ ਮੇਰੀਆਂ ਹੋਣੀਆਂ ਹੈ ਤਰੀਫਾਂ ਉਹ ਵੀ ਕਰਨ ਉਹ ਵੀ ਕਰਨ ਮੈਂ ਪਹਿਲਾਂ ਇਹ ਪ੍ਰੋਗਰਾਮ ਦਿਖਾ ਦੇਣਾ ਉਹਨਾਂ <laughs> ਨੂੰ इवन ਉਹ ਮੇਬੀ ਕਿਤੇ ਦੇਖਦੇ ਹੁਣ ਬੈਠੇ ਹੋਣਗੇ ਉਹ ਲਾਈਵ ਦੇਖ ਰਿਹਾ ਹੁਣ ਤੇ ਉਹ ਸਾਰਾ ਕੁਝ ਨੋਟ ਕਰ ਲਓ ਤੁਸੀਂ ਕਾਗਜ਼ ਦੇ ਉੱਪਰ ਉਹਦਾ ਬਿਲਕੁਲ ਕਾਊਂਟਰ ਜਵਾਬ ਜਿਹੜਾ ਹੈ ਹਾਂ ਤੁਸੀਂ ਬਹੁਤ ਸਾਰੇ ਸਵਾਲ ਵੀ ਕਰ ਸਕਦੇ ਉਹਨਾਂ ਨੂੰ ਜੋ ਕੁਝ ਮੈਂ ਅੱਜ ਬੋਲ ਦਿੱਤਾ ਅੱਧਾ ਪ੍ਰੋਗਰਾਮ ਦੇ ਇਹਨਾਂ ਨੇ ਐਂਜੀ ਲੰਘਾਤਾ ਨਾ ਮੈਨੂੰ ਦੱਸਿਆ ਨਹੀਂ ਕਿ ਰਿਕਾਰਡਿੰਗ ਸ਼ੁਰੂ ਹੋਈ ਆ ਤਾਂ ਮਤਲਬ ਉਦੋਂ ਤੋਂ ਪਤਾ ਨਹੀਂ ਕੀ ਕੀ ਕੁਝ ਬੋਲਿਆ ਗਿਆ ਆ ਕੁਝ ਤਾਂ ਕਰਾਂਗੇ ਤਾਂ ਉਹ ਇਹ ਬੇਗਾਸ ਉਹ ਪ੍ਰਾਈਮੇਸ਼ਾ ਟੀਵੀ ਵਿਭਾਗੀ ਵਾਂਗੂ ਕਰਦਾ ਰਿਹਾ ਤੇ ਫਿਰ ਸਾਨੂੰ ਘਰ ਦੇਖੂਗਾ ਨਹੀਂ ਚਲੋ ਹੁਣ ਮਤਲਬ ਮੈਂ ਤਾਂ ਕੁਝ ਕਹਿਵ ਨਹੀਂ ਨਾ ਅੱਛਾ ਇੱਕ ਨਵਾਂ ਪੁੱਛ ਨਹੀਂ ਭੁੱਲ ਗਿਆ ਸਰਕਾਰ ਕਿਹਦੀ ਬਣਨੀ ਪੰਜਾਬ ਉਹ ਹਰ ਬੰਦਾ ਪੁੱਛ ਰਿਹਾ ਮੈਂ ਹੈ ਸਵਾਲ ਹੈ ਦੇਖੋ ਸਰਕਾਰ ਆਮ ਬੰਦੇ ਦੀ ਬਣਦੀ ਹੈ ਹੈਨਾ ਕਿਉਂਕਿ ਹਮੇਸ਼ਾ ਆਮ ਬੰਦੇ ਦੀ ਬਣਦੀ ਆ ਅੱਛਾ ਨਹੀਂ ਮਤਲਬ ਇਸ ਕੁਐਸਚਨ ਤੇ ਹਰੇਕ ਦਾ ਇਮਾ ਡਿਪਲੋਮੈਟਿਕ ਆਨਸਰ ਇਸੀ ਵੋਟ ਪਾਈ ਪਹਿਲਾਂ ਮੈਨੂੰ ਨਿਸ਼ਾਨ ਦਿਖਾਓ ਆ ਪਾਈ ਅੱਜ ਮੈਂ ਫਿਰ ਇੱਥੇ ਆਉਣਾ ਸੀ ਮੈਂ ਕਿਹ ਵੇਲੇ ਬੰਦਾ ਐਂਜੀ ਕਰ ਦਿੰਦਾ ਤੇ ਮੇਲ ਪੁਰਾਣਾ ਲਿਆ ਥੋੜਾ ਜਿਹਾ ਗਾੜਾ ਜਾਂ ਰੰਗ ਲਾਈ ਹੈ ਪਾਈ ਹੈ ਪਾਈ ਹੈ ਬਈ ਵੋਟ ਪਾਈ ਹੈ ਵੋਟ ਦਾ ਹੱਕ ਦਾ ਇਸਤੇਮਾਲ ਕਰਨਾ ਅਸੀਂ ਨਹੀਂ ਮੈਂ ਤਾਂ ਮੈਂ ਤਸਵੀਰਾਂ ਵੀ ਕੁਝ ਜੇ ਗਿਲ ਸਾਹਦੇ ਦੇਖ ਲਿਆ ਉਹਨਾਂ ਨੇ ਖਿੱਚ ਕੇ ਧੋਗੇ ਲਿਜਾ ਕੇ ਵੋਟ ਪਾਈ ਮੈਂ ਬਿਲਕੁਲ ਅਸੀਂ ਕੰਪਨੀਚ ਵੀ ਸ਼ਾਮਲ ਹੋਏ ਆਪਣੇ ਦੋਸਤਾਂ ਦੀ ਔਰ ਦੁਆ ਕਰਦੇ ਹਾਂ ਕਿ ਪੰਜਾਬੀਆਂ ਨੂੰ ਸੱਚੇ ਪਾਤਸ਼ਾਹ ਨੇ ਉਸ ਵੇਲੇ ਉਸ ਇੱਕ ਪਲ ਦੇ ਵਿੱਚ ਸਮੱਤ ਬਖਸ਼ ਦਿੱਤੀ ਹੋਵੇ ਕਿਆ ਬਾਤ ਆ ਬਹੁਤ ਵੱਡੀ ਗੱਲ ਆ ਜੀ ਇਹ ਮਤਲਬ ਤੁਸੀਂ ਗੱਲ ਗੋਲਜੀ ਕਰ ਗਏ ਹੋ ਹਾਂ ਸੋ ਗੁਰਮੇ ਸਿੰਘ ਬਲਜੀ ਲਿਖ ਰਿਹਾ ਗੁਰਪ੍ਰੀਤ ਜੀ ਤੇ ਹਰਮਨ ਜੀ ਗੱਲ ਤਾਂ ਤੁਸੀਂ ਬੜੀ ਟਿਕਾ ਕੇ ਕਰਦੇ ਹੋ ਪਰ ਅੱਜ ਸ਼ੇਰ ਨੂੰ ਕਹਿੰਦੇ ਸਵਾ ਸ਼ੇਰ ਟੱਕਰਿਆ ਮੈਂ ਤੇ ਸਵਾ ਸ਼ੇਰ ਨਹੀਂ ਮਿਲੂਗਾ ਤਾਂ ਮੈਂ ਟੱਕਰ ਟੋਪਾ ਤੇ ਡੇਢ ਕਿੰਟਲ ਦੀ ਤਾਂ ਹੋਊਂਗੀ ਸਵਾ ਸ਼ੇਰ ਦੀ ਗੱਲ ਕਿੱਥੋਂ ਰਹਿ ਗਈ USAG ਵੀ ਕਹਿ ਰਹੇ ਪੌਣੇ 2 ਵਜੇ ਰਾਤ ਦੇ ਪਰ ਅਸੀਂ ਇਹ ਦੇਖਣਾ ਨਹੀਂ ਛੱਡ ਰਹੇ ਗੁਰਪ੍ਰੀਤ ਸਿੰਘ ਜੀ ਅੱਜ ਪਤਾ ਆਪਾਂ ਕੀ ਕਰਨਾ ਆਪਾਂ ਉਹ ਵਾਲਾ ਬੂਆ ਖੋਲਣਾ ਨਹੀਂ ਸਟੂਡੀਓ ਦਾ ਅੱਜ ਫਿਰ ਲਾਈਵ ਹੀ ਚੱਲੂਗਾ ਅੱਜ ਸੋਣਾ ਨਹੀਂ ਸੌਣ ਦੇਣ ਦੇਖਦੇ ਹਾਂ ਤੁਸੀਂ ਕਿ ਤੱਕ ਬਰਦਾਸ਼ਤ ਕਰਦੇ ਹੋ ਮੈਨੂੰ ਨਹੀਂ 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 ਇਹ ਇੱਕ ਕੰਮ ਚੱਲੀ ਜਾਂਦਾ ਰਹਿੰਦਾ ਸਾਡਾ ਇਹ ਤਾਂ ਇਦਾਂ ਹੈ ਕਿ ਜਦੋਂ ਹੁਣ ਆਪਾਂ ਗੱਲਾਂ ਕਰ ਰਹੇ ਹਾਂ ਨਾ ਆਪਾਂ ਨੂੰ ਉਦੋਂ ਪਤਾ ਲੱਗਣਾ ਜਦੋਂ ਇੱਥੇ ਉਧਰੋਂ ਮੈਸੇਜ ਆ ਗਿਆ ਕਿ 20 ਮਿੰਟਸ ਲੈਫਟ 3 ਮਿੰਟਸ ਲੈਫਟ ਸਾਨੂੰ ਖੁਦ ਨੂੰ ਪਤਾ ਨਹੀਂ ਲੱਗਦਾ ਨੇ ਤੁਹਾਡਾ ਪ੍ਰੋਗਰਾਮ ਹੀ ਬਹੁਤ ਅੱਛਾ ਮਤਲਬ ਤੁਹਾਡੀ ਆਪਸ ਦੇ ਵਿੱਚ ਜਿਹੜੀ ਟਿਊਨਿੰਗ ਹੈ ਨਾ ਉਹ ਬਹੁਤ ਅੱਛੀ ਆ ਇਸ ਕਰਕੇ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਬਹੁਤ ਬਹੁਤ ਵਧੀਆ ਮੈਨੂੰ ਬਹੁਤ ਅੱਛਾ ਲੱਗਾ ਬਹੁਤ ਘੱਟ ਪ੍ਰੋਗਰਾਮ ਇਹੋ ਜਿਹੇ ਹੁੰਦੇ ਆ ਔਰ ਤੁਹਾਡਾ ਡੈਲਾ ਪ੍ਰੋਗਰਾਮ ਦੇਖ ਕੇ ਨਾ ਮੈਨੂੰ ਸੁਹੇਲ احمد ਹੁਣਾ ਦਾ ਪ੍ਰੋਗਰਾਮ ਬੜਾ ਯਾਦ ਆਇਆ ਸੀ ਕਮੇਡੀ ਉਹਨਾਂ ਦਾ ਇੱਕ ਚੱਲਦਾ ਨਾ ਹਰਮਨ ਵਰਗੇ ਹਾਸੇ ਵਾਲੀ ਕੁੜੀ ਉਹਨਾਂ ਨੇ ਬਿਠਾਈ ਹੁੰਦੀ ਨਾਲ ਹੈਨਾ ਉਹ ਬਿਲਕੁਲ ਇਹਦੀ ਹਾਸੇ ਦੀ ਜਿਹੜੀ ਟਿਊਨ ਹੈਗੀ ਆ ਉਸ ਕੁੜੀ ਦੇ ਹਾਸੇ ਵਰਗੀ ਤਾਂ ਮੈਂ ਸੋਚ ਰਹੀ ਸੀ ਵੀ ਇੱਕ ਦਿਨ ਮੈਂ ਮੈਡਮ ਸੁਹੇਲ احمد ਬਣ ਕੇ ਆ ਜਾਣਾ ਹਾਂ ਵਟ ਵਟ ਇਜ਼ ਹਾਂ ਬਿਲਕੁਲ ਜਾ ਗੋ ਐਂਡ ਗੈਟ ਦਾ ਮੈਥਮੈਟਿਕਸ ਸਾਹਬ ਲੈ ਕੇ ਆ ਟੂ ਗੁੱਡ। ਕੀ ਬਾਤ ਹੈ। ਆ ਜੇ ਨਾ ਅੱਛਾ ਲੱਗ ਰਿਹਾ ਜੇ ਨਾ ਅੱਛਾ ਲੱਗ ਰਿਹਾ ਤੇ ਲੱਗ ਹੀ ਨਹੀਂ ਰਿਹਾ ਕਿ ਅਸੀਂ ਇੱਕ ਸ਼ੋਅ ਕਰ ਰਹੇ ਆਂ ਲੱਗ ਰਿਹਾ ਵਾਕਈ ਘਰ ਦੇ ਵਿੱਚ ਬੈਠ ਕੇ ਤੇ ਆਪਾਂ ਗੱਲਾਂ ਕਰਾ। ਬੋਲ ਪ੍ਰੋਗਰਾਮ ਇੰਜ ਦੇ ਹੀ ਹੋਣੇ ਚਾਹੀਦੇ ਜਿਨ੍ਹਾਂ ਦੇ ਵਿੱਚ ਅੱਛੀਆਂ ਗੱਲਾਂ ਵੀ ਹੋ ਜਾਣ ਔਰ ਇੰਜ ਲੱਗੇ ਕਿ ਤੁਸੀਂ ਆਪਣੇ 50 ਆ ਜੇ ਵਿੱਚ ਮਤਲਬ ਪ੍ਰੋਗਰਾਮ ਤੇ ਬੰਦਿਆਂ ਨਾਲ ਹੀ ਹੋਣੇ ਆ ਪਰ ਇੰਜ ਲੱਗੇ ਕਿ ਤੁਸੀਂ ਡਰਾਇੰਗ ਰੂਮ ਦੇ ਵਿੱਚ ਬੈਠੇ ਹੋ ਮੈਨੂੰ ਲੱਗਦਾ ਕਿ ਜਿੰਨੇ ਵੀ ਲੋਕ ਸਾਨੂੰ ਦੇਖ ਰਹੇ ਹੋਣਗੇ ਤੁਹਾਨੂੰ ਇੰਜ ਨਹੀਂ ਲੱਗਦਾ ਹੋਵੇਗਾ ਕਿ ਤੁਸੀਂ ਆਪਣੇ ਘਰ 'ਚ ਇਕੱਲੇ ਬੈਠੇ ਹੋ। ਤੁਸੀਂ ਸਾਡੇ ਤਿੰਨਾਂ ਦੇ ਨਾਲ ਬੈਠੇ ਹੋ ਤੇ ਇਸ ਤਰ੍ਹਾਂ ਦਾ ਨੇ ਇਸੇ ਕਰਕੇ ਇੱਕਦਮ ਇਹ ਪ੍ਰੋਗਰਾਮ ਨੂੰ ਇੰਨਾ ਹਿੱਟ ਕਰ ਦਿੱਤਾ ਹੂੰ ਅੱਛਾ ਨੀਤਾ ਜੀ ਇੱਕ ਚੀਜ਼ ਦੱਸੋ ਕਿ ਜ਼ਿੰਦਗੀ ਦੇ ਜਿਹੜੇ ਝਮੇਲੇ ਨੇ ਤੁਸੀਂ ਇੰਨਾ ਖੁਸ਼ ਰਹਿੰਦੇ ਹੋ ਇੱਕ ਮੋਸਟਲੀ ਲਾਈਨ ਕਹੀ ਜਾਂਦੀ ਜਿਹੜਾ ਮਤਲਬ ਉੱਪਰੋਂ ਇੰਨਾ ਖੁਸ਼ ਹੋਵੇ ਨਾ ਕਈਆਂ ਨਾਲ ਕਿੰਨੇ ਇਹ ਗੱਲ ਬਾਤ ਇਹ ਸਚਾਈ ਹੈ ਜਾਂ ਨਹੀਂ ਇਹ ਗੱਲਾਂ ਹੀ ਬਣੀਆਂ ਹਾਂ ਗੱਲਾਂ ਹੀ ਬਣੀਆਂ ਮੈਨੂੰ ਤੇ ਇਹੀ ਲੱਗਦਾ ਕੁਝ ਨਹੀਂ ਹੁੰਦਾ ਐਵੇਂ ਕਈ ਲੋਕੀ ਕਹਿ ਦਿੰਦੇ ਕੋਮੇਡੀ ਕਲਾਕਾਰ ਜਿਹੜੇ ਹੁੰਦੇ ਉਹ ਵੈਸੇ ਬੇਸਿਕਲੀ ਬਹੁਤ ਸੀਰੀਅਸ ਹੁੰਦੇ ਤੁਹਾਨੂੰ ਲੱਗਦਾ ਮੈਂ ਸੀਰੀਅਸ ਹਾਂ ਮਤਲਬ ਦੇਖੋ ਮੈਂ ਜੇ ਪਰਮਾਤਮਾ ਕੋਲੋਂ ਜੋ ਕੁਝ ਵੀ ਚਾਇਆ ਅੱਜ ਤੱਕ ਜੀ ਜੀ ਮਤਲਬ ਮੈਨੂੰ ਲੱਗਦਾ ਕਿ ਮੈਂ ਇਸ ਦੁਨੀਆ ਦੀ ਸਭ ਤੋਂ ਵੱਧ ਖੁਸ਼ਕਿਸਮਤ ਔਰਤ ਆ ਕਿ ਮੈਂ ਜੋ ਵੀ ਚਾਇਆ ਜੋ ਵੀ ਉਹਦੇ ਕੋਲੋਂ ਮੰਗਿਆ ਉਹਨੇ ਮੈਨੂੰ ਉਹੀ ਦੇ ਦਿੱਤਾ ਤੇ ਕਿਆ ਬਾਤ ਹੈ ਹੈਨਾ ਉਹ ਮੈਂ ਮੰਗਦੀ ਥੱਕ ਗਈ ਉਹ ਦਿੰਦਾ ਥੱਕਿਆ ਨਹੀਂ ਆ ਵੈਸੇ ਵੀ ਕਹਿੰਦੇ ਸੱਚੇ ਮੈਂ ਉਹ ਕਿਹਾ ਮੈਂ ਕਿਹਾ ਫੋਰਚੂਨਰ ਦੇ ਦੇ ਇੱਕ ਅੱਛਾ ਉਹ ਵੀ ਮਤਲਬ ਲੋ ਜਾ ਤੂੰ ਬਸ 2-4 ਮਹੀਨੇ ਬਸ ਉਹਨੇ ਉਹ ਵੀ ਦੇ ਦੇਣੀ ਉਹਦੇ ਸਾਨੂੰ ਝੂਟੇ ਦਿਵਾਉਂਗੇ ਨਹੀਂ ਬਿਟਾ ਮੈਂ ਰੈਂਟ ਤੇ ਨਾ ਦੇਣੀ ਉਹ ਟੈਕਸੀ ਗੁਰਪ੍ਰੀਤ ਜੀ ਮੈਂ ਆਪਣੇ ਦੋਵਾਂ ਦੀ ਗੱਲ ਕਰ ਰਹੀ ਸੀ ਨਹੀਂ ਮੈਂ ਵੀ ਨਹੀਂ ਜਾਣਾ ਯਾਰ ਇਹ ਬੱਚਾ ਗੱਲ ਇਹ ਵੀ ਦੇਖੋ ਕਿੱਡੀ ਉਦੋਂ ਦੇ ਇਹ ਮੇਰੇ ਦਿਵਾਲੇ ਆ ਹੁਣ ਝੂਟੇ ਲੈਣ ਲੱਗਾ ਮੇਰੇ ਨਾਲ ਉਹ ਝੂਟੇ ਮਾਟੇ ਇਕੱਠੇ ਹੁੰਦੇ ਆ ਨਹੀਂ ਮੈਂ ਨਹੀਂ ਜਾਂਦਾ ਜੀ ਇਦਾਂ ਛੜਾ ਹੁੰਦੇ ਹੁਣ ਜੇ ਮੌਕਾ ਮਿਲਿਆ ਤਾਂ ਅਸੀਂ ਲੈ ਕੇ ਵੀ ਨਹੀਂ ਜਾਣਾ ਨਹੀਂ ਫਿਰ ਅਸੀਂ ਤੇ ਹਵੇਲੀ ਜਾਵਾਂਗੇ ਹੁਣ ਲੰਚ ਕਰਨ ਲਈ ਤੂੰ ਵੇਖ ਲੈ ਜੇ ਜਾਣਾ ਕਿ ਨਹੀਂ ਜਾਣਾ ਫੋਰਚੂਨਰ ਤੇ ਖੜੀ ਬਾਹਰ ਹੁਣ ਆਇਆ ਬਣਾ ਕੇ ਰੱਖੀ ਦਿੰਦੀ ਆਂਡੀਆਂ ਗਵਾਂਡੀਆਂ ਨਾਲ ਵੇਖ ਸਭ ਕਦੇ ਵੀ ਲੋਡ ਪੈਦਾ ਪੂਰੇ ਵੇਲੇ ਦੇ ਵਿੱਚ ਅਨਲੀ ਗਵੰਡੀ ਹੀ ਕੰਮ ਆਉਂਦੇ ਨੇ ਜਿਹੜੇ ਰਿਸ਼ਤੇਦਾਰ ਉਹ ਤਾਂ ਆਪੋ ਆਪਣੇ ਘਰਾਂ 'ਚ ਬੈਠੇ ਹੁੰਦੇ ਹੁਣ ਜਿਹੜੇ ਪ੍ਰੋਗਰਾਮ ਦੇਖਣ ਦਾ ਮੈਨੂੰ ਯਾਦ ਆਏ ਮੈਂ ਤੁਹਾਡੀ ਵੀ ਗੱਲ ਇੱਕ ਸੁਣ ਲੈਣਾ ਦੇਖ ਲੈ ਮੈਂ ਕਿਹਾ ਸੀ ਨਾ ਦੂਜਿਆਂ ਦੀ ਗੱਲ ਕੱਟਦਾ ਮੈਂ ਆ ਗੱਲ ਕੰਮ ਦੀ ਮੈਨੂੰ ਕਿਸੇ ਨੇ ਕਿਹਾ ਕਿ ਆਪਾਂ ਕਹਿ ਦਿੰਨੇ ਪੰਜਾਬੀ 'ਚ ਵੀ ਰਿਸ਼ਤੇਦਾਰ ਪਰ ਰਿਸ਼ਤੇਦਾਰ ਨਹੀਂ ਉਹ ਰਸਤੇ ਦੇ ਦਵਾਰ ਹੁੰਦੇ ਬੰਦੇ ਦੇ ਇਹ ਦਿਨ ਕਿੰਨੇ ਸਾਬਦ ਦੋ ਭਲੇ ਜਿਹਦਾਂ ਬੰਦੇ ਦੀ ਕਾਮਯਾਬੀ ਆਪੀ ਹੋਵੇ ਉਹ ਹਾਂ ਗੁਰਦੀ ਤੇ ਅਸਲ ਚ ਨਹੀਂ ਅਸਲ ਚ ਪਤਾ ਕੀ ਹੁੰਦਾ ਕੁਝ ਰਿਸ਼ਤੇ ਹੁੰਦੇ ਜਿਹੜੇ ਤੁਹਾਨੂੰ ਵਾਕਿਆ ਹੀ ਬਹੁਤ ਪਿਆਰ ਕਰਦੇ ਜਿਨ੍ਹਾਂ ਦੀ ਤੁਹਾਡੀ ਜ਼ਿੰਦਗੀ 'ਚ ਬਹੁਤ ਐਮੀਅਤ ਹੁੰਦੀ ਮੇਰੀਆਂ ਭੈਣਾਂ ਨੇ ਨੈਂਸੀ ਆ ਮੀਨੂ ਆ ਅਮਨ ਆ ਇਹ ਤਿੰਨੇ ਮੈਨੂੰ ਲੱਗਦਾ ਮੇਰੀ ਸ਼ਕਤੀ ਨੇ ਮੈਨੂੰ ਬਹੁਤ ਪਿਆਰ ਕਰਦੀਆਂ ਬਹੁਤ ਮੋਟੀਵੇਟ ਕਰਦੀਆਂ ਮਤਲਬ ਜਿਵੇਂ ਕਈ ਵਾਰੀ ਹਰਦੀਪ ਵੀ ਸ਼ੂਟਿੰਗ ਤੇ ਹੁੰਦੇ ਆ ਤੇ ਮੇਰਾ ਬੱਚਾ ਉਹਨਾਂ ਦੇ ਘਰ ਦੇ ਵਿੱਚ ਹੁੰਦਾ ਉਹਦੀ ਕੇਅਰ ਕਰ ਰਹੀਆਂ ਹੁੰਦੀਆਂ ਸਕੂਲੇ ਭੇਜਣਾ ਟਿਊਸ਼ਨਾਂ ਤੇ ਛੱਡ ਕੇ ਹੋਣਾ ਹੈਨਾ ਉਹਦੀ ਸਟੱਡੀ ਦਾ ਧਿਆਨ ਰੱਖਣਾ ਖਾਣ ਪ ਬਿਜੋ ਮੈਂ ਬੱਚਾ ਕਿੰਦਾ ਹਰ ਵਾਰੀ ਮਿਆਣੀ ਮਾਸੀ ਕੋਲ ਜਾਣਾ ਮੈਂ ਆਪਣੇ ਘਰ ਚ ਹੀ ਰਹਿਣਾ ਚਾਹਣਾ ਫਿਰ ਮਾਸੀ ਟੱਬਰ ਸਮੇਤ ਦੋ ਦਿਨ ਫਿਰ ਮੇਰੇ ਘਰ ਆ ਜਾਂਦੀ ਆ ਵੀ ਅਸੀਂ ਉਹਨੂੰ ਕੰਫਰਟੇਬਲ ਲੈਵਲ ਦੇ ਉੱਤੇ ਔਰ ਜੇ ਇਹ ਤਿੰਨੇ ਜਣੀਆਂ ਮੇਰੀ ਜ਼ਿੰਦਗੀ ਚ ਨਾ ਹੋਣ ਮੈਂ ਤੇ ਕੰਮ ਹੀ ਨਹੀਂ ਕਰ ਸਕਦੀ ਹੈਨਾ ਬਟ ਇਹਦੇ ਨਾਲ ਨਾਲ ਬਹੁਤ ਸਾਰੇ ਇਹੋ ਜਿਹੇ ਰਿਸ਼ਤੇ ਨੇ ਜਿਹੜੇ ਹਮੇਸ਼ਾ ਇਹ ਅਹਿਸਾਸ ਕਰਾਉਂਦੇ ਕਿ ਹਮ ਹੈ ਤੁਸੀਂ ਜਿੰਨੇ ਮਰਜੀ ਇੰਟੈਲੈਕਚੁਅਲ ਹੋਵੋ ਤੁਸੀਂ ਜਿੰਨੀ ਮਰਜੀ ਜਿੰਨੀ ਵਾਰੀ ਮਰਜ਼ੀ ਅਗਲਿਆਂ ਨੂੰ ਮaaf ਕਰੋ ਉਹਨਾਂ ਦੀਆਂ ਗਲਤੀਆਂ ਦੇ ਲਈ ਪਰ ਉਹ ਨਹੀਂ ਹਟਦੇ ਕਿਉਂਕਿ ਬਿੱਛੂ ਜਿਹੜੇ ਹੁੰਦੇ ਉਹਨਾਂ ਨੇ ਡੰਗ ਮਾਰਨੇ ਹੁੰਦੇ ਤੇ ਮਰੀ ਜਾਣ ਏਡੇ ਵੱਡੇ ਵਾਸਤੇ ਕੀ ਫਰਕ ਪੈਂਦਾ ਮਾਇਲੇ ਬਹੁਤੀ ਦਿਲ ਤੇ ਨਹੀਂ ਲਾਉਣੀ ਚਾਹੀਦੀ ਇਹ ਹਰੇਕ ਨਾਲ ਹੁੰਦਾ ਹੀ ਹੈ ਮੈਂ ਤਾਂ ਹੀ ਆ ਦੇਖੋ ਰਿਸ਼ਤਿਆਂ ਦਾ ਮਤਲਬ ਇਹੀ ਹੁੰਦਾ ਕੁਝ ਕੁਝ ਲੋਕ ਅੱਛੇ ਹੁੰਦੇ ਤੁਹਾਡੀ ਜ਼ਿੰਦਗੀ ਚ ਕੁਝ ਬੁਰੇ ਹੁੰਦੇ ਬੁਰਿਆਂ ਨੇ ਆਪਣਾ ਕਰਮ ਕਰੀ ਜਾਣਾ ਅੱਛਿਆਂ ਨੇ ਆਪਣਾ ਕਰਮ ਕਰੀ ਜਾਣਾ ਤੁਹਾਨੂੰ ਜੋ ਪਸੰਦ ਹੈ ਤੁਸੀਂ ਆਪਣੇ ਰਸਤੇ ਦੇ ਉੱਤੇ ਤੁਰੇ ਚੱਲੋ ਰਸਤਾ ਤੁਹਾਡਾ ਸਹੀ ਹੋਣਾ ਚਾਹੀਦਾ ਅੱਛਾ ਹੋਣਾ ਚਾਹੀਦਾ ਤਾਂ ਫਿਰ ਜਿੰਨੇ ਮਰਜ਼ੀ ਡੌਗੀਜ਼ ਕਰਦੇ ਰਹਿਣ ਕੋਈ ਫਰਕ ਨਹੀਂ ਪੈਂਦਾ ਅੱਛੀ ਸਿਹਤ ਦਾ ਰਾਜ਼ ਇਹ ਹੈ ਤੁਸੀਂ ਮੈਨੂੰ ਹਮੇਸ਼ਾ ਪੁੱਛਦੇ ਬੇਟਾ ਬਿਲਕੁਲ ਤੇਰੀ ਅੱਛੀ ਸਿਹਤ ਦਾ ਹੀ ਰਾਹ ਹੈ ਅੱਛੀ ਸਿਹਤ ਦਾ ਰਾਹ ਹੀ ਹੈ ਕਿ ਟੈਨਸ਼ਨ ਨਹੀਂ ਲੈ ਮੇਰੀ ਗੱਲ ਸੁਣੋ ਤੁਸੀਂ ਇਸ ਚੀਜ਼ ਤੇ ਕਿਉਂ ਜ਼ੋਰ ਲਾ ਰੱਖਿਆ ਹੋਇਆ ਵੀ ਅੱਜ ਅੱਛੀ ਸਿਹਤ ਹੀ ਕਰੇ ਪ੍ਰੋਗਰਾਮ ਅੱਛੀ ਸਿਹਤ ਦਾ ਰਾਹ ਜੀ ਦਾ ਤੰਗ ਕਰਦੇ ਸੀ ਚੱਜ ਦਾ ਵਿਚਾਰ ਹੈ ਨਾ ਤੇ ਚੱਜ ਦਾ ਵਿਚਾਰ ਤਾਂ ਫਿਰ ਇਹੀ ਹੈ ਕਿ ਸਿਹਤਮੰਦ ਗੱਲਾਂ ਕਰੋ ਸਿਹਤਮੰਦ ਗੱਲਾਂ ਕਰੋ ਸਿਹਤਮੰਦ ਤੁਹਾਡੀ ਸੋਚ ਹੋਣੀ ਚਾਹੀਦੀ ਔਰ ਸਿਹਤ ਅੱਛੀ ਹੋਣੀ ਚਾਹੀਦੀ ਨਹੀਂ ਨਾਲੇ ਤੁਸੀਂ ਵੇਖੋ ਇੰਨੇ ਦਿਨਾਂ ਦਾ ਮੈਨੂੰ ਇੰਨਾ ਤੰਗ ਕੀਤਾ ਵੀ ਤੂੰ ਇਦਾਂ ਤੋਂ ਇਦਾਂ ਤੋਂ ਇਦਾਂ ਹਨਾ ਤੇ ਅੱਜ ਜੇ ਹੁਣ ਸਾਡੀ ਪਾਵਰ ਪਾਵਰ ਵਧੀ ਪਾਵਰ ਤੇ ਉਧਰ ਟਰਾਂਸਫਾਰਮਰ ਸੜਨ ਵਾਲਾ ਆ ਪਿਆ ਜਿਹੜਾ ਇਹ ਤਾਂ ਸਕੁਅਰ ਤੇ ਕਯੂਬ ਸਾਰਾ ਕੁਝ ਲੱਗ ਗਿਆ ਪਾਵਰ ਦੇ ਉੱਤੇ ਹੁਣ ਹਾਂ ਚਲੋ ਠੀਕ ਹੈ ਅੱਛਾ ਇੱਕ ਜਿਹੜੀ ਹੁਣ ਕੰਮ ਦੀ ਗੱਲ ਕਰ ਲਈ ਬਈ ਜ਼ਰੂਰ ਅਜੇ ਰਹਿਂਦੀ ਹੈ ਕੋਈ ਨਹੀਂ ਕੰਮ ਨੂੰ ਤੁਸੀਂ ਕੀ ਫਿਲਮ ਸਾਈਨ ਕਰਾ ਰਹੇ ਹੋ ਪਹਿਲਾਂ ਆਪ ਉਹ ਐਸੀ ਗਾਹ ਮਾਰਾ ਨਾਮ اے ਬਾਈ ਜੀ ਲਿਖ ਰਹਿਣੇ ਉਹ ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਤੁਹਾਡਾ ਲੱਗਦਾ ਪਨੂ ਸਾਹਿਬ ਨਾਲ ਗੱਲਬਾਤ ਵੀ ਬਹੁਤ ਵਧੀਆ ਲੱਗੀ ਐਂ ਤੁਸੀਂ ਅੱਜ ਆਏ ਹੋ ਅੱਛਾ ਇਹਨਾਂ ਲਿਖਿਆ ਨੀਤਾ ਮੈਡਮ ਦੀ ਬਹੁਤ ਵਧੀਆ ਤੇ ਸੰਜੀਦਾ ਕਲਾਕਾਰ ਨੇ ਮੈਂ ਬਹੁਤ ਸਾਰੇ ਸੀਰੀਅਸ ਕਿਰਦਾਰ ਵੀ ਕੀਤੇ ਸ਼ਾਇਦ ਜ਼ਿਆਦਾ ਲੋਕ ਮੈਨੂੰ ਕਾਮੇਡੀ ਕਲਾਕਾਰ ਦੇ ਹਵਾਲੇ ਨਾਲ ਜਾਣਦੇ ਨੇ ਮੈਂ ਹੁਣ ਇੱਕ ਰੀਸੈਂਟਲੀ ਫਿਲਮ ਕੀਤੀ ਹੈਗੀ ਚੰਨਾ ਮੇਰਿਆ ਨਿੰਜਾ ਉਹਦੇ ਵਿੱਚ ਹੀਰੋ ਨੇ ਪੰਕਜ ਬੱਤਰਾ ਹੁਣਾਂ ਨੇ ਡਾਇਰੈਕਟ ਕੀਤੀ ਆ 14 ਜੁਲਾਈ ਨੂੰ ਉਹ ਫਿਲਮ ਆਏਗੀ ਉਹਦੇ ਵਿੱਚ ਮੇਰਾ ਬੜਾ ਸੀਰੀਅਸ ਕਿਰਦਾਰ ਆ ਨੈਸ਼ਨਲ ਅਵਾਰਡ ਜੇਤੂ ਫਿਲਮ ਨਾਬਰ ਦੇ ਵਿੱਚ ਵੀ ਮੈਂ ਬੜਾ ਸੀਰੀਅਸ ਰੋਲ ਕੀਤਾ ਸੀਗਾ ਔਰ ਥੀਏਟਰ ਦੇ ਵਿੱਚ ਤਾਂ ਮੈਂ ਬੇਸ਼ੁਮਾਰ ਸੀਰੀਅਸ ਨਾਟਕ ਕੀਤੇ ਨੇ ਔਰ ਤੁਸੀਂ ਜਦੋਂ ਫਿਲਮ ਦੇਖੋਗੇ ਉਹ ਪੰਕਜ ਜੁਣੀ ਹੱਸ ਰਿਹਾ ਸੀ ਕਹਿੰਦੇ ਐਵੇਂ ਤੜ ਤੋ ਕਮੇਡੀ ਰੋਲ ਕਰਾਈ ਜਾਂਦੇ ਆ ਆ ਕਰਾਉਣਾ ਆ ਤੁਹਾਡੇ ਕਰਨ ਵਾਲਾ ਮੈਂ ਕਿ ਪਹਿਲਾਂ ਤੂੰ ਡਰ ਰਿਹਾ ਸੀ ਨਾ ਕਿ ਪਤਾ ਨਹੀਂ ਮੇਰੇ ਕੋ ਇਹ ਹੋਣਾ ਹੈ ਕਿ ਨਹੀਂ ਹੋਣਾ ਮੈਂ ਕਿ ਹੁਣ ਹੋਇਆ ਹੈ ਨਾ ਤਾਂ ਹੁਣ ਤੂੰ ਦੇਖਿਆ ਤਾਂ ਹੁਣ ਤੂੰ ਖੁਸ਼ ਹੋ ਰਿਹਾ ਅਸਲ ਦੇ ਵਿੱਚ ਨਾ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿੰਨੇ ਮਹਾਨ ਕਿੰਨੇ ਮੈਚੂਰ ਕਿੰਨੀ ਟੈਲੈਂਟਡ ਕਿੰਨੀ ਅੱਛੀ ਕਿੰਨੀ ਇੰਟੈਲੈਕਚੁਅਲ ਕਿੰਨੀ ਇੰਟੈਲੀਜੈਂਟ ਆਰਟਿਸਟ ਹੈਗੀ ਆ ਫਿਰ ਜਦ ਤੁਸੀਂ ਕਿਸੇ ਨਾਲ ਕੰਮ ਕਰਦੇ ਹੋ ਉਦੋਂ ਹੀ ਤੁਹਾਨੂੰ ਪਤਾ ਲੱਗਦਾ ਤੇ ਮਤਲਬ ਮਲਟੀ ਡਾਈਮੈਨਸ਼ਨਲ ਬਹੁਤ ਕੁਝ ਜਿਹੜਾ ਇਹ ਤੁਹਾਨੂੰ ਕਹਿਣਾ ਚਾਹੀਦਾ ਸੀ ਬੇ ਦੇਖ ਤੋਂ ਨਜ਼ਰੀ ਮਿਲਵਾ ਲਿੰਦਾ ਸ ਕਮਾਲ ਹੋ ਗਈ ਸਹੀ ਹੁਣ ਇਹਨੂੰ ਕਹਿਣਾ ਚਾਹੀਦਾ ਸੀ ਪਰ ਗੱਲ ਨਹੀਂ ਪਿਆ ਤਾਂ ਫਿਰ ਮੈਂ ਤਾਂ ਹੁਣ ਕਹਿਣਾ ਮੁੜ ਕੇ ਜੀ ਤੂੰ ਤੁਸੀਂ ਮੈਨੂੰ ਸੱਦਣਾ ਕਿ ਨਹੀਂ ਸੱਦਣਾ ਮੈਂ ਅੱਜ ਸਾਰਾ ਕੁਝ ਕਹਿ ਦੇਣਾ ਚਾਹੁੰਦੀ ਆ ਅੱਛਾ ਇੱਕ ਚੀਜ਼ ਆ ਹੁਣੇ ਆਸਟ੍ਰੇਲੀਆ ਤੋਂ ਵੀ ਇੱਕ ਮੈਸੇਜ ਆਇਆ ਸੀਗਾ ਉਹ ਵੀ ਕਹਿ ਰਹੇ ਸੀ ਵੀ ਤੁਹਾਡੇ ਨਾਲ ਗੱਲਬਾਤਾਂ ਕਰਕੇ ਬਹੁਤ ਵਧੀਆ ਲੱਗ ਰਿਹਾ ਹਮ ਇੱਕ ਜਿਹੜੀ ਚੀਜ਼ ਆ ਜਿਹੜੀ ਤੁਸੀਂ ਗੱਲ ਛੇੜਤੀ ਹਮ ਇਸ ਪਾਸੇ ਆਉਣ ਵਾਲੇ ਜਿਹੜੇ ਕਲਾਕਾਰ ਨੇ ਮਤਲਬ ਜਿਨ੍ਹਾਂ ਨੂੰ ਲੱਗਦਾ ਹੈ ਕਿ ਫਿਲਮ ਇੰਡਸਟਰੀ ਇਹ ਉਹ ਮੈਂ ਇਸ ਪਾਸੇ ਆਵਾਂ ਕਿਸੇ ਨਾ ਕਿਸ ਤਰ੍ਹਾਂ ਈਵਨ ਤੁਸੀਂ ਵੀ ਅੰਮ੍ਰਿਤਸਰ ਦੇ ਵਿੱਚ ਆਈ ਥਿੰਕ ਇੱਕ ਅਕੈਡਮੀ ਅਕੈਡਮੀ ਵਿੱਚ ਲਾਉਣ ਹੁੱਚੀ ਮੁੱਚੀ ਫਿਲਮ ਐਕਟਿੰਗ ਅਕੈਡਮੀ ਅਸੀਂ ਸ਼ੁਰੂ ਕੀਤੀ ਆ ਬੇਸਿਕਲੀ ਜਿਹੜੀ ਜਿੱਥੇ ਫਿਲਮ ਲਾਈਨ ਦੇ ਵਿੱਚ ਆਉਣ ਵਾਲੇ ਕਲਾਕਾਰ ਜਿਹੜੇ ਉਹਨਾਂ ਨੂੰ ਕੈਮਰੇ ਦੇ ਸਾਹਮਣੇ ਕਿਵੇਂ ਐਕਟ ਕਰਨਾ ਫਿਲਮਾਂ ਚ ਅਦਾਕਾਰੀ ਕਿਵੇਂ ਕਰਨੀ ਆ ਉਹ ਸਾਰਾ ਕੁਝ ਸਿਖਾਉਣਾ ਅਸੀਂ ਔਰ ਮਤਲਬ ਜੇ ਕੋਈ ਚਾਵੇ ਤਾਂ ਉਹ ਅੰਮ੍ਰਿਤਸਰ ਤੁਹਾਡੇ ਕੋਲੋਂ ਟ੍ਰੇਨਿੰਗ ਲੈ ਸਕਦਾ ਹਾਂ ਬਹੁਤ ਸਾਰੇ ਆਰਟਿਸਟ ਸਾਡੇ ਕੋਲ ਉ ਕੰਮ ਕੀਤਾ ਉਹਨਾਂ ਨੇ ਔਰ ਅੱਛਾ ਕੰਮ ਕਰ ਰਹੇ ਨੇ ਬਹੁਤ ਅੱਛੇ ਦੰਗਲ ਦੇ ਵਿੱਚ ਜਿਹੜੀ ਅਮਰ ਖਾਨ ਉਹਨਾਂ ਦੀ ਫਿਲਮਾਂ ਦੇ ਵਿੱਚ ਉਹ ਲੜਕਾ ਸੀ ਛੋਟਾ ਜਿੰਨੂੰ ਉਹ ਕੁੜੀਆਂ ਜਦੋਂ ਕੁੱਟਦੀਆਂ ਨੇ ਤਾਂ ਉਦੋਂ ਅਮਰ ਖਾਨ ਨੂੰ ਅਹਿਸਾਸ ਹੁੰਦਾ ਕਿ ਤੀਆਂ ਜਿਹੜੀਆਂ ਕਿੰਨੀਆਂ ਪਾਵਰਫੁਲ ਨੇ ਤੇ ਇਹਨਾਂ ਨੂੰ ਸਿਖਲਾਈ ਦਿੱਤੀ ਜਾਵੇ ਉਹ ਸਾਡੀ ਅਕੈਡਮੀ ਦਾ ਸਟੂਡੈਂਟ ਸੀਗਾ ਅੱਛਾ ਅੱਛਾ ਹਾਂ ਸਾਡੇ ਉੱਥੇ ਦੰਗਲ ਦੀ ਹੋਈ ਨਾ ਆਡੀਸ਼ਨ ਬਹੁਤ ਸਾਰੀਆਂ ਫਿਲਮਾਂ ਦੇ ਆਡੀਸ਼ਨ ਵੀ ਹੁੰਦੇ ਨੇ ਸਾਡੇ ਕੋਲ ਕੀ ਬਾਤ ਕਲਾਕਾਰ ਸਾਡੇ ਉਹ ਲੈ ਕੇ ਜਾਂਦੇ ਨੇ ਇਸ ਤਰ੍ਹਾਂ ਲਓ ਫਿਰ ਇੱਧਰ ਵੀ ਇੱਕ ਗੱਲਬਾਤ ਆ ਗਈ ਓ ਕਮਲ ਸਿੰਘ ਜੱਤੀ ਕਹਿੰਦੇ ਕਹਿੰਦੇ ਤੁਸੀਂ ਤਿੰਨੇ ਜਣੇ ਮਿਲ ਕੇ ਕਿਉਂ ਨਹੀਂ ਫਿਲਮ ਬਣਾਉਂਦੇ ਕਹਿੰਦੇ 80 ਹੋ ਜਾਣੀ ਨਹੀਂ ਅਸੀਂ ਸੋਚਿਆ ਕਿ ਇਸ ਤਿੰਨੇ ਜਣੇ ਮਿਲ ਕੇ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਿਆ ਕਰਾਂਗੇ ਮਤਲਬ ਜਿਹੜੀ ਗੱਲ ਮੈਂ ਤੁਹਾਨੂੰ ਇੰਜ ਕਰਕੇ ਦੱਸੀ ਸੀ ਉਹ ਤੁਸੀਂ ਨਹੀਂ ਸੀ ਸੁਣੀ ਵੀ ਜੇ ਜਣੇ ਫਿਰ ਉੱਥੇ ਚਲ ਗਏ ਤਾਂ ਸਰ ਸਾਡੇ ਇਸ ਚੈਨਲ ਦੇ ਵਿੱਚ ਇੱਥੇ ਬੈਠ ਕੇ ਕੌਣ ਇੰਟਰਵਿਊ ਕਰੇਗਾ ਬੇਬੇ ਆ ਆ ਇੰਨੀ ਫੂਕ ਹੀ ਨਹੀਂ ਟਿਕਣ ਦਿੰਦੀ ਵਾਹ ਆਪਾਂ ਸਾਰਾ ਐਡਰੈਸ ਵੀ ਦਾ ਦੇਓ ਉਹ ਜਗਮੀਤ ਸਿੰਘ ਜੀ ਪੁੱਛਣ ਨੂੰ ਲੱਗ ਪਏ ਜੀ ਅੰਮ੍ਰਿਤਸਰ ਕਿੱਥੇ ਉਹ ਬੰਦਾ ਵਿਚਾਰਾ ਕੋ ਚਾਹਵਾਨ ਹੈ ਫੇਸਬੁੱਕ ਦੇ ਉੱਪਰ ਸਾਡਾ ਪੇਜ ਹੈਗਾ ਕੁਚੀ ਮੁਚੀ ਫਿਲਮ ਐਕਟਿੰਗ ਅਕੈਡਮੀ ਤੁਸੀਂ ਉਹਦੇ ਤੇ ਵਿਜ਼ਿਟ ਕਰ ਸਕਦੇ ਹੋ ਉੱਥੇ ਨੰਬਰ ਦਿੱਤੇ ਹੋਣਗੇ ਤੁਸੀਂ ਉੱਥੇ ਕਾਲ ਕਰ ਸਕਦੇ ਹੋ ਔਰ ਸਾਰੀ ਡਿਟੇਲ ਤੁਹਾਨੂੰ ਦੱਸ ਦੇਣਗੇ ਹਮ मोस्ट ਵੈਲਕਮ ਆਪਾਂ ਵੀ ਚੱਲੀਏ ਵੈਸੇ ਤੁਸੀਂ ਭਾਵੇਂ ਆ ਗਏ ਜੀ ਨਾ ਹੋਈ ਤਾਂ ਪੰਗਾ ਆ ਉਹੀ ਤਾਂ ਬਣਾ ਲਈ ਜਦੋਂ ਕੋਈ ਆਡੀਸ਼ਨ ਆਇਆ ਕਰਨੀ ਅਸੀਂ ਅਕੈਡਮੀ ਛੁੱਟੀ ਕਰਦੇ ਬੰਨੀ ਤਾਂ ਕਿ ਤੁਸੀਂ ਆਡੀਸ਼ਨ ਹੀ ਨਾਲ ਦੇਣਾ ਨਹੀਂ ਮੈਸੇ ਗੁਰਪ੍ਰੀਤ ਪਤਾ ਕੀ ਹੁੰਦਾ ਮੈਂ ਇਹ ਸੋਚਦੀ ਆ ਕਿ ਜਿਹੜੇ ਕਲਾਕਾਰਾਂ ਚ ਦਮ ਹੁੰਦਾ ਜਿਹੜੇ ਮੈਚੋਰ ਆਰਟਿਸਟ ਹੁੰਦੇ ਮੈਂ ਤੁਹਾਡੇ ਨਾਲ ਇੱਕ ਫਿਲਮ ਕੀਤੀ ਮੈਨੂੰ ਮੈਂ ਤੁਹਾਡਾ ਟੈਲੈਂਟ ਕੋ ਜਾਣੂ ਔਰ ਮੈਂ ਕਈ ਵਾਰੀ ਨਹੀਂ ਸੱਚੀ ਸੀਰੀਅਸ ਲੀ ਗੱਲ ਹਰਦੀਪ ਨਾਲ ਵੀ ਕਰਦੀ ਹੁੰਦੀ ਸੀ ਵੀ ਗੁਰਪ੍ਰੀਤ ਇੰਨਾ ਅੱਛਾ ਕਲਾਕਾਰ ਆ ਉਹ ਐਂਕਰਿੰਗ ਦੇ ਵਿੱਚ ਜਿਆਦਾ ਮਤਲਬ ਉਹਨੇ ਇਹਨੂੰ ਹੀ ਆਪਣਾ ਫੀਲਡ ਬਣਾ ਲਿਆ ਜਿੱਥੇ ਰੋਟੀ ਮਿਲੇ ਜੀ ਹੁਣ ਫਿਲਮਾਂ ਮਿਲਣਾ ਇਹ ਕੰਮ ਮੈਂ ਕਰਾਣਾ ਤੇ ਫਿਰ ਨਹੀਂ ਵਧੀਆ ਗੱਲ ਹੈ ਪਰ ਪਹਿਲਾਂ ਆ ਕੇ ਹੋਈ ਕੀਤੀ ਹੈ ਅਸਲ ਦੇ ਵਿੱਚ ਨਾ ਇੱਕ ਕਦੀ ਫਿਲਮ ਆਉਣ ਦੀ ਗੱਲ ਆ ਮੁੜ ਕੇ ਇੰਡਸਟਰੀ ਨੂੰ ਪਤਾ ਲੱਗ ਜਾਂਦਾ ਜਿਹੜੇ ਅੱਛੇ ਆਰਟਿਸਟ ਹੁੰਦੇ ਨੇ ਇੰਡਸਟਰੀ ਵਾਲੇ ਜ਼ਰੂਰ ਮਤਲਬ ਮੈਂ ਆਸ ਰੱਖਾਂ ਆਸ ਰੱਖਣੀ ਚਾਹੀਦੀ ਗੁਰਪ੍ਰੀਤ ਤੁਸੀਂ ਬਹੁਤ ਟੈਲੈਂਟਡ ਹੋ ਔਰ ਰੱਬ ਕਰੇ ਕਿ ਬਹੁਤ ਛੇਤੀ ਤੁਹਾਨੂੰ ਬਹੁਤ ਵਧੀਆ ਫਿਲਮ ਮਿਲੇ ਔਰ ਆਪ ਇਕੱਠੇ ਜਣੇ ਦੋਵੇਂ ਜਣੇ ਸਕਰੀਨ ਸ਼ੇਅਰ ਕਰੀਏ ਤੇ ਤਿੰਨੇ ਜਣੇ ਸਕਰੀਨ ਸ਼ੇਅਰ ਕਰੀਏ ਹੁਣ ਤੇ ਇੰਡਸਟਰੀ ਨੂੰ ਅੱਜ ਪਤਾ ਲੱਗ ਹੀ ਜਾਣਾ ਵੀ ਮੇਰੀ ਬੇਟੀ ਦਾ ਕਿਰਦਾਰ ਕਰਾਉਣਾ ਦੇ ਹਰਮਨ ਤੋਂ ਕਰਾਇਆ ਜਾ ਸਕਦਾ ਮੇਰੀ ਛੋਡੀ ਭੈਣ ਦਾ ਕਿਰਦਾਰ ਕਰਾਉਣਾ ਦੇ ਹਰਮਨ ਤੋਂ ਕਰਾਇਆ ਜਾ ਸਕਦਾ ਹੈ ਨਾ ਤੇ ਬੀਬੋ ਸ਼ਰਮਾ ਜੀ ਕਹਿੰਦੇ ਤੇਰੀ ਤਾਂ ਮਤਲਬ ਅੱਜ ਸ਼ੁਰੂ ਹੋ ਗਿਆ ਕੰਮ ਆਹ ਦੀਪਕ ਜਰਮਾ ਜੀ ਕਹਿ ਰਹੇ ਨੇ ਉਹ ਕਹਿੰਦੇ ਤੁਸੀਂ ਕਪਲ ਸ਼ਰਮਾ ਫੇਲ ਕਰ ਦੋ ਨਹੀਂ ਨਹੀਂ ਕਪਿਲ ਕਪਿਲਾ ਕਪਿਲ ਨੂੰ ਫੇਲ ਨਹੀਂ ਕੀਤਾ ਜਾ ਸਕਦਾ ਅੰਬਰਸਰੀਆ ਮੁੰਡਾ ਸਾਡਾ ਥੀਏਟਰ ਤੋਂ ਆ ਸਾਡਾ ਆਪਣਾ ਮੁੰਡਾ ਐ ਸੀ ਉਹਨੂੰ ਬਹੁਤ ਪਿਆਰ ਕਰਦੇ ਇਹ ਹੈ ਕਿ ਸਾਡੀਆਂ ਸਾਰਿਆਂ ਦੀਆਂ ਦੁਆਵਾਂ ਨੇ ਉਹਦੇ ਨਾਲ ਹਾਂ ਇੰਜ ਹੋ ਸਕਦਾ ਕਿ ਜਿਸ ਤਰ੍ਹਾਂ ਕਪਲ ਕਪਲ ਸ਼ਰਮਾ ਦਾ ਕੀ ਨਾਮ ਕੀ ਸ਼ੋਅ ਦਾ ਕਾਮੇਡੀ ਨਾਈਟਸ ਕਾਮੇਡੀ ਨਾਈਟਸ ਵਿਦ ਕਪਲ ਸ਼ਰਮਾ ਤੇ ਤਰ੍ਹਾਂ ਕਾਮੇਡੀ ਨਾਈਟਸ ਵਿੱਚ ਵਿਦ ਅਨੀਤਾ ਦੇਵਗਨ ਹੈ ਨਾ ਮਤਲਬ ਇਸ ਤਰ੍ਹਾਂ ਦਾ ਇੱਕ ਪ੍ਰੋਗਰਾਮ ਆ ਕਿ ਜਿਹੜਾ ਉਹ ਸ਼ੁਰੂ ਕੀਤਾ ਜਾ ਸਕਦਾ ਆਪਾਂ ਨੂੰ ਆਸਟ੍ਰੇਲੀਆ ਤੋਂ ਮੈਸੇਜ ਕਰ ਰਹੇ ਨੇ ਉਹ ਕਹਿੰਦੇ ਕਿ ਮੈਂ ਬੱਸ ਡਰਾਈਵ ਕਰਦੀ ਹਾਂ अच्छा यानी को बस ड्राइवर ने वो कहंदे कि मैं अपनी शिफ्ट खत्म करके आ रही थी देन मैं उस के बाद ਤੁਹਾਡਾ ਇਹ ਪ੍ਰੋਗਰਾਮ ਦੇਖਣੋਂ ਨਹੀਂ ਰੁਕ پا ਰਹੀ ਪਲੱਸ ਉਹ ਨਾਲ ਇਹ ਵੀ ਕਹਿ ਰਹੇ ਨੇ ਕਿ ਆਸਟ੍ਰੇਲੀਆ ਕਦੋਂ ਆ ਰਹੇ ਹੋ ਗਿਫਟ ਹੀ ਨਹੀਂ ਦੇਣੇ ਯਾਰ ਬਾਤ ਆ ਇਹ ਤਾਂ ਗਿਫਟਸ ਨੇ ਗਿਫਟਸ ਸਿਮੀ ਤੋਂ ਕੈਨੇਡਾ ਵਾਲਿਆਂ ਤੋਂ ਵੀ ਪਹਿਲਾਂ ਆਪਣੇ ਗਿਫਟ ਜਿਹੜੇ ਨਾ ਖਰੀਦ ਖਰੋਦ ਲਾ ਜਦੋਂ ਹੁਣ ਸੇਲ ਲੱਗੀ ਕਿਉਂਕਿ ਮੈਂ ਮਈ ਜੂਨ ਜੁਲਾਈ ਉੱਥੇ ਹੀ ਹੋਣਾ ਮੈਲਬੌਰਨ ਬ੍ਰਿਸਬਨ ਸਿਡਨੀ ਅਸੀਂ ਆ ਰਹੇ ਹਾਂ ਬਹੁਤ ਜਲਦੀ ਔਰ ਸਤਨ ਪਤਾ ਲੱਗੀ ਜਾਣਾ ਪੋਸਟਰਸ ਵਗੈਰਾ ਸਾਰੇ ਨਾਟਕ ਕਰਨ ਲਈ ਆਉਣਾ ਤਾਂ ਰਿਲੀਜ਼ ਹੋ ਜਾਣੇ ਆ ਉੱਥੇ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਜਿਵੇਂ ਤੁਸੀਂ ਕਿਹਾ ਕਿ ਸ਼ਿਫਟ ਖਤਮ ਹੋਈ ਮੈਂ ਬੱਸ ਚਲਾਉਂਦੀ ਹਟੀ ਮੈਨੂੰ ਇੱਕਦਮ ਲੱਗਾ ਜਿਵੇਂ ਨਾ ਗੁਰਪ੍ਰੀਤ ਹੁਣ ਕਹੂਗਾ ਵੀ ਮੈਂ ਬੱਸ ਚਲਾਉਂਦੀ ਪਈ ਸੀ ਤੇ ਸਾਈਡ ਤੇ ਲਾ ਲਈ ਮੈਂ ਕਿਹਾ ਹੈ ਮੇਰਾ ਪ੍ਰੋਬਲਮ ਸਾਰੇ ਬਾਈਨ ਤੇ ਸਵਾਰਗੇ ਸਾਈਡ ਤੇ ਲਾਤੀ ਹੈ ਬਿਲਕੁਲ ਠੀਕ ਫਿਰ ਪਾ ਲਗੇ ਵੀ ਉਹ ਗੋਰੀਆਂ ਪੁੱਛਦੇ ਨੇ ਵਾਟ ਹੈਪਨ ਵਾਟ ਹੈਪਨ ਹਾਂ ਤਾਂ ਉਸੇ ਵਿੱਚ ਕਹੇ ਕਿ ਕਮੇਡੀ ਨਾਈਟਸ ਵਿੱਚ ਅਨੀਤਾ ਦੇਵ ਕਿਸੇ ਚੱਲ ਜਾਂਦਾ ਅੱਜ ਤੁਸੀਂ ਕੱਢ ਜੋ ਹੈ ਨਾ ਹਾਂ ਤੁਸੀਂ ਬਿਲਕੁਲ 10 ਮਿੰਟ ਗੈਸਟ ਕਰੋ ਮੈਂ ਹਿਸਾਬ ਲਾਇਆ ਕਿ ਬੰਦਾ ਖੁਸ਼ ਹੋਵੇ ਹੱਸਦਾ ਖੇਡਦਾ ਹੋਵੇ ਨਾ ਤੇ ਕਈ ਵਾਰਾ ਜਿਹੜੀ ਭਾਸ਼ਾ ਹੈ ਉਹਦਾ ਵੀ ਬਹੁਤਾ ਫਰਕ ਨਹੀਂ ਪੈਂਦਾ ਸੀ ਅ ਕੱਲ ਦੇ ਪ੍ਰੋਗਰਾਮ ਤੇ ਆਪਾਂ ਗੱਲ ਕਰ ਰਹੇ ਹਾਂ ਸਾਨੂੰ ਇੱਕ ਮੈਸੇਜ ਆਇਆ ਉਹ ਕਹਿੰਦੇ ਕਿ ਮੇਰਾ ਇੱਕ 9 ਮਹੀਨੇ ਦਾ ਬੱਚਾ ਹੈ ਛੋਟਾ ਜਿਹਾ ਉਬੈਸਿਕ ਰੀਰੀ ਕਰ ਲੈਂਦਾ ਪਰ ਜਦੋਂ ਤੁਹਾਡਾ ਕਿਤੇ ਪ੍ਰੋਗਰਾਮ ਸ਼ੁਰੂ ਹੋ ਜਵੇ ਤੇ ਫਿਰ ਉਹਨਾਂ ਚਰਨੀ ਰਹਿੰਦਾ ਹੈ। ਹਾਂ। ਉਹ ਇੰਨਾ ਛੋਟਾ ਫੈਕਟ। ਉਹ ਕਹਾਤਵੇਂ ਨੂੰ ਕੈਨੇਡਾ ਤੋਂ ਅੰਗਰੇਜ਼ ਫਿਲਮ ਵੇਖਣ ਤੋਂ ਬਾਅਦ ਨਾ ਇੱਕ ਫੋਨ ਕਾਲ ਆਈ ਉਹ ਰੇਡੀਓ ਜਾਂ ਟੀਵੀ ਦਾ ਕੋਈ ਪ੍ਰੋਗਰਾਮ ਚਲਾਉਂਦੇ ਸੀਗੇ ਮੈਂ ਸੌਰੀ ਭੁੱਲ ਗਈ ਹੁਣ। ਤਾਂ ਉਹ ਕਹਿੰਦੇ ਜੀ ਮੇਰਾ ਨਾ 7-8 ਸਾਲ ਦਾ ਮੁੰਡਾ ਹੈ ਤੇ ਅੱਜ ਤੀਸਰੀ ਵਾਰੀ ਅੰਗਰੇਜ਼ ਫਿਲਮ ਵੇਖਣ ਦੀ ਜਿੱਦ ਕਰ ਰਿਹਾ ਤੇ ਮੈਂ ਇਹਨੂੰ ਸਪੈਸ਼ਲੀ ਲੈ ਕੇ ਆਇਆ ਤੇ ਕਹਿੰਦਾ ਇਹ ਹੁਣੇ ਅਸੀਂ ਗੱਡੀ ਨਾ ਪਾਰਕਿੰਗ ਦੇ ਵਿੱਚ ਲਾਈ ਆ ਤੇ ਮਤਲਬ 2 ਮਿੰਟ ਪਹਿਲਾਂ ਹੀ ਕੀ ਵਾਪਰ ੱਡੀ ਲਾ ਕੇ ਤੇ ਮੈਂ ਵਾਪਸ ਆ ਰਿਹਾ ਤੇ ਜਿੱਥੇ ਮੈਨੂੰ ਖਿਲਾਰ ਕੇ ਗਿਆ ਸੀ ਨਾ ਤੇ ਮੈਂ ਆ ਕੇ ਵੇਖਿਆ ਤੇ ਇਹ ਤੁਹਾਡੀ ਰੀਸ ਲਾਉਂਦਾ ਪਿਆ ਮੈਂ ਕਿਹਾ ਮੈਂ ਕੀ ਕਹਿੰਦਾ ਪਿਆ ਸੀ ਕਹਿੰਦਾ ਪਾਣੀ ਦੀ ਕਿਲੋੜ ਚੱਲਣ ਦੇ ਕਿਸੀ ਤੇ ਮਤਲਬ ਉਹ ਐਕਟ ਕਰਦਾ ਪਿਆ ਉੱਥੇ ਹੈ ਤੇ ਕਹਿੰਦਾ ਵੀ ਕਹਿੰਦੇ ਤੁਸੀਂ ਪਲੀਜ਼ ਇਹਦੇ ਨਾਲ ਗੱਲ ਕਰੋਗੇ ਮੈਂ ਕਰਾ ਦੇ ਗੱਲ ਤੁਹਾਨੂੰ ਮੈਂ ਗੱਲ ਕੀਤੀ ਮੁੰਡੇ ਨਾਲ ਤੇ ਮੈਂ ਉਹਨੂੰ ਪੁੱਛਿਆ ਵਾ ਕਿ ਤੂੰ ਕੀ ਬੋਲਦਾ ਪਿਆ ਸੀ ਕਹਿੰਦੇ ਪਾਣੀ ਦੀ ਕਿਲੋੜ ਚੱਲਣ ਦੀ ਕਿਸੀ ਉਹ ਮੈਂ ਕਹਿੰਦਾ ਤੁਹਾਨੂੰ ਪਤਾ ਹੀ ਕੀ ਸੀ ਕੀ ਹੁੰਦੀ ਹੈ ਕਹਿੰਦਾ ਨਹੀਂ ਮੈਂ ਕਿਹਾ ਆਪਣੇ ਪਾਪਾ ਨੂੰ ਕਹੀਂ ਕਰਕੇ ਕਾ ਹੰਗਾ ਬਾਇ ਆਉਣਾ ਤਾਂ ਕਰੀਗਾ ਇੱਕ ਗੱਲ ਹੈ ਪੰਜਾਬੀ ਫਿਲਮਾਂ ਦੇ ਵਿੱਚ ਜਿਸ ਤਰੀਕੇ ਨਾਲ ਇਹਨਾਂ ਸ਼ਬਦਾਂ ਨੂੰ ਜਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਇੱਕ ਸਾਦਗੀ ਨਾਲ ਇੰਟਰੋਡਿਊਸ ਕੀਤਾ ਜਾਂਦਾ ਹੈ ਨਾ ਮੇਰੇ ਖਿਆਲ ਨਾਲ ਕਿਤੇ ਨਾ ਕਿਤੇ ਜਿਹੜੇ ਸ਼ਹਿਰੀ ਲੋਕ ਜਿਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਚੀਜ਼ਾਂ ਬਾਰੇ ਜਨ ਨਹੀ ਨਵੀਂ ਪੀੜੀ ਆ ਉਹਨਾਂ ਨੂੰ ਪਤਾ ਲੱਗਿਆ ਇੱਕ ਸਵਾਲ ਸੀਗਾ ਤੁਹਾਡੇ ਲਈ ਯੂਨਿਕ ਥ੍ਰੈਡ ਕਰਕੇ ਉਹਨਾਂ ਦਾ ਨਾਮ ਹੈ ਉਹਨਾਂ ਨੇ ਭੇਜਿਆ ਉਹ ਕਹਿੰਦੇ ਕਿ ਵੀ ਮੈਂ ਬਹੁਤ ਸਾਰਾ ਟੈਲੈਂਟ ਦੇਖਿਆ ਬਹੁਤ ਸਾਰੇ ਟੈਲੈਂਟਡ ਆਰਟਿਸਟ ਜਿਹੜੇ ਉਹ ਵੀ ਆਉਣਾ ਚਾਹੁੰਦੇ ਨੇ ਇੰਡਸਟਰੀ ਦੇ ਵਿੱਚ ਪਰ ਕਿਹਾ ਜਾਂਦਾ ਹੈ ਕਿ ਜੀ ਫਿਲਮ ਇੰਡਸਟਰੀ ਚੰਗੀ ਨਹੀਂ ਤੁਹਾਡ ਫਿਲਮ ਇੰਡਸਟਰੀ ਉਦੋਂ ਤੱਕ ਨਹੀਂ ਸੀ ਚੰਗੀ ਜਦ ਤੱਕ ਇੱਥੇ ਪ੍ਰੋਫੈਸ਼ਨਲ ਲੋਕ ਨਹੀਂ ਸੀ ਹੁਣ ਜਿਵੇਂ ਮੈਂ ਕਿਹਾ ਨਾ ਕਿ ਪੰਜਾਬੀ ਦੀ ਫਿਲਮ ਇੰਡਸਟਰੀ ਐਸ ਵੇਲੇ ਹਿੰਦੀ ਦੀ ਫਿਲਮ ਇੰਡਸਟਰੀ ਨੂੰ ਟੱਕਰ ਦੇ ਰਹੀ ਆ ਬਿਲਕੁਲ ਪ੍ਰੋਫੈਸ਼ਨਲ ਲੋਕਾਂ ਦੀ ਇੰਡਸਟਰੀ ਆ ਪਹਿਲਾਂ ਹੁੰਦਾ ਸੀ 10 ਲੱਖ ਰੁਪਏ ਲੈ ਲਓ ਭਾਵੇਂ ਪਿੱਛੇ ਖਿਲਾਰ ਦਿਓ ਹਾਂ ਹੈਨਾ ਮਤਲਬ ਜਾਇਜ਼ ਨਜਾਇਜ਼ ਹੋ ਸਕਦਾ ਕਈ ਤਰ੍ਹਾਂ ਦੇ ਤਰੀਕੇ ਜਿਹੜੇ ਨੇ ਇਸ ਇੰਡਸਟਰੀ ਦੇ ਵਿੱਚ ਆਉਣ ਦੇ ਲਈ ਵਰਤੇ ਜਾਂਦੇ ਰਹੇ ਹੁਣ ਬਟ ਐਸ ਵੇਲੇ ਤੇ ਮਤਲਬ ਘੈਂਟ ਆ ਪੂਰਾ ਕੰਮ ਰੱਬ ਦੀ ਬਹੁਤ ਮਿਹਰ ਆ ਔਰ ਇਹ ਸਾਰਾ ਕੁਝ ਤੁਹਾਡੇ ਕਰਕੇ ਆ ਤੁਸੀਂ ਆਉਂਦੇ ਹੋ ਫਿਲਮਾਂ ਦੇ ਵਿੱਚ ਟਿਕਟਾਂ ਖਰੀਦਦੇ ਹੋ ਔਰ ਫਿਲਮਾਂ ਦੇਖਦੇ ਹੋ ਨਹੀਂ ਤਾਂ ਕਹਿੰਦੇ ਹੁੰਦੇ ਸੀ ਪਹਿਲਾਂ ਕਿ ਹਿੰਦੀ ਫਿਲਮ ਜਿਹੜੀ ਥੀਏਟਰ ਚ ਜਾ ਕੇ ਵੇਖ ਲੈਣੇ ਪੰਜਾਬੀ ਦੀ ਸੀਡੀ ਲੈ ਆਵਾਂਗੇ ਔਰ ਇਹ ਟ੍ਰੈਂਡ ਕਾਫੀ ਜ਼ਿਆਦਾ ਚੇਂਜ ਹੋ ਰਿਹਾ ਔਰ ਇਹਦੇ ਲਈ ਤੁਸੀਂ ਸਾਰੇ ਜਣੇ ਵਧਾਈ ਦੇ ਹੱਕਦਾਰ ਹੋ ਬਸ ਇਸੇ ਤਰ੍ਹਾਂ ਨਾ ਚੱਕ ਦੋ ਫੱਟੇ ਕਦੇ ਵੀ ਪੰਜਾਬੀ ਫਿਲਮ ਜਿਹੜੀ ਹੈ ਸੀਡੀ ਲਿਆ ਕੇ ਨਹੀਂ ਵੇਖਣੀ ਨਾ ਇੰਨੀ ਕਿ ਦਿਸਦੀਆਂ ਸੀ ਡੀਓ ਇੰਨੇ ਕੋ ਸਕਰੀਨ ਦੇ ਉੱਤੇ ਜੇ ਤੁਸੀਂ ਉੱਥੇ ਜਾ ਕੇ ਦੇਖਦੇ ਹੋ ਸਿਨੇਮਾ ਦੇ ਵਿੱਚ ਤਾਂ ਫਿਰ ਪੂਰੀ ਨੀਤਾ ਦੇਵਗੰਦ ਦਿਸਦੀ। ਜੇ ਮੈਨੂੰ ਪਿਆਰ ਕਰਦੇ ਤਾਂ ਫਿਰ ਤੋਂ ਉੱਥੇ ਜਾ ਕੇ ਦੇਖੋ ਨਾ। ਮਤਲਬ ਛੋਟੀ ਸਕਰੀਨ ਤੇ ਉੱਪਰ ਇਹ ਧਗਾ ਹੀ ਆ ਮਤਲਬ। ਹਾਂ ਉਹ ਲੱਗਦਾ ਜਿਵੇਂ ਹਰ ਮਨ ਨੂੰ। ਅੱਛਾ ਜੇ ਵੱਡੇ ਟੀਵੀ ਨਾਲ ਇੱਕ ਛੋਟਾ ਸਟੀਰੀਓ ਫਰੀ ਹੈ ਨਾ। ਇਹ ਗੁਰਪ੍ਰੀਤ ਸਿੰਘ ਜੀ ਵੀ ਆਸਟ੍ਰੇਲੀਆ ਤੋਂ ਉਹ ਵੀ ਕਹਿੰਦੇ ਜੀ ਵੀ ਸਾਨੂੰ ਦੱਸ ਦਿਓ ਕਦੋਂ ਆਣਾ ਮੈਲਬੌਰਨ ਤੋਂ ਗਿਫਟ ਅਸੀਂ ਵੀ ਦੇਣਾ। ਅੱਛਾ ਇੱਕ ਚੀਜ਼ ਹੋਰ ਸੀ ਉਹ ਪੁੱਛ ਰਹੀ ਸੀ ਕਿ ਨਵੀਆਂ ਆਉਣ ਵਾਲੀਆਂ ਫਿਲਮ ਫਿਲਮਾਂ ਉਹ ਕਿਹੜੀਆਂ ਕਿਹੜੀਆਂ ਨੇ ਉਹਦੇ ਬਾਰੇ ਦੱਸ ਦਿਓ। ਥੈ ਲੋ ਇਨ ਮੈਂ ਕੈਲਕੂਲੇਟਰ ਨਹੀਂ ਮੈਂ ਉਂਗਲ ਉਂਗਲਾਂ ਮੇਰੀਆਂ ਅਵੇਲੀਆਂ ਨੇ। ਅ ਮਾਰਚ ਤੋਂ ਸ਼ੁਰੂ ਹੋ ਜਾਣਗੀਆਂ ਤੇ ਲਗਭਗ ਦਸੰਬਰ ਤੱਕ ਹਰ ਮਹੀਨੇ ਇੱਕ ਅੱਧੀ ਫਿਲਮ ਆਊਗੀ। ਬਹੁਤ ਸਾਰੀਆਂ ਨੇ ਰੱਬ ਦਾ ਰੇਡੀਓ ਅ ਠੱਗ ਲਾਈਫ ਹੂੰ। ਤੇ ਹੁਣੇ ਮੈਂ ਕਿਹੜੀ ਕਰਕੇ ਆਈ ਸੀ ਰਬ ਦਾ ਰੇਡੀਓ ਟੱਗ ਲਾਈਫ ਚੰਨਾ ਮੇਰਾ ਹਾਂ ਮਨ ਜੇ ਬਿਸtre ਸਭ ਤੋਂ ਪਹਿਲਾਂ ਸ਼ਾਇਦ ਉਹ ਆਜੂਵੇ ਹੈਨਾ ਤੇ ਤਿੰਨ ਚਾਰ ਹੋਰ ਨੇ ਨਾ ਭੁੱਲ ਜਾਨੀ ਮੈਂ ਮੈਨੂੰ ਭੁੱਲਣ ਦੀ ਥੋੜੀ ਜਿਹੀ ਪ੍ਰੋਬਲਮ ਹੋਈ ਹੋਈ ਨਾ ਜਨਨਾ ਚ ਨਾ ਮਤਲਬ ਲਗਭਗ ਹਰ ਮਹੀਨੇ ਇੱਕ ਫਿਲਮ ਆ ਸਵਾਲ ਬਹੁਤ ਵਧੀਆ ਹੈ ਤੁਹਾਡੀ ਸਨੀ ਜੀ ਦਾ ਉਹ ਕਹਿੰਦੇ ਕਿ ਵੀ ਚੰਗੀ ਸੇਦ ਦਾ ਰਾਜ਼ ਕੀ ਹੈਲਦੀ ਸੀ ਇਦਾਂ ਮਤਲਬ ਕੋਈ ਉਹਨਾਂ ਨੇ ਟਿਪੀਕਲ ਜਿਹਾ ਕੁਝ ਇਸ਼ਾਰਾ ਜਿਹਾ ਤਾਂ ਨਹੀਂ ਵਿੱਚ ਪਾਇਆ ਵੀ ਉਹ ਸੀਰੀਅਸਲੀ ਸੀਰੀਅਸਲੀ ਪੁੱਛ ਰਿਹਾ ਸੀ ਸੀਰੀਅਸਲੀ ਸਫਿਸਟੀਕੇਟਡ ਵੇ ਨਾ ਉਹਨਾਂ ਨੇ ਐਂਡ ਤੇ ਕਟਸ਼ੀਆਂ ਵੀ ਦੋ ਪਾਈਆਂ ਜਿਹਨੂੰ ਆਪਾਂ ਸਾਈਨ ਆਫ ਕੁਐਸਚਨ ਮਾਰਕ ਗੁਰਪ੍ਰੀਤ ਮੈਨੂੰ ਨਾ ਪਤਾ ਨਹੀਂ ਥੋੜਾ ਜਿਹਾ ਇਸ ਗੱਲੋਂ ਮੈਂ ਨਾ ਬਹੁਤ ਅਵੇਅਰ ਹੈਗੀ ਆ ਕਿ ਮੈਂ ਕੋਸ਼ਿਸ਼ ਕਰਦੀ ਆਂ ਕਿ ਸਾਡੇ ਜਿਹੜਾ ਕਿਚਨ ਗਾਰਡਨ ਆ ਸੀ ਉਹਦੇ ਵਿੱਚ ਹੀ ਸਬਜ਼ੀਆਂ ਉਗਾਈਏ ਮੈਂ ਆਰਗੈਨਿਕ ਚੀਜ਼ਾਂ ਨੂੰ ਪ੍ਰੈਫਰ ਕਰਦੀ ਕਈ ਵਾਰੀ ਮੇਰੇ ਘਰ ਵਾਲੇ ਖਿਜ ਵੀ ਜਾਂਦੇ ਇਹਨਾਂ ਚੀਜ਼ਾਂ ਤੋਂ ਔਰ ਦੇਸੀ ਮੈਨੂੰ ਲੱਗਦਾ ਕਿ ਮੇਰੀ 45 46 46 ਸਾਲ ਉਮਰ ਹੋ ਗਈ ਤਾਂ ਮੈਂ ਹੁਣ ਤੱਕ ਸਿਰਫ ਜ਼ਿੰਦਗੀ ਚ 46 ਗੋਲੀਆਂ ਵੀ ਨਹੀਂ ਖਾਧੀਆਂ ਹੋਣੀਆਂ ਅੰਗਰੇਜ਼ੀ ਦਵਾਈਆਂ ਦੀਆਂ। ਕੀ ਬਾਤ ਹੈ। ਹੁਣ ਤੱਕ ਮਤਲਬ ਸ਼ੁਰੂ ਤੋਂ ਮੇਰੇ ਪੇਰੈਂਟਸ ਨੇ ਉਹ ਮੇਰੇ ਨਾਨਾ ਜੀ ਹੋਮੋਪੈਥਿਕ ਦਵਾਈਆਂ ਦਿੰਦੇ ਸੀਗੇ ਹਕੀਮ ਸੀਗੇ ਹਨਾ ਤੇ ਇਸ ਤਰ੍ਹਾਂ ਫਿਰ ਮਤਲਬ ਉਹ ਸ਼ੁਰੂ ਤੋਂ ਹੋਮੋਪੈਥਿਕ ਦਵਾਈਆਂ ਸਾਡੇ ਘਰ ਦੇ ਵਿੱਚ ਚੱਲਦੀਆਂ ਰਹੀਆਂ ਔਰ ਅੱਜ ਵੀ ਮੈਂ ਆਪਣੇ ਬੱਚੇ ਨੂੰ ਵੀ ਉਹ ਮੈਂ ਬਾਅਦ ਕੀ ਦਵਾਈ ਦੇਣੀ ਕਈ ਵਾਰੀ ਸੰਡੇ ਨੂੰ ਡਾਕਟਰ ਨਹੀਂ ਆਉਂਦੇ ਤਾਂ ਮੈਨੂੰ ਮੰਨ ਲਓ ਸ਼ਨੀਵਾਰ ਰਾਤ ਨੂੰ ਬੁਖਾਰ ਚੜ ਗਿਆ ਤਾਂ ਕੋਈ ਗੱਲ ਨਹੀਂ ਚੜਿਆ ਰਹੇ ਸੌ ਦਾ ਡਾਕਟਰ ਆਊਗਾ ਦਵਾਈ ਉੱਥੋਂ ਹੀ ਲਿਓਣੀ ਆ ਮਤਲਬ ਮੈਂ ਅੰਗਰੇਜ਼ੀ ਦਵਾਈਆਂ ਨਹੀਂ ਖਾਂਦੀ ਕੋਸ਼ਿਸ਼ ਕਰਦੀ ਆ ਕਿ ਆਰਗੈਨਿਕ ਫੂਡ ਜਿਹੜਾ ਉਹੀ ਲਿਆ ਜਾਵੇ ਸਬਜ਼ੀਆਂ ਆਰਗੈਨਿਕ ਅਸੀਂ ਆਪਣੀ ਆਪ ਕੋਸ਼ਿਸ਼ ਕਰਦੇ ਆ ਉਹਨੀਆਂ ਕੁ ਗੁਜ਼ਾਰਾ ਜੋਗੀਆਂ ਮਾਲੀ ਨੂੰ ਲਗਵਾ ਕੇ ਕਰਵਾ ਲਈਏ ਔਰ ਆਰਗੈਨਿਕ ਕਣਕ ਜਿੱਥੋਂ ਮਿਲਦੀ ਅਸੀਂ ਉਹ ਲਿਆ ਕੇ ਖੁਦ ਅਸੀਂ ਆਟਾ ਪਿਉਣੇ ਆ ਖੁਦ ਬਣਾਉਣੇ ਕਦੀ ਮੈਂ ਬਾਜ਼ਾਰ ਵਾਲਾ ਆਟਾ ਆਪਣੇ ਘਰ ਦੇ ਵਿੱਚ ਨਹੀਂ ਵਰਤਣ ਦਿੱਤਾ ਔਰ ਜਿਹੜੀਆਂ ਸਬਜ਼ੀਆਂ ਬਣਦੀਆਂ ਨੇ ਉਹਦੇ ਵਿੱਚ ਵੀ ਹੁਣ ਤਾਂ ਕਹਿੰਦੇ ਜੀ ਡਾਲਡਾ ਕਿਉਂ ਨਹੀਂ ਖਾਣਾ ਚਾਹੀਦਾ ਹੂੰ ਦੇਸੀ ਕਿਉਂ ਨਹੀਂ ਖਾਣਾ ਚਾਹੀਦਾ ਮੱਖਣ ਨਹੀਂ ਖਾਣਾ ਚਾਹੀਦਾ ਬਟ ਇੱਕ ਅਸੀਂ ਮਕਦਾਰ ਨਿਸ਼ਚਿਤ ਕੀਤੀ ਹੈ ਸਾਰੀਆਂ ਚੀਜ਼ਾਂ ਦੀ ਔਰ ਵੈਰਾਈਟੀ ਵਾਲਾ ਜਿਹੜਾ ਕਿ ਉਹ ਹੈਗਾ ਉਹ ਅਸੀਂ ਖਾਣੇ ਇੱਕੋ ਤਰ੍ਹਾਂ ਦਾ ਕਿ ਉਹ ਜਿਹੜਾ ਉਹ ਵੀ ਸਿਹਤ ਨੂੰ ਨੁਕਸਾਨ ਕਰਦਾ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਨੁਕਸਾਨ ਕਰਦੀਆਂ ਨੇ ਉਹਨਾਂ ਨੂੰ ਅਵੋਇਡ ਕਰੀਦਾ ਤੇ ਬਹੁਤ ਸਾਰੇ ਜਿਹੜੇ ਆਯੁਰਵੈਦਿਕ ਸਾਡੇ ਦੇਸੀ ਸਾਡਾ ਮਤਲਬ ਰਿਚ ਕਲਚਰ ਹੈਗਾ ਜਿਹੜਾ ਆਯੁਰਵੈਦਿਕ ਉਹਦਾ ਜਦੋਂ ਵੀ ਮੇਰੇ ਕੋਲ ਟਾਈਮ ਹੁੰਦਾ ਆਉਂਦਿਆਂ ਜਾਂਦਿਆਂ ਸਫਰ ਦੇ ਵਿੱਚ ਮੈਂ ਪੜ੍ਹਦੀ ਰਹਿੰਦੀ ਆਂ ਦੇਖਦੀ ਰਹਿੰਦੀ ਆਂ ਔਰ ਨਿੱਕੀਆਂ ਮੋਟੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਮਤ ਸੋਣ ਨਾਲ ਜੁਵੈਨ ਨਾਲ ਛੋਟੀਆਂ ਛੋਟੀਆਂ ਬਿਮਾਰੀਆਂ ਸੀ ਅੰਜੀ ਠੀਕ ਕਰ ਲੈਣੇ ਹਨ ਮਲ ਘਰ ਦਾ ਵੈਦ ਉਹੀ ਜੀ ਰੱਖਿਆ ਆਪਣਾ ਅੱਛਾ ਮਾਈਸੈਲਫ ਵੈਦ ਵੀ ਆ ਇਹ ਮਾ ਵੀ ਆਸਟ੍ਰੇਲੀਆ ਤੋਂ ਪੁੱਛ ਰਹੇ ਨੇ ਉਹ ਕਹਿੰਦੇ ਜੀ ਵੀ ਸਾਨੂੰ ਤੁਸੀਂ ਬਹੁਤ ਚੰਗੇ ਲੱਗਦੇ ਸੀ ਬਹੁਤ ਰਿਸਪੈਕਟ ਕਰਦੇ ਆ ਉਹ ਕਹਿੰਦੇ ਕਿ ਅਸੀਂ ਇੱਕ ਗੀਤ ਸ਼ੂਟ ਕਰਨਾ ਉਹਦੇ ਵਿੱਚ ਵੀ ਤੁਹਾਨੂੰ ਲੈਣਾ ਚਾਹੁੰਦੇ ਦੇਖੋ ਆਫਰਸ ਵੀ ਨਾਲ ਦੇ ਆਹ थैंक यू वेरी मच सो ਨਾਈਸ ਆਫ ਯੂ ਬਟਾ ਮੈਂ ਸੌਰੀ ਗੀਤ ਕਰਦੀ ਨਹੀਂ ਆ ਫਿਲਮਾਂ ਕਰਦੀ ਆ ਇਹ ਨਹੀਂ ਗੱਲ ਕਿ ਮੈਂ ਕਿਸੇ ਚੀਜ਼ ਨੂੰ ਛੋਟਾ ਜਾਂ ਵੱਡਾ ਸਮਝਦੀ ਮੈਨੂੰ ਗੀਤਾਂ ਦੇ ਵਿੱਚ ਐਕਟ ਕਰਨਾ ਅੱਛਾ ਨਹੀਂ ਲੱਗਦਾ ਮੈਨੂੰ ਉਹ ਸਾਰਾ ਜੁਨਟ ਦਾ ਮਾਹੌਲ ਜੇ ਉਹ ਸਾਰਾ ਨਹੀਂ ਅੱਛਾ ਲੱਗਦਾ ਮੈਨੂੰ ਬਹੁਤ ਸਾਰੀਆਂ ਆਫਰਸ ਆਉਂਦੀਆਂ ਬੜੇ ਮੇਰੇ ਸਿੰਗਰ ਪੁੱਤ ਜਿਹੜੇ ਨੇ ਮੇਰੇ ਤੋਂ ਨਾਰਾਜ਼ ਵੀ ਹੋ ਗਏ ਮਤਲਬ ਤਕਰੀਬਨ ਹਰ ਇੱਕ ਨੇ ਪਰਸਨਲੀ ਕਾਲ ਵੀ ਕੀਤੀ ਆ ਕਿ ਸਾਡੇ ਵਾਲਾ ਹੀ ਕਰ ਲਓ ਸਿਰਫ ਇੱਕ ਮੈਂ ਕਿਹਾ ਹੁਣ ਇੱਕ ਵੀ ਕਰ ਲਿਆ ਨਾ ਫਿਰ ਬਾਕੀਆਂ ਨੂੰ ਜਿਨ੍ਹਾਂ ਨੂੰ ਸਾਰਿਆਂ ਨੂੰ ਨਾ ਕੀਤੀ ਇਹਨਾਂ ਨੇ ਕਹਿਣਾ ਵੀ ਉਹਦੀ ਮਾਂ ਜ਼ਿਆਦਾ ਸੀ ਸਾਡੀ ਘੱਟ ਆ ਹੈਨਾ ਤੇ ਇਸ ਕਰਕੇ ਕੋਈ ਗੱਲ ਨਹੀਂ ਤੁਸੀਂ ਥੋੜੇ ਜਿਹਾ ਪੈਸੇ ਹੋਰ ਇਕੱਠੇ ਕਰੋ ਅਗਲੀ ਵਾਰੀ ਆਪਾਂ ਫਿਲਮ ਬਣਾਵਾਂਗੇ ਹੋਰ ਫ੍ਰੀਜ਼ਰ ਵੀ ਰੋਲ ਦਵਾਵਾਂਗੇ ਹਰ ਮੰਨੂ ਵੀ ਰੋਲ ਦਵਾਵਾਂਗੇ ਦੋਵਾਂ ਨੂੰ ਰੋਲ ਦੇਾਂਗੇ ਉਹ ਦੋਵਾਂ ਨੂੰ ਰੋਲ ਹੀ ਕਰਨ ਕੇ ਰੱਖਦੇ ਰਹਿੰਦਰ ਜਖੂ ਜੀ کہہ ਰਹੇ ਕਿ ਵੈਸੇ ਤੁਹਾਡੀ ਉਮਰ 150 ਸਾਲ ਕਰੇ ਤੇ ਇਹ ਗੋਲੀਆਂ 46 ਦੀਆਂ 46 ਰਹਿਣ ਤੇ ਇਹ ਕੈਂਟ ਦੇ ਵਿੱਚ ਡਿਮਾਂਡ ਜਿਹੜੀ ਹੈ ਜੀ ਉਹ ਸਾਡੀ ਟੀਮ ਵੱਲੋਂ ਆਈ ਹੈ ਜਿਹੜੀ ਟੀਮ ਉਧਰ ਬੈਠੀ ਲੋਟ-ਪੋਟ ਹੋ ਰਹੀ ਹੈ ਮੈਂ ਦੱਸ ਦਿਆਂ ਜੀ ਕਿ ਸਾਡੇ ਇਸ ਪ੍ਰੋਗਰਾਮ ਨੂੰ ਲਾਈਵ ਕਰਨ ਦੇ ਲਈ ਇੱਕ ਬਹੁਤ ਵੱਡੀ ਟੀਮ ਹੈ ਫੇਸਬੁਕ ਹੈਂਡਲ ਕਰਦਾ ਜੀ ਕੋਈ ਸਾਡਾ ਵਟਸਐਪ ਕੋਈ ਸਾਡਾ ਜਿਹੜਾ ਫੋਨ ਫੋਨ ਹੈ ਉਹਨਾਂ ਨੂੰ ਦੇਖਦੇ ਨੇ ਈਵਨ ਕੈਨੇਡਾ ਦੇ ਵਿੱਚ ਬੈਠੀ ਜਿਹੜੀ ਸਾਡੀ ਟੀਮ ਹੈ ਉਹ ਵੀ ਇਹਨੂੰ ਹੈਂਡਲ ਕਰਦੀ ਹੈ ਉਹਨਾਂ ਦੀ ਡਿਮਾਂਡ ਹੈ ਕਿ ਤੁਹਾਡਾ ਦੋਨਾਂ ਦਾ ਇੱਕ ਖਾਸੇ ਦਾ ਕੰਪੀਟੀਸ਼ਨ ਚਾਹੀਦਾ ਮੈਂ ਖੈਲਸ ਦੋਨ ਨਾਲ ਇਕੱਠੇ ਅੰਡ ਕਰੀਏ ਤਾਂ ਕਿ ਨਾ ਕੋਈ ਜਿੱਤੇ ਚਲੋ ਕੰਪੀਟੀਸ਼ਨ ਆਪਰ ਹੋ ਗਈਏ ਕਿ ਹੋ ਗਿਆ ਆਪਣਾ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਵੀ ਖਤਮ ਹੋ ਗਿਆ ਹੋ ਚੁੱਕਾ ਹੈ ਨਹੀਂ ਪਰ ਤੁਸੀਂ ਚੀਟ ਕਰ ਰਹੇ ਹੋ ਤੁਸੀਂ ਮੈਨੂੰ ਕਹਸ ਤੁਸੀਂ 5 ਮਿੰਟ ਪਹਿਲਾਂ ਦੱਸੋਗੇ ਬਹੁਤ ਸਾਰੀਆਂ ਜ਼ਰੂਰੀ ਗੱਲਾਂ ਮੇਰਾ ਮੈਂ ਤਾਂ ਕੁਝ ਪੁੱਛੇ ਕੁਝ ਨਹੀਂ ਮੇਰੀ ਗੱਲ ਹਮੇਸ਼ਾ ਹੀ ਇਦਾਂ ਮੈਂ ਤਾਂ ਦੱਸਦਾ ਮੈਂ ਮੈਂ ਕੀ ਕਰਾਂ ਆ ਦੇਖੋ ਆ ਆ ਦੇਖੋ ਆ ਦੇਖੋ ਮੈਂ ਮੈਂ ਤਾਂ ਤੁਹਾਨੂੰ ਖੁਦ ਕਹਣਾ ਸਾਨੂੰ ਖੁਦ ਨੂੰ ਨਹੀਂ ਪਤਾ ਉਹਨੇ ਚੀਟਿੰਗ ਆ ਜਾਂਦੇ ਜਾਂਦੇ ਕੋਈ ਆਪਾਂ ਅੱਜ ਸਵਾਦ ਦੇ ਕੋਈ ਐਂਕਰ ਲਿਆ ਕੇ ਦੋ ਇੱਥੇ ਬਿਠਾਓ ਸਹੀ ਐਡੀ ਦੂਰੋਂ ਦੱਸ ਮੈਨੂੰ ਸੱਦਿਆ ਹੁਣ ਇੱਥੋਂ ਮੈਂ ਸਿੱਧੀ ਗੰਗਾ ਨਗਰ ਸ਼ੂਟਿੰਗ ਦੇ ਉੱਤੇ ਜਾਣਾ ਤੇਰੇ ਕਰਕੇ ਮੈਂ ਆਈ ਨਾ 2 ਘੰਟੇ ਇੱਥੇ ਤੇ ਹੁਣ ਇਹਨਾਂ ਨੇ ਸਵਾਲ ਤੇ ਕੋਈ ਪੁੱਛਿਆ ਨਹੀਂ ਦੁਬਾਰਾ ਆਉਂਗੀ ਹੁਣ ਇਹ ਕੋ ਗੱਲ ਪੱਕਾ ਪੱਕਾ ਹੁਣ ਜਾਂਦੇ 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 ਕੋਈ ਗੱਲ ਦਰਸ਼ਕਾਂ ਪੂਰੀ ਦੁਨੀਆ 'ਚ ਬੈਠੇ ਪ੍ਰਾਈਮੇਰੀ ਸ਼ੀ ਟੀਵੀ ਦੇ ਦਰਸ਼ਕਾਂ ਨਾਲ ਤੁਸੀਂ ਆਪਣੇ ਵੱਲੋਂ ਕੋਈ ਮੈਸੇਜ ਦੋ ਗੱਲਾਂ ਕਰਨੀਆਂ ਨੇ ਮੈਂ ਇੱਕ ਤੇ ਕਿ ਜਿੰਨੇ ਵੀ ਲੋਕ ਤੁਸੀਂ ਸਾਰਿਆਂ ਨੇ ਇਸ ਵੇਲੇ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ ਜੁੜੇ ਹੋਏ ਹੋ ਅੱਜ ਸਾਰਿਆਂ ਦੀ ਫੇਸਬੁੱਕ ਇਸ ਗੱਲ ਤੇ ਅਪਡੇਟ ਹੋਣੀ ਚਾਹੀਦੀ ਆ ਕਿ ਤੁਸੀਂ ਸਾਡਾ ਪੇਜ ਸ਼ੇਅਰ ਕਰਨਾ ਸਾਡੇ ਲਿੰਕ ਸ਼ੇਅਰ ਕਰਨੇ ਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਤੱਕ ਇਹ ਚੀਜ਼ ਪਹੁੰਚ ਸਕੇ ਔਰ WhatsApp ਦੇ ਉੱਤੇ ਤੁਹਾਡੇ ਜਿੰਨੇ ਵੀ ਗਰੁੱਪ ਨੇ ਤੁਸੀਂ ਉਹਨਾਂ ਸਾਰਿਆਂ ਦੇ ਨਾਲ ਸ਼ੇਅਰ ਕਰਨਾ ਸਾਡੇ ਇਹਨਾਂ ਪ੍ਰੋਗਰਾਮਾਂ ਬਾਰੇ ਇਸ ਟੀਵੀ ਚੈਨਲ ਦੇ ਬਾਰੇ ਦੱਸਣਾ ਔਰ ਦੂਸਰੀ ਗੱਲ ਜਿਹੜੀ ਹੈਗੀ ਆ ਉਹ ਪੰਜਾਬੀ ਸਿਨੇਮਾ ਨਾਲ ਰਿਲੇਟਡ ਕਰਨਾ ਚਾਹੁੰਦੀ ਆ ਤੁਸੀਂ ਸਰ ਜਣੇ ਬਹੁਤ ਮਾਨ ਸਤਕਾਰ ਦਿੰਦੇ ਹੋ ਔਰ ਮੈਨੂੰ ਲੱਗਦਾ ਹੈ ਕਿ ਮੇਰਾ ਹੱਕ ਹੈ ਕਿ ਮੈਂ ਤੁਹਾਨੂੰ ਹੱਕ ਨਾਲ ਕਹਿ ਸਕਾਂ ਜੇ ਤੁਸੀਂ ਮੈਨੂੰ ਆਪਣੀ ਬੇਬੇ ਆਪਣੀ ਮਾਂ ਆਪਣੀ ਅੰਮਾ ਸਮਝਦੇ ਹੋ ਤੇ ਪਲੀਜ਼ 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 ਥੀਏਟਰ ਦੇ ਵਿੱਚ ਜਾ ਕੇ ਪੰਜਾਬੀ ਫਿਲਮਾਂ ਦੇਖੋ ਹਰ ਫਿਲਮ ਦੇਖਣੀ ਜ਼ਰੂਰੀ ਹੈ ਚਾਹੇ ਉਹ ਚੱਲਦੀ ਆ ਪ੍ਰੋਫੈਸ਼ਨਲੀ ਚਾਹੇ ਨਹੀਂ ਚੱਲਦੀ ਕਮਰਸ਼ੀਅਲੀ ਕਿਉਂਕਿ ਫਿਲਮ ਜਿਹਦੇ ਬਣੀ ਆ ਤਾਂ ਕੁਛ ਨਾ ਕੁਛ ਤਾਂ ਉਹਦੇ ਵਿੱਚ ਅੱਛਾ ਹੋਏਗਾ ਹੀ ਨਾ ਬਿਲਕੁਲ ਜੇ ਤੁਸੀਂ ਰਿਸਪਾਂਸ ਦਿਓਗੇ ਪ੍ਰੋਡਿਊਸਰਾਂ ਦੇ ਖਰਚੇ ਨਿਕਲਨੇ ਸ਼ੁਰੂ ਹੋਣਗੇ ਤਾਂ ਹੋਰ ਜ਼ਿਆਦਾ ਫਿਲਮਾਂ ਬਣਨਗੀਆਂ ਸਾਡਾ ਸਿਨੇਮਾ ਗਰੋ ਕਰੂਗਾ ਸਾਡੀ ਭਾਸ਼ਾ ਗਰੋ ਕਰੂਗੀ ਸਾਡਾ ਕਲਚਰ ਗਰੋ ਕਰੂਗਾ ਹੁਣ ਅੰਗਰੇਜ਼ ਤੋਂ ਬਾਅਦ ਦੇਖੋ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਨਹੀਂ ਸੀ ਪਤਾ ਹੈਗਾ ਅਗਲੀ ਪੀੜ੍ਹੀ ਨੂੰ ਔਰ ਉਹਨਾਂ ਨੂੰ ਇਹਦੇ ਬਾਰੇ ਪਤਾ ਲੱਗਾ ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹਰ ਫਿਲਮ ਦੇ ਵਿੱਚ ਹੋਰ ਨਵੇਂ-ਨਵੇਂ ਸ਼ਬਦ ਜਿਹੜੇ ਅਸੀਂ ਭੁੱਲ ਚੁੱਕੇ ਹਾਂ ਬਿਸਰ ਚੁੱਕੇ ਹਾਂ ਉਹਨਾਂ ਨੂੰ ਦੁਬਾਰਾ ਫੇਰ ਆਪਣੇ ਲੋਕਾਂ ਦੇ ਲਈ ਲੈ ਕੇ ਆਈਏ ਔਰ ਤੁਸੀਂ ਸਾਨੂੰ ਸਹਿਯੋਗ ਦਿਓ ਪੰਜਾਬੀ ਫਿਲਮਾਂ ਦੇਖੋ ਪੰਜਾਬੀ ਸਿਨੇਮਾ ਨੂੰ ਪਿਆਰ ਕਰੋ ਤੇ ਸ ਮੈਨੂੰ ਪਿਆਰ ਕਰੋ ਥੈਂਕ ਯੂ ਵੈਰੀ ਦੇਖੋ ਜੀ ਸਮਾ ਫਿਲਹਾਲ ਪ੍ਰੋਗਰਾਮ ਦਾ ਇਥੇ ਖਤਮ ਹੋ ਰਿਹਾ ਹੈ ਬਾਕੀ ਤੁਹਾਡੇ ਪਿਆਰ ਦੇ ਲਈ ਇੰਨਾ ਜ਼ਿਆਦਾ ਰਿਸਪਾਂਸ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ ਤੇ ਤਾਂ ਆਪਾ ਪ੍ਰੋਗਰਾਮ ਖਤਮ ਕਰਨ ਦੀ ਗੱਲ ਕੀਤੀ ਨਾਲ ਹੀ ਮੈਸੇਜ ਆਉਣ ਲੱਗੇ ਇਦਾਂ ਨਹੀਂ ਇਦਾਂ ਨਹੀਂ ਕੁਝ ਨਹੀਂ ਹੋ ਰਿਹਾ ਸੋ ਅਸੀਂ ਦੁਬਾਰਾ ਦੁਬਾਰਾ ਆਵਾਂਗੇ ਅਗਲੇ ਤੋਂ ਕਮੇਡੀ ਨਾਈਟਸ ਵਿਦ ਅਨੀਤਾ ਦੇਵਗਨ ਅਸੀਂ ਜਲਦੀ ਸ਼ੁਰੂ ਕਰਾਂਗੇ ਅਸੀਂ ਕੋਸ਼ਿਸ਼ ਕਰਾਂਗੇ ਦੁਬਾਰਾ ਇਹਨਾਂ ਦਾ ਸਮਾਂ ਲਈ ਕਿਉਂਕਿ ਬਹੁਤ ਬਿਜ਼ੀ ਸ਼ਡਿਊਲ ਹੈ ਅਜੇ ਨਾਲ ਕੋਈ ਸਮਾਂ ਨਹੀਂ ਸੀਗਾ ਸੋ ਤੁਸੀਂ ਇਹਨਾਂ ਪਿਆਰ ਦਿੱਤਾ ਜੀ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਚਾਹੇ ਦਾ ਚਾਰ ਪ੍ਰੋਗਰਾਮ ਨੂੰ ਪਿਆਰ ਦੇਣ ਲਈ ਬਹੁਤ ਧੰਨਵਾਦ ਤੇ ਪ੍ਰਾਈਮੇਸ਼ਾ ਟੀਵੀ ਦੀ ਐਪ ਜੇਕਰ ਤੁਸੀਂ ਨਹੀਂ ਡਾਊਨਲੋਡ ਕੀਤੀ ਤਾਂ ਜ਼ਰੂਰ ਕਰ ਲਓ YouTube ਦੇ ਉੱਪਰ ਸਬਸਕ੍ਰਾਈਬ ਕਰਨਾ ਨਾ ਤੇ ਬਾਕੀ ਹੋਰ ਇਨਫੋਰਮੇਸ਼ਨ ਲੈਣ ਦੇ ਲਈ ਤੁਸੀਂ ਸਾਡੀ ਵੈਬਸਾਈਟ ਤੇ ਜਾ ਸਕਦੇ ਹੋ ਸਾਡਾ ਵਟਸਐਪ ਨੰਬਰ ਹੈ ਜੇ ਕੋਈ ਰੀਪਲੇ ਦੇ ਦੌਰਾਨ ਵੀ ਤੁਹਾਡੇ ਜ਼ਿਹਨ ਚ ਕੋਈ ਗੱਲ ਆਵੇ ਤਾਂ ਤੁਸੀਂ ਆਪਣਾ ਮੈਸੇਜ ਸਾਨੂੰ ਜਿਹੜਾ ਵਟਸਐਪ ਕਰ ਸਕਦੇ ਹੋ ਫਿਲਹਾਲ ਹੁਣ ਸਾਡੇ ਜਾਣ ਦਾ ਵੇਲਾ ਹੋ ਗਿਆ ਜੀ ਆਪਾਂ ਹੁਣ ਫਿਰ ਚੱਲੀਏ ਥੈਂਕ ਯੂ ਬਹੁਤ ਸਾਰਿਆਂ ਮੁਹੱਬਤ ਨਾਲ ਲਵ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਹੀ ਹਜ਼ਰ ਜੱਜ ਦਾ ਵਿਚਾਰ